ਤੁਹਾਨੂੰ ਕੀ ਲੱਗਦਾ ਕਿ ਮੋਦੀ ਜੀ ਨੇ ਕਿਹੜੇ ਕਿਹੜੇ ਚੰਗੇ ਕੰਮ ਕੀਤੇ? ਚੰਗੇ ਆਪਦੇ ਇਲਾਕੇ ਦੇ ਜੇ ਪਹਿਲਾਂ ਐਲਾਨ ਕਰਤਾ ਵੀ ਪੈਸੇ ਪਟਾ ਲਓ, ਇੱਧਰ ਪੰਜਾਬ ਦੇ ਵਿੱਚ ਦੁਨੀਆ ਪਾਲੇ ਮਾਰਤੀ। ਮੋਦੀ ਜੀ ਨੇ ਵਾਅਦੇ ਕੀਤੇ ਸੀ ਕਾਲਾ ਧਨ ਵਾਪਸ ਲੈ ਕੇ ਆਵਾਂਗੇ, ਆ ਗਿਆ ਨਹੀਂ? ਉਹੀ ਤੁਹਾਨੂੰ ਮੈਂ ਪੁੱਛਣਾ, ਤੁਹਾਡੇ ਖਾਤੇ 'ਚ ਆਏ ਕੁਛ ਪੈਸੇ? ਮੈਂ ਕਹਿੰਦਾ ਡੱਕਿਆ ਪਿਆ। ਮੋਦੀ ਦੇ ਕੰਮਾਂ ਤੋਂ ਖੁਸ਼ ਹੋ? ਖੁਸ਼ੀਆਂ। ਅਗਲਾ MP ਤਾਂ ਗਾਂਧੀ ਸਾਹਿਬ ਵੀ ਦੇਖਦੇ ਹਾਂ। ਜੋ ਵੀ ਨਰਿੰਦਰ ਮੋਦੀ ਕੇ ਸਾਥ ਹੈ ਵਹੀ ਹੋ। ਸਭਸੇ ਅੱਛਾ ਕੰਮ ਉਨਕਾ ਕਿਆ ਲਗਤਾ ਹੈ ਆਪਕੋ? ਜੋ ਸਰਜੀਕਲ ਸਟ੍ਰਾਈਕ ਕੀ। MP ਤਾਂ ਆਮ ਆਦਮੀ ਪਾਰਟੀ ਦਾ ਐਰਕੇ ਆਉਣ ਦੇ ਚਾਂਸ ਹੈਗੇ, ਆਮ ਆਦਮੀ ਪਾਰਟੀ ਹੀ ਜਿੱਤੇਗੀ। ਪਟਿਆਲਾ ਦੇ ਵਿੱਚ ਅਗਲਾ MP ਕਿਹੜਾ ਦੇਖਦੇ ਹੋ? ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੀ ਆਉਣੀ ਚਾਹੀਦੀ ਹੈ। ਮਹਾਰਾਣੀ ਪਰਨੀਤ ਕੌਰ ਜੀ। ਮੋਦੀ। ਮਹਾਰਾਣੀ ਪਰਨੀਤ ਕੌਰ। ਓਬਵੀਅਸਲੀ ਮਹਾਰਾਣੀ ਪਰਨੀਤ ਕੌਰ। ਤਾਂ ਰੱਖੜਾ ਸਾਹਿਬ ਨੂੰ ਮਹਾਰਾਣੀ ਪਰਨੀਤ ਕੌਰ ਜੀ। ਕਾਂਗਰਸ ਹੀ ਦੇਖਦੇ ਹਾਂ। ਸਰਕਾਰ ਉਹ ਚਾਹੀਦੀ ਹੈ ਜਿਹੜੇ ਕਿ ਅਸਲੀ ਮੁੱਦਿਆਂ ਵੱਲ ਧਿਆਨ ਦੇਵੇ। ਕੋਈ ਵੀ ਐਸਾ ਨਹੀਂ ਹੈ ਜੋ ਇੰਡੀਆ ਨੂੰ ਨਵੇਂ ਲੈਵਲ ਤੇ ਲੈ ਕੇ ਜਾ ਸਕੇ। ਕੋਈ ਆ ਜਾਏ ਜਿਹੜਾ ਮਰਜ਼ੀ, ਜਿਹੜੀ ਮਰਜ਼ੀ ਸਰਕਾਰ ਦਾ। ਮੈਂ ਤਾਂ ਆਮ ਆਦਮੀ ਪਾਰਟੀ ਦੇ ਹੀ MP ਦੇਖਣਾ ਚਾਹੁੰਦਾ। MP ਤਾਂ ਗਾਂਧੀ ਹੋਇਆ ਤੋਂ ਸ਼ੁਰੂ ਤੋਂ ਕਾਂਗਰਸ ਨੂੰ ਪਾਉਂਦੇ ਆਏ ਆ। ਸਰਜੀਤ ਰੱਖੜਾ। ਮਹਾਰਾਣੀ ਜੀ, ਅਸੀਂ ਕਿਹਦੇ ਤੋਂ ਵੀ ਨਹੀਂ ਖੁਸ਼। ਹਾਂ, ਅਸੀਂ ਤਾਂ ਕਾਂਗਰਸ ਨੂੰ ਪਾਵਾਂਗੇ। ਬਈ ਹੁਣ ਮੈਂ ਇਸ ਵਾਸਤੇ ਕਹਿ ਨਹੀਂ ਸਕਦੇ ਵੀ ਕੀ ਪਤਾ ਕੌਣ ਜਿੱਤੂਗਾ। ਸਾਡਾ ਰੱਖੜਾ ਬਹੁਤ ਵਧੀਆ ਕੰਮ ਕਰਦਾ। ਰੱਖੜਾ ਪਰਿਵਾਰ ਨੂੰ ਅਸੀਂ ਵੋਟ ਦੇਣਾ ਚਾਹਾਂਗੇ। MP ਅਸੀਂ ਦੇਖਦੇ ਹਾਂ ਰੱਖੜਾ ਸਾਹਿਬ ਨੂੰ। ਸੈਂਟਰ ਦੇ ਵਿੱਚ ਅਗਲੀ ਸਰਕਾਰ ਕਿਹੜੀ ਦੇਖਦੇ ਹੋ? ਇਹੀ ਮੋਦੀ। ਮੋਦੀ ਜਿਹੜੇ ਨੇ ਸਰਦਾਰ ਜੀ, ਪਾਕਿਸਤਾਨ ਮੈਂ ਖੜਾ, ਮੈਂ ਪਾਕਿਸਤਾਨ ਦੇ ਥੱਲ ਦਿਆਂਗੇ ਮੈਨੂੰ ਲੈ ਕੇ ਚੱਲੇ ਉੱਥੇ ਬਾਰਡਰ ਤੇ। ਰੱਖੜਾ ਸਾਹਿਬ ਨੂੰ ਸਪੋਰਟ ਕਰਦੇ ਹਾਂ ਜਾਂ ਇਹਨੂੰ ਬਣਾਵਾਂਗੇ ਰੱਖੜੇ ਨੂੰ। ਸਾਡੇ ਤਾਂ ਰੱਖੜਾ ਸਾਹਿਬ ਹੈ। ਅੱਜ ਤਾਂ ਮੋਦੀ ਤੋਂ ਵੀ ਖੁਸ਼ ਨਹੀਂ ਇੰਨੇ ਖਾਸ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਹਮਦਰਦ ਦੀ ਟੀਮ ਪੁੱਜੀ ਹੈ ਸ਼ਾਹੀ ਸ਼ਹਿਰ ਪਟਿਆਲਾ। ਪਟਿਆਲਾ ਨੂੰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਹੈ। ਹਾਲਾਂਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਇੱਥੇ ਨਵੀਂ ਉਭਰੀ ਪਾਰਟੀ ਆਮ ਆਦਮੀ ਪਾਰਟੀ ਨੇ ਸੰਨ ਲਾਈ ਸੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਧਰਮਵੀਰ ਗਾਂਧੀ ਜੇਤੂ ਰਹੇ ਸਨ। ਉਹਨਾਂ ਨੇ ਬੀਬੀ ਪਰਨੀਤ ਕੌਰ ਨੂੰ ਹਰਾਇਆ ਸੀ। ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਧਰਮਵੀਰ ਗਾਂਧੀ ਉਮੀਦਵਾਰ ਨਹੀਂ ਹੋਣਗੇ ਕਿਉਂਕਿ ਉਹਨਾਂ ਨੇ ਆਪਣੀ ਨਵੀਂ ਪਾਰਟੀ ਬਣਾ ਲਈ ਸੀ ਅਤੇ ਪੰਜਾਬ ਜਮਹੂਰੀ ਗਠਜੋੜ ਵੱਲੋਂ ਉਹ ਚੋਣ ਲੜ ਰਹੇ ਨੇ। ਕਾਂਗਰਸ ਦੀ ਉਮੀਦਵਾਰ ਬੀਬੀ ਪਰਨੀਤ ਕੌਰ ਹੈ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਅਤੇ ਆਮ ਆਦਮੀ ਪਾਰਟੀ ਨੇ ਇੱਥੋਂ ਨੀਨਾ ਮਿੱਤਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। ਅੱਜ ਅਸੀਂ ਪਟਿਆਲਾ ਦੇ ਸਿਆਸਤਦਾਨਾਂ ਅਤੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ। ਲੋਕਾਂ ਦੀ ਰਾਏ ਜਾਣਾਂਗੇ ਕਿ ਉਹ ਕੀ ਚਾਹੁੰਦੇ ਨੇ ਅਤੇ ਇੱਥੇ ਕਿਹੜੇ ਉਮੀਦਵਾਰ ਦਾ ਪਲੜਾ ਭਾਰੀ ਹੈ। ਫਿਰ ਆਓ ਚੱਲਦੇ ਹਾਂ। ਸਰ, ਤੁਸੀਂ ਪਟਿਆਲਾ ਦੇ ਵਿੱਚ ਅਗਲਾ MP ਕਿਹੜਾ ਦੇਖਦੇ ਹੋ? ਅਗਲਾ MP ਤਾਂ ਗਾਂਧੀ ਸਾਹਿਬ ਹੀ ਦੇਖਦੇ ਹਾਂ ਜੀ। ਧਰਮਵੀਰ ਗਾਂਧੀ ਜੀ ਦੇਖਦੇ ਹੋ? ਮੁੱਖ ਮੁਕਾਬਲਾ ਤੁਹਾਨੂੰ ਕਿਹੜੀ ਪਾਰਟੀਆਂ ਵਿੱਚ ਨਜ਼ਰ ਆ ਰਿਹਾ ਪਟਿਆਲੇ ਵਿੱਚ? ਪਟਿਆਲੇ ਦੇ ਵਿੱਚ ਕਾਂਗਰਸ ਔਰ ਗਾਂਧੀ ਦੇ ਵਿੱਚ ਹੀ ਹੋਏਗਾ ਜੀ। ਸੈਂਟਰ ਦੇ ਵਿੱਚ ਤੁਸੀਂ ਕਿਹੜੀ ਸਰਕਾਰ ਦੇਖਣਾ ਚਾਹੁੰਦੇ ਹੋ? ਸੈਂਟਰ ਦੇ ਤਾਂ ਮਿਲੀ ਜੁਲੀ ਸਰਕਾਰ ਆਏਗੀ, ਚਾਹੇ ਮੋਦੀ ਦੀ ਆਏ ਚਾਹੇ ਉਹਦੀ ਆਏ, ਆਏਗੀ ਮਿਲੀ ਜੁਲੀ। ਪਰ ਤੁਹਾਡੀ ਕੀ ਇੱਛਾ, ਤੁਸੀਂ ਦੇਖਣਾ ਕਿਹੜੀ ਚਾਹੁੰਦੇ ਹੋ? ਦੇਖਣੀ ਤਾਂ ਹੁਣ ਰੋਟੇਟ ਹੋਣਾ ਚਾਹੀਦਾ। ਰੋਟੇਟ ਹੋਣਾ ਚਾਹੀਦਾ। ਨਰਿੰਦਰ ਮੋਦੀ ਜੀ ਦੀ ਸਰਕਾਰ ਕਾਰਗੁਜ਼ਾਰੀ ਤੁਸੀਂ ਦੇਖ ਲਿੱਤੀ ਹੈ, ਸੰਤੁਸ਼ਟ ਹੋ ਉਸ ਤੋਂ? ਨਹੀਂ, ਚਲੋ ਸੰਤੁਸ਼ਟ, ਕੁਛ ਗੱਲਾਂ ਤੋਂ ਸੰਤੁਸ਼ਟ ਆ, ਕੁਛ ਤੋਂ ਨਹੀਂ ਵੀ ਹੈ। ਧਰਮਵੀਰ ਗਾਂਧੀ ਜੀ ਨੂੰ ਤੁਸੀਂ ਵੋਟ ਦੇ ਰਹੇ ਹੋ ਆਪਣੀ, ਕੀ ਖਾਸੀਅਤ ਹੈ ਧਰਮਵੀਰ ਗਾਂਧੀ ਜੀ ਨੂੰ ਤੁਸੀਂ ਮੁੜ ਵੋਟ ਉਹਨਾਂ ਨੂੰ ਪਾ ਰਹੇ ਹੋ? ਨਹੀਂ, ਧਰਮਵੀਰ ਗਾਂਧੀ ਦੇ ਵਿੱਚ ਇਹ ਖਾਸੀਅਤ ਆ ਕਿ ਉਹ ਮਤਲਬ ਗਰੀਬ ਜਨਤਾ ਦੇ ਹੱਕ ਦੇ ਵਿੱਚ ਹੈ, ਪਿੰਡਾਂ ਦੇ ਵਿੱਚ ਬਹੁਤ ਸੇਵਾ ਕਰਦਾ, ਜਾ ਕੇ ਲੋਕਾਂ ਦੀ ਗਰੀਬਾਂ ਦੇ ਨਾਲ ਖੜਿਆ ਹੁੰਦਾ। ਬੜੇ ਵਾਰੀ ਅਸੀਂ ਦੇਖਿਆ ਉਹਨਾਂ ਨੂੰ, ਉਹ ਸਪੀਚ ਵਗੈਰਾ ਵੀ ਦਿੰਦੇ ਆ ਜਾਂ ਪਿੰਡਾਂ ਦੇ ਵਿੱਚ ਜਾ ਕੇ ਉਹਨੇ ਬੜੇ ਬੜੇ ਵਧੀਆ ਵਧੀਆ ਕੰਮ ਕੀਤੇ ਆ ਜੀ। ਜੀ, ਹਾਂਜੀ। ਮੈਡਮ, ਤੁਸੀਂ ਪਟਿਆਲਾ ਦੇ ਵਿੱਚ ਅਗਲਾ MP ਕਿਹੜਾ ਦੇਖਦੇ ਹੋ? ਜੋਤ ਸਭ ਦੀ ਵਰਕ ਕਰੇ ਸਭ ਲਈ, ਮਤਲਬ ਐਕਚੁਅਲੀ ਸਾਨੂੰ ਉਹੀ ਪੋਲੀਟੀਸ਼ੀਅਨ ਚਾਹੀਦੇ ਨੇ ਜੋ ਹੁਣ ਸੁਧਾਰ ਕਰਨ। ਧਰਮਵੀਰ ਗਾਂਧੀ ਜੀ ਤੁਹਾਡੇ ਇਸ ਵੇਲੇ ਦੇ MP ਹੈਗੇ ਨੇ, ਉਹਨਾਂ ਦੀ ਕਾਰਗੁਜ਼ਾਰੀ ਤੋਂ ਤੁਸੀਂ ਸੰਤੁਸ਼ਟ ਹੋ? ਹਾਂਜੀ। ਮਤਲਬ ਤੁਸੀਂ ਅਗਲਾ MP ਧਰਮਵੀਰ ਗਾਂਧੀ ਜੀ ਨੂੰ ਦੇਖਣਾ ਚਾਹੁੰਦੇ ਹੋ? ਹਾਂਜੀ। ਸੈਂਟਰ ਦੇ ਵਿੱਚ ਤੁਸੀਂ ਕਿਹੜੀ ਸਰਕਾਰ ਦੇਖਣਾ ਚਾਹੁੰਦੇ ਹੋ? ਜੋ ਲੋਕਾਂ ਦਾ ਵੈਲਫੇਅਰ ਕਰੇ। ਤੁਸੀਂ ਮੈਨੂੰ ਲੱਗਦਾ ਆਪਣੇ ਮੰਮਾ ਜੀ ਦੇ ਇਸ਼ਾਰੇ ਨਾਲ ਚੱਲ ਰਹੇ ਹੋ। ਐਕਚੁਅਲੀ ਆਈ ਐਮ ਨਿਊ ਹੇਅਰ। ਓਕੇ ਓਕੇ। ਆਂਟੀ ਜੀ, ਤੁਸੀਂ ਸੈਂਟਰ ਦੇ ਵਿੱਚ ਕਿਹੜੀ ਸਰਕਾਰ ਦੇਖਣਾ ਚਾਹੁੰਦੇ ਹੋ? ਕਾਂਗਰਸ ਦੀ, ਭਾਜਪਾ ਦੀ ਜਾਂ ਕੋਈ ਹੋਰ? ਜਿਹੜੀ ਵਧੀਆ ਕੰਮ ਕਰੇ, ਜਿਹੜੇ ਆਪਣੇ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਜੋਬ ਦਵਾਵੇ। ਦੇਖੋ, ਇੰਨਾ ਪੜ੍ਹ ਪੜ੍ਹ ਕੇ ਬੱਚੇ ਜਿਹੜੇ ਆ ਬੇਕਾਰ ਫਿਰ ਰਹੇ ਆ ਅਤੇ ਬਾਹਰ ਨੂੰ ਜਾ ਰਹੇ ਆ,
ਜਿਹੜੇ ਬਾਹਰ ਪੈਸਾ ਜਾਂਦਾ ਉਹ ਆਪਣੇ ਇੰਡੀਆ 'ਚ ਹੀ ਰਹੇ ਅਤੇ ਆਪਣੇ ਇੰਡੀਆ ਦੀ ਹੋਰ ਤਰੱਕੀ ਹੋਵੇ, ਬੱਚਿਆਂ ਨੂੰ ਜੋਬਾਂ ਮਿਲਣ ਅਤੇ ਆਪੇ ਘਰ ਦੇ ਵਿੱਚ ਵੀ ਵਧੀਆ ਹੋਵੇ। ਨਹੀਂ ਤਾਂ ਦੇਖੋ ਨਸ਼ਾ ਕਰਦੇ ਆ ਉਹ ਇਸੇ ਜੋਬ ਕਰਕੇ, ਜਾਂ ਕੁਛ ਬੱਚਿਆਂ ਨੂੰ ਪੜ੍ਹਾਈ ਨਹੀਂ ਹੁੰਦੀ, ਕਈਆਂ ਨੂੰ ਜੋਬ ਨਹੀਂ ਮਿਲਦੀ। ਜੇ ਜੋਬ ਨਹੀਂ ਮਿਲਦੀ ਤਾਂ ਉਹਨਾਂ ਦੇ ਵਿਆਹ ਹੋਣ 'ਚ ਵੀ ਦਿੱਕਤਾਂ ਆਉਂਦੀਆਂ, ਮਤਲਬ ਕਿ ਜੇ ਇਹਨਾਂ ਦੇ ਵਿਆਹ ਹੋਏ ਵੀ ਆ ਉਹਨਾਂ ਦੇ ਘਰ ਦੇ ਵਿੱਚ ਪ੍ਰੋਬਲਮਾਂ ਆਉਂਦੀਆਂ, ਕਿਉਂਕਿ ਉਹ ਉਹਨਾਂ ਨੂੰ ਇਨਕਮ ਸੋਰਸ ਕੁਛ ਨਹੀਂ ਹੈਗਾ। ਅਤੇ ਇਸ ਕਰਕੇ ਕੋਈ ਕਿਸੇ ਤਰ੍ਹਾਂ ਦਾ ਕੰਮ ਕਰ ਰਿਹਾ, ਕੋਈ ਕਿਸੇ ਤਰ੍ਹਾਂ ਦਾ, ਅਤੇ ਉਹਦੇ ਵਿੱਚ ਕਾਫੀ ਦਿੱਕਤਾਂ ਆ ਰਹੀਆਂ। ਬਿਲਕੁਲ, ਮਤਲਬ ਬੇਰੁਜ਼ਗਾਰੀ ਕਰਕੇ ਕਈ ਸੋਸ਼ਲ ਪ੍ਰੋਬਲਮ ਖੜੀਆਂ ਹੋ ਜਾਂਦੀਆਂ ਨੇ ਸਾਨੂੰ। ਨਰਿੰਦਰ ਮੋਦੀ ਦੇ 5 ਸਾਲ ਤੁਸੀਂ ਦੇਖ ਲਏ, ਜੋ ਉਹਨਾਂ ਦੀ ਕਾਰਗੁਜ਼ਾਰੀ ਹੋਈ ਹੈ, ਕੀ ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹੋ? ਹਾਂਜੀ ਬਿਲਕੁਲ, ਅਸੀਂ ਸੰਤੁਸ਼ਟ ਹਾਂ ਉਹਨਾਂ ਤੋਂ। ਮਤਲਬ ਤੁਸੀਂ ਸੈਂਟਰ ਦੇ ਵਿੱਚ ਦੁਬਾਰਾ ਨਰਿੰਦਰ ਮੋਦੀ ਸਰਕਾਰ ਦੇਖਣਾ ਚਾਹੁੰਦੇ ਹੋ? ਬਿਲਕੁਲ। ਪਰ ਉਹਨਾਂ ਨੇ ਨੌਕਰੀਆਂ ਦਾ ਜਿਹੜਾ ਵਾਅਦਾ ਕੀਤਾ ਸੀ ਪੂਰਾ ਨਹੀਂ ਕੀਤਾ, ਅੱਗੇ ਨੂੰ ਸ਼ਾਇਦ ਕਰ ਦੇਣ ਉਹ ਜੀ। ਮੈਮ ਤੁਸੀਂ ਅਗਲਾ ਪਟਿਆਲੇ ਦੇ ਵਿੱਚ ਐਮ ਪੀ ਕਿਹੜਾ ਦੇਖਣਾ ਚਾਹੁੰਦੇ ਹੋ? ਜੋ ਵੀ ਨਰਿੰਦਰ ਮੋਦੀ ਕੇ ਸਾਥ ਹੈ ਵਹੀ ਹੋ, ਕਿਉਂਕਿ ਇਹ ਜੋ ਚੋਣ ਹੈ ਸੈਂਟਰ ਲੈਵਲ ਪੇ ਹੈ, ਇਸਮੇ ਇਹ ਨਹੀਂ ਦੇਖਣਾ ਕਿ ਵਹਾਂ ਪੇ ਕੌਣ ਹੈ, ਪੰਜਾਬ ਮੇਂ ਕੌਣ ਹੈ, ਹਰਿਆਣਾ ਮੇਂ ਕੌਣ ਹੈ, ਦੇਖਣਾ ਸਿਰਫ ਸੈਂਟਰ ਕੀ ਤਰਫ ਦੇਖਣਾ ਚਾਹੀਏ। ਪਰ ਪਟਿਆਲੇ ਦੇ ਵਿੱਚ ਬੀਜੇਪੀ ਦਾ ਕੈਂਡੀਡੇਟ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਹੈਗਾ ਸੁਰਜੀਤ ਸਿੰਘ ਰੱਖੜਾ ਜੀ, ਅਤੇ ਇਹਨਾਂ ਦੇ ਅਲਾਇੰਸ ਹੈਗਾ ਬੀਜੇਪੀ ਦੇ ਨਾਲ, ਸੋ ਇਸ ਕਰਕੇ ਜਿਹੜੀ ਤੁਹਾਡੀ ਵੋਟ ਹੋਏਗੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹੋਏਗੀ? ਹਮਨੇ ਦੇਸ਼ ਕੋ ਦੇਖਣਾ ਕਿ ਸਿਰਫ ਇੱਕ ਆਪਣੀ ਤਰਫ ਸਵਾਰਥੀ ਸੈਲਫਿਸ਼ ਹੋ ਕੇ ਸਿਰਫ ਆਪਣੀ ਤਰਫ ਹੀ ਦੇਖਣਾ। ਜੋ ਮੋਦੀ ਜੀ ਕਰ ਰਹੇ ਹੈ ਜਿਸਕਾ ਇੰਪੈਕਟ ਪੂਰੇ ਆਲ ਓਵਰ ਇੰਡੀਆ ਪੇ ਪੜ ਰਿਹਾ, ਜੈਸੇ ਕਿ ਅਭੀ ਆਪਣੇ ਕੁਸ਼ਚਨ ਪੁੱਛਾ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਰੋਜ਼ਗਾਰ ਕਾ ਵਾਅਦਾ ਕੀਆ, ਲੇਕਿਨ ਉਹਨਾਂ ਨੇ ਜਿਤਨੇ ਵਾਅਦੇ ਨਹੀਂ ਕੀਤੇ ਵੋ ਵੀ ਪੂਰੇ ਕੀਏ ਜੋ ਆਜ ਤੱਕ ਨਹੀਂ ਹੋਏ ਥੇ 70 ਸਾਲ ਸੇ। ਵੋ ਕੌਨ ਕੌਨ ਸੇ ਵਾਅਦੇ? ਵੋ ਆਪਕੋ ਵੀ ਪਤਾ ਹੈ ਕਿ ਇੰਡੀਆ ਕੀ ਜੋ ਰੈਪੂਟੇਸ਼ਨ ਹੈ ਆਲ ਓਵਰ ਵਰਲਡ ਮੇਂ ਵੋ ਜਿਤਨੀ ਅਬ ਹੈ, ਰਿਸਪੈਕਟੇਬਲ ਹੈ, ਵੋ ਪਹਿਲੇ ਨਹੀਂ ਥੀ। ਆਪਕੇ ਖਾਤੇ ਮੇਂ 15 ਲੱਖ ਰੁਪਏ ਆਏ? ਪੈਸੇ ਹੀ ਸਭ ਕੁਛ ਤੋਂ ਨਹੀਂ ਹੈ। ਪਰ ਵਾਅਦਾ ਕੀਆ ਥਾ ਪ੍ਰਧਾਨ ਮੰਤਰੀ ਜੀ ਨੇ? ਵਾਅਦੇ ਤੋ ਹਮ ਲੋਗ ਵੀ ਡੇਲੀ ਕਰਦੇ ਹੈ, ਕਿਤਨੇ ਪੂਰੇ ਹੋਤੇ ਹੈ, ਬਟ ਲੋਕ ਕਾਮ ਕਰ ਰਹੇ ਹੈ, ਖੁਦ ਵਰਕ ਕਰ ਰਹੇ ਹੈ। ਕੌਣ ਸੇ ਜੋ ਵੀ ਲੀਡਰਸ ਹੈ ਉਹ ਖੁਦ ਕਾਮ ਨਹੀਂ ਕਰਤੇ, ਉਹ ਖਾਤੇ ਹੈ ਬੈਠ ਕੇ ਜੀ। ਬੇਟਾ ਆਪਕੀ ਕਿਤਨੀ ਏਜ ਹੈ? 12। ਆਪਕੋ ਪਟਿਆਲਾ ਮੇਂ ਅਗਲਾ ਐਮ ਪੀ ਕੌਣ ਸਾ ਦੇਖਣਾ ਚਾਹਤੇ ਹੋ? ਕੌਣ ਸੀ ਪਾਰਟੀ ਕਾ ਹੋਣਾ ਚਾਹੀਏ? ਵੋ ਬੀਜੇਪੀ। ਬੀਜੇਪੀ ਕਾ ਹੋਣਾ ਚਾਹੀਏ। ਨਰਿੰਦਰ ਮੋਦੀ ਜੀ ਸੈਂਟਰ ਮੇਂ ਹੈ ਇਸ ਵਕਤ ਉਨਕੀ ਸਰਕਾਰ, ਅਗਲੀ ਵਾਰ ਵੀ ਉਨਕੀ ਸਰਕਾਰ ਦੇਖਣਾ ਚਾਹਤੇ ਹੋ? ਹਾਂਜੀ, ਨਰਿੰਦਰ ਮੋਦੀ ਦਿਨ ਮੇਂ 10 ਘੰਟੇ ਕਾਮ ਕਰਤੇ ਹੈ ਔਰ 4 ਘੰਟੇ ਆਰਾਮ ਕਰਤੇ ਹੈ, ਐਸਾ ਕੋਈ ਪ੍ਰਧਾਨ ਮੰਤਰੀ ਨਹੀਂ ਦੇਖਾ ਜੋ 20 ਘੰਟੇ ਕਾਮ ਕਰਤੇ ਹੈ। 20 ਘੰਟੇ ਕਾਮ ਕਰਤੇ ਹੈ ਨਰਿੰਦਰ ਮੋਦੀ ਜੀ, 4 ਘੰਟੇ ਰੈਸਟ ਕਰਤੇ ਹੈ, ਐਸਾ ਕੋਈ ਪ੍ਰਧਾਨ ਮੰਤਰੀ ਨਹੀਂ, ਲੇਕਿਨ ਜੋ ਉਨ੍ਹਾਂ ਨੇ ਕਾਮ ਕੀਏ ਆਪ ਉਨਸੇ ਸੰਤੁਸ਼ਟ ਹੋ? ਬਿਲਕੁਲ। ਸਭਸੇ ਅੱਛਾ ਕਾਮ ਉਨਕਾ ਕਿਆ ਲਗਤਾ ਹੈ ਆਪਕੋ? ਜੋ ਸਰਜੀਕਲ ਸਟ੍ਰਾਈਕ ਕੀ ਅੰਤਰਿਕਸ਼ ਮੇਂ ਉਨ੍ਹੋਨੇ ਪ੍ਰਮਾਣ ਦੀਆ ਕਿ ਭਾਰਤ ਸੈਟੇਲਾਈਟ ਕੋ 2 ਮਿਨਟ ਮੇਂ ਮਾਰ ਸਕਤਾ ਹੈ। ਔਰ ਆਪਕੋ ਨਰਿੰਦਰ ਮੋਦੀ ਜੀ ਕੇ ਕੌਨ ਕੌਨ ਸੇ ਅੱਛੇ ਕਾਮ ਲਗਤੇ ਹੈ? ਵੈਸੇ ਤੋ ਬਹੁਤ ਸਾਰੇ ਹੈ, ਉਨ੍ਹੋਨੇ ਸਰਜੀਕਲ ਸਟ੍ਰਾਈਕ ਕੀ, ਉਨ੍ਹੋਨੇ ਦੇਸ਼ ਕੋ ਰੈਪੂਰੇਸ਼ਨ ਦਿਲਾਈ, ਸਵੱਛ ਭਾਰਤ ਅਭਿਆਨ ਚਲਾਇਆ, ਬਹੁਤ ਸਾਰੇ ਕਾਮ। ਬੱਚੇ ਬਹੁਤ ਅੱਛੀ ਸੋਚ ਰੱਖਦੇ ਹੋ ਆਪ, ਆਪਕੀ ਜੋ ਨੌਲੇਜ ਹੈ ਕਾਫੀ ਅੱਛੀ ਹੈ, ਸੋ ਆਪ ਜੈਸੇ ਬੱਚੋ ਕੀ ਜ਼ਰੂਰਤ ਹੈ ਹਮੇਂ। ਥੈਂਕ ਯੂ ਸੋ ਮਚ ਅੰਕਲ ਜੀ। ਤੁਸੀਂ ਪਟਿਆਲੇ ਵਿੱਚ ਅਗਲਾ ਐਮ ਪੀ ਕਿਹੜਾ ਦੇਖਦੇ ਹੋ? ਐਮ ਪੀ ਤਾਂ ਆਮ ਆਦਮੀ ਪਾਰਟੀ ਦਾ ਕੇ ਆਉਣ ਦੇ ਚਾਂਸ ਹੈ ਕਿ ਧਰਮਵੀਰ ਗਾਂਧੀ ਜੀ ਪਿਛਲੀ ਵਾਰ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਜਿੱਤੇ ਸੀ, ਹੁਣ ਉਹ ਪੀ ਡੀ ਏ ਦੇ ਉਮੀਦਵਾਰ ਨੇ, ਧਰਮਵੀਰ ਗਾਂਧੀ ਜੀ ਦੇ ਕੰਮਾਂ ਤੋਂ ਸੰਤੁਸ਼ਟ ਨਹੀਂ ਤੁਸੀਂ? ਨਹੀਂ, ਉਹ ਤਾਂ ਕਰਕੇ ਕਿ ਪਾਰਟੀ 'ਚ ਜੋ ਬੰਦਾ ਨਿਕਲ ਜਾਂਦਾ ਉਹ ਕਿਸੇ ਜੋਗਾ ਵੀ ਨਹੀਂ ਰਹਿੰਦਾ, ਮੁੜ ਕੇ ਉਹ ਨਾ ਘਰ ਜੋਗਾ ਨਾ ਬਾਹਰ ਜੋਗਾ, ਉਹ ਤਾਂ ਕਿਸੇ ਜੋਗਾ ਵੀ ਨਹੀਂ ਰਹਿ ਜਾਂਦਾ। ਜੇ ਤੂੰ ਪਾਰਟੀ 'ਚ ਰਹਿੰਦੇ ਫਿਰ ਤਾਂ ਠੀਕ ਸੀਗਾ, ਪਾਰਟੀ ਛੱਡ ਕੇ ਜਾਓ ਤੂੰ ਫਿਰ ਉਹ ਕਾਹਦੇ ਰਹਿ ਗਏ। ਅੱਛਾ ਜੀ, ਸੈਂਟਰ ਦੇ ਵਿੱਚ ਤੁਸੀਂ ਕਿਹੜੀ ਸਰਕਾਰ ਦੇਖਣਾ ਚਾਹੁੰਦੇ ਹੋ, ਕਾਂਗਰਸ ਦੀ, ਭਾਜਪਾ ਦੀ ਜਾਂ ਕੋਈ ਹੋਰ? ਸੈਂਟਰ 'ਚ ਵੈਸੇ ਤਾਂ ਕਾਂਗਰਸ ਦੀ ਸਰਕਾਰ ਆਉਣੀ ਯਾਰ ਕਿ ਚਾਂਸ ਦੇ ਹੋਈ ਆ, ਬਾਕੀ ਵੇਖੋ। ਪੰਜਾਬ ਦੇ ਇੱਥੇ ਪਟਿਆਲੇ ਵਿੱਚ ਤੁਸੀਂ ਵੋਟ ਦੇ ਰਹੇ ਹੋ ਆਮ ਆਦਮੀ ਪਾਰਟੀ ਨੂੰ, ਸੈਂਟਰ ਵਿੱਚ ਆਉਂਦੇ ਹੋ ਤੁਸੀਂ, ਕਾਂਗਰਸ ਸਰਕਾਰ ਇੱਕ ਹੀ ਆਉਣੀ ਉੱਥੇ, ਹੁਣ ਇੱਥੇ ਮਜਬੂਰੀ ਆ, ਤੀਜੀ ਪਾਰਟੀ ਹੈ ਨਹੀਂ ਉੱਥੇ। ਮੈਨੂੰ ਲੱਗਦਾ ਤਾਂ ਹੀ ਅਰਵਿੰਦ ਕੇਜਰੀਵਾਲ ਜੀ ਵਾਰ ਵਾਰ ਕਹਿੰਦੇ ਆ ਕਾਂਗਰਸ ਨੂੰ ਸਾਡੇ ਨਾਲ ਗੱਠਜੋੜ ਕਰ ਲਓ, ਗੱਠਜੋੜ ਕਰ ਲਓ। ਹਾਂਜੀ, ਤੁਹਾਨੂੰ ਕੀ ਲੱਗਦਾ ਕਿ ਸੈਂਟਰ 'ਚ ਕਿਹੜੀ ਸਰਕਾਰ ਆਉਣੀ ਚਾਹੀਦੀ ਹੈ? ਅਸੀਂ ਤਾਂ ਕਹਿੰਦੇ ਨਾ ਕਾਂਗਰਸ ਆਵੇ ਨਾ ਬੀਜੇਪੀ ਆਵੇ। ਫਿਰ ਮਾਇਆਵਤੀ ਜੀ ਨੂੰ ਦੇਖਣਾ ਚਾਹੁੰਦੇ ਪ੍ਰਧਾਨ ਮੰਤਰੀ? ਦੇਖੋ ਕੀ ਪਤਾ ਮਾਇਆਵਤੀ ਜਾਂ ਕੋਈ ਅਰਵਿੰਦ ਕੇਜਰੀਵਾਲ ਵੀ ਹੋ ਸਕਦਾ। ਅਰਵਿੰਦ ਕੇਜਰੀਵਾਲ ਜੀ ਤੁਹਾਨੂੰ ਕਿੱਦਾਂ ਲੱਗਦੇ ਨੇ ਕਿ ਪ੍ਰਧਾਨ ਮੰਤਰੀ ਬਣ ਜਾਣਗੇ? 2-4 ਸੂਬਿਆਂ ਦੇ ਤਾਂ ਚੋਣਾਂ ਲੜ ਰਹੇ ਨੇ। ਦਿੱਲੀ 'ਚ ਦੇਖ ਲਓ ਕਿੰਨਾ ਅੱਛਾ ਰਿਜ਼ਲਟ ਹੈਗਾ ਆਪਣੇ ਆਮ ਆਦਮੀ ਪਾਰਟੀ ਦਾ। ਮੁੱਖ ਮੁਕਾਬਲਾ ਤੁਹਾਨੂੰ ਪਟਿਆਲੇ ਦੇ ਵਿੱਚ ਕਿਹਦਾ ਨਜ਼ਰ ਆ ਰਿਹਾ? ਆਮ ਆਦਮੀ ਪਾਰਟੀ ਹੀ ਜਿੱਤੇਗੀ। ਸਰ ਤੁਹਾਨੂੰ ਕੀ ਲੱਗਦਾ ਕਿ ਹੁਣ ਇੱਥੋਂ ਅਗਲਾ ਐਮ ਪੀ ਕਿਹੜਾ ਬਣਨਾ ਚਾਹੀਦਾ? ਦੇਖੋ ਗਾਂਧੀ ਸਾਹਿਬ ਨੇ ਵੀ ਆਪਣੀ ਜੋ ਇਹਨਾਂ ਦੀ ਰੈਪੂਟੇਸ਼ਨ ਰਹੀ ਹੈ ਬਹੁਤ ਵਧੀਆ ਰਹੀ ਹੈ, ਇਹ ਜਿਹਾ ਕੁਛ ਵੀ ਸੁਣਨ 'ਚ ਨਹੀਂ ਆਇਆ ਵੀ ਇਹਨਾਂ ਨੇ ਕੋਈ ਮਾੜਾ ਕੰਮ ਕੀਤਾ। ਜੋ ਸ਼ਹਿਰ ਦੀ ਤਰੱਕੀ ਵਾਸਤੇ ਇਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ।
ਸਾਡੇ ਦਿਮਾਗ 'ਚ। ਅਤੇ ਸੈਂਟਰ ਦੇ ਵਿੱਚ ਤੁਸੀਂ ਕਿਹੜੀ ਸਰਕਾਰ ਦੇਖਦੇ ਹੋ? ਦੇਖੋ ਸੈਂਟਰ ਦੇ ਵਿੱਚ ਵੀ ਮੋਦੀ ਸਰਕਾਰ ਹੀ ਆਉਣੀ ਚਾਹੀਦੀ ਹੈ, ਔਰ ਇਹੋ ਜਿਹੀ ਗੱਲ ਨਹੀਂ ਹੈ ਜਿਵੇਂ ਇਹਨਾਂ ਨੇ ਹੁਣ ਪਹਿਲੇ 5 ਸਾਲ ਆਏ ਨੇ, ਹੋ ਸਕਦਾ ਇਹ ਅਗਲੇ 5 ਸਾਲਾਂ 'ਚ ਹੋਰ ਤਰੱਕੀ ਕਰਨ, ਇਹਨਾਂ ਨੂੰ ਚਾਂਸ ਮਿਲਣਾ ਚਾਹੀਦਾ। ਪਟਿਆਲੇ ਦੇ ਵਿੱਚ ਤੁਹਾਨੂੰ ਮੁੱਖ ਮੁਕਾਬਲਾ ਕਿਹਦੇ ਵਿੱਚ ਲੱਗਦਾ, ਕਾਂਗਰਸ ਅਕਾਲੀ ਦਲ ਅਤੇ ਜਾਂ ਆਮ ਆਦਮੀ ਪਾਰਟੀ ਜਾਂ ਧਰਮਵੀਰ ਗਾਂਧੀ ਵਿਚਾਲੇ? ਵੈਸੇ ਹੈ ਤਾਂ ਦੇਖੋ ਹੁਣ ਧਰਮਵੀਰ ਗਾਂਧੀ ਜੀ ਨੇ ਆਪਣੀ ਪਾਰਟੀ ਇਹਨਾਂ ਨੇ ਬਦਲ ਲਈ ਹੈ, ਵੈਸੇ ਇਹਨਾਂ ਦਾ ਜਿਹੜਾ ਜ਼ੋਰ ਹੈ ਹੁਣ ਥੋੜ੍ਹਾ ਜਿਹਾ ਘੱਟ ਗਿਆ। ਵੈਸੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਹੈ ਅਤੇ ਕਾਂਗਰਸ ਪਾਰਟੀ ਦਾ ਹੀ ਲੱਗਦਾ ਚਾਂਸ ਵੈਸੇ ਜ਼ਿਆਦਾ ਹੈ। ਤੁਹਾਨੂੰ ਪਟਿਆਲੇ ਦੇ ਵਿੱਚ ਕਿਹਦੇ ਲੱਗਦਾ ਧਰਮਵੀਰ ਗਾਂਧੀ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਹੋਏਗਾ, ਜਾਂ ਧਰਮਵੀਰ ਗਾਂਧੀ ਜਾਂ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਵਿੱਚ ਮੁਕਾਬਲਾ ਹੋਏਗਾ? ਤਿਕੋਣਾ ਹੀ ਮੁਕਾਬਲਾ ਹੈ ਜੀ। ਵੈਸੇ ਸਰ ਪਟਿਆਲਾ ਦੇ ਵਿੱਚ ਅਗਲਾ MP ਕਿਹਨੂੰ ਦੇਖਦੇ ਹੋ? ਅਸੀਂ ਜੇ ਵਿਕਾਸ ਕੇ ਨਾਤੇ ਦੇਖੀਏ ਤਾਂ ਮਹਾਰਾਣੀ ਪਨੀਤ ਕੌਰ ਜੀ, ਜੇ ਹੁਣ ਜੀ ਸ਼ਹਿਰ ਵਿੱਚ ਵਧੀਆ ਡਿਵੈਲਪਮੈਂਟ ਚੱਲ ਰਹੀ ਹੈ ਕਮਲ ਦੀ। ਪਨੀਤ ਕੌਰ ਜੀ ਨੂੰ ਧਰਮਵੀਰ ਗਾਂਧੀ ਨੇ ਆਖਰੀ ਵਾਰੀ ਹਰਾ ਦਿੱਤਾ ਸੀਗਾ, ਅਤੇ ਤੁਹਾਨੂੰ ਕੀ ਲੱਗਦਾ ਕਿ ਇਸ ਵਾਰ ਉਹਨਾਂ ਦੇ ਜਿੱਤਣ ਦੇ ਚਾਂਸ ਨੇ? ਹਾਂਜੀ 100% ਨੇ। ਧਰਮਵੀਰ ਗਾਂਧੀ ਨੇ ਜਿਹੜੇ ਕੰਮ ਕੀਤੇ ਉਹਨਾਂ ਤੋਂ ਤੁਸੀਂ ਸੰਤੁਸ਼ਟ ਨਹੀਂ? ਨਹੀਂ ਸੰਤੁਸ਼ਟ ਹੈ, ਪਰ ਸ਼ਹਿਰ ਕੀ ਜਿਹੜੀ ਹੁਣ ਡਿਵੈਲਪਮੈਂਟ ਹੈ, ਪਰ ਸਟੇਟ ਵਿੱਚ ਪੰਜਾਬ ਗੌਰਮੈਂਟ 'ਚ ਕਾਂਗਰਸ ਹੈ ਪੰਜਾਬ ਵਿੱਚ, ਉਸ ਨਾਤੇ ਸਾਡਾ ਜਿਹੜਾ ਫਰਜ਼ ਹੈ ਵੀ ਅਸੀਂ ਸੋਚਦੇ ਵੀ ਕਾਂਗਰਸ ਜੇ ਪਟਿਆਲੇ ਵਿੱਚ ਆਏ ਤਾਂ ਉਹ ਵਧੀਆ ਡਿਵੈਲਪਮੈਂਟ ਹੋ ਸਕਦੀ ਹੈ। ਸੈਂਟਰ ਦੇ ਵਿੱਚ ਤੁਸੀਂ ਕਿਹੜੀ ਸਰਕਾਰ ਦੇਖਦੇ ਹੋ? ਸੈਂਟਰ ਵਿੱਚ ਨੋ ਕਮੈਂਟ। ਪਟਿਆਲੇ ਦੇ ਵਿੱਚ ਤੁਸੀਂ ਅਗਲਾ MP ਕਿਹੜਾ ਦੇਖਦੇ ਹੋ? ਮਹਾਰਾਣੀ ਪਰਨੀਤ ਕੌਰ। ਮਹਾਰਾਣੀ ਪਰਨੀਤ ਕੌਰ ਤੁਸੀਂ ਦੇਖਦੇ ਹੋ, ਧਰਮਵੀਰ ਗਾਂਧੀ ਜੀ ਇੱਥੇ ਮੌਜੂਦਾ MP ਰਹੇ ਨੇ, ਉਹਨਾਂ ਦੇ ਕੰਮਾਂ ਤੋਂ ਤੁਸੀਂ ਸੰਤੁਸ਼ਟ ਨਹੀਂ? ਬਹੁਤ ਜ਼ਿਆਦਾ ਸੰਤੁਸ਼ਟ ਹਾਂ, ਲੇਕਿਨ ਹੁਣ ਅਗਰ ਪੰਜਾਬ ਗੌਰਮੈਂਟ ਦੇ ਵਿੱਚ ਜੇ ਗੌਰਮੈਂਟ ਹੈ ਇਹਨਾਂ ਦੀ ਤਾਂ ਹੁਣ MP ਤਾਂ ਉਹੀ ਆਉਣਗੇ। ਨਹੀਂ ਉਹਦੇ ਪਿੱਛੇ ਕਾਰਨ ਕੀ ਹੈ? ਤੁਸੀਂ ਕਹਿ ਰਹੇ ਹੋ ਕਿ ਕੰਮ ਵਧੀਆ ਕੀਤੇ ਨੇ ਧਰਮਵੀਰ ਗਾਂਧੀ ਜੀ ਨੇ, ਉਸਦੇ ਬਾਵਜੂਦ ਤੁਸੀਂ ਪਰਨੀਤ ਕੌਰ ਨੂੰ ਦੇਖਣਾ ਚਾਹੁੰਦੇ ਹੋ? ਇਸ ਟਾਈਮ ਜੋ ਮਾਹੌਲ ਬਣਿਆ ਹੋਇਆ ਤਾਂ ਉਹ ਰਾਣੀ ਸਾਹਿਬਾ ਦਾ ਹੀ ਬਣਿਆ ਹੋਇਆ, ਤਾਂ ਉਸ ਹਿਸਾਬ ਨਾਲ ਤਾਂ ਉਹਨਾਂ ਦੇ ਹੀ ਚਾਂਸਿਸ ਜ਼ਿਆਦਾ ਲੱਗ ਰਹੇ ਨੇ। ਮੁੱਖ ਮੁਕਾਬਲਾ ਤੁਹਾਨੂੰ ਕਿਹਦੇ ਵਿੱਚ ਨਜ਼ਰ ਆ ਰਿਹਾ ਪਟਿਆਲੇ ਦੇ ਵਿੱਚ? ਗਾਂਧੀ ਜੀ ਅਤੇ ਮਹਾਰਾਣੀ ਪਰਨੀਤ ਕੌਰ ਦਾ। ਸੈਂਟਰ ਦੇ ਵਿੱਚ ਕਿਹੜੀ ਸਰਕਾਰ ਦੇਖਣਾ ਚਾਹੁੰਦੇ ਹੋ? ਮੋਦੀ, ਕਿਉਂਕਿ ਆਪਣੇ ਕੋਲ ਕੋਈ ਹੋਰ ਮੁੱਖ ਮੰਤਰੀ ਪ੍ਰਧਾਨ ਮੰਤਰੀ ਹੈ ਹੀ ਨਹੀਂ ਗਾ, ਹੈ ਨਾ। ਵੋਟ ਤੁਹਾਡੀ ਕਾਂਗਰਸ ਨੂੰ ਹੈ, ਸਰਕਾਰ ਤੁਸੀਂ ਮੋਦੀ ਦੀ ਦੇਖਣਾ ਚਾਹੁੰਦੇ ਸੈਂਟਰ ਵਿੱਚ? ਕੀ ਕਰੀਏ ਹੁਣ, ਸਾਨੂੰ ਪਸੰਦ ਮੋਦੀ ਹੈ। ਪਟਿਆਲਾ ਦੇ ਵਿੱਚ ਅਗਲਾ MP ਕਿਹਨੂੰ ਦੇਖਦੇ ਹੋ? ਮਹਾਰਾਣੀ ਪਰਨੀਤ ਕੌਰ। ਮਹਾਰਾਣੀ ਪਰਨੀਤ ਕੌਰ ਨੂੰ। ਧਰਮਵੀਰ ਗਾਂਧੀ ਜੀ ਇੱਥੇ ਮੌਜੂਦਾ MP ਨੇ, ਉਹਨਾਂ ਦੇ ਕੰਮਾਂ ਤੋਂ ਸੰਤੁਸ਼ਟ ਨਹੀਂ ਤੁਸੀਂ? ਇਸ ਬਾਰੇ ਸਾਨੂੰ ਪਤਾ ਹੀ ਨਹੀਂ ਲੱਗੇ ਵੀ ਕੰਮ ਕਿਹੜੇ ਹੋਏ, ਜਿਹੜੇ ਵੀ ਕੰਮ ਹੋ ਰਹੇ ਇਸ ਟਾਈਮ ਮਹਾਰਾਣੀ ਪਰਨੀਤ ਕੌਰ ਦੇ ਹਿਸਾਬ ਨਾਲ ਹੋ ਰਹੇ ਹੈ। ਮਤਲਬ ਸੈਂਟਰ ਦੇ ਵਿੱਚ ਕਿਹੜੀ ਸਰਕਾਰ ਚਾਹੁੰਦੇ ਹੋ? ਸੈਂਟਰ ਵਿੱਚ ਇਸ ਟਾਈਮ ਦਾ ਕਾਂਗਰਸ ਮੇਬੀ ਆ ਸਕਦੀ, ਵੈਸੇ ਬਾਕੀ BJP ਵੀ ਆ ਸਕਦੀ ਹੈ। ਨਹੀਂ ਤੁਹਾਡੀ ਕੀ ਇੱਛਾ ਕਿ ਸੈਂਟਰ ਵਿੱਚ ਕਿਹੜੀ ਸਰਕਾਰ ਆਉਣੀ ਚਾਹੀਦੀ ਹੈ? ਇਸ ਬਾਰੇ ਕੁਛ ਨਹੀਂ ਕਹਿ ਸਕਦੇ। ਨਰਿੰਦਰ ਮੋਦੀ ਜੀ ਨੇ ਜਿਹੜੇ ਵਾਅਦੇ ਕੀਤੇ ਸੀਗੇ, ਉਹ ਵਾਅਦੇ ਤੁਹਾਨੂੰ ਲੱਗਦਾ ਕਿ ਉਹਨਾਂ ਪੂਰੇ ਕੀਤੇ? ਵਾਅਦੇ ਤਾਂ ਨਹੀਂ ਪੂਰੇ ਕੀਤੇ, ਪਰ ਜਿਹੜੇ ਮਤਲਬ ਇੰਟਰਨੈਸ਼ਨਲੀ ਇਹ ਮਤਲਬ 100% ਇਹ ਠੀਕ ਕੀਤਾ। ਮਤਲਬ ਸੈਂਟਰ ਦੇ ਵਿੱਚ ਤੁਹਾਨੂੰ ਨਹੀਂ ਪਤਾ ਕਿ ਜਿਹੜੀ ਮਰਜ਼ੀ ਸਰਕਾਰ ਆ ਜਾਵੇ ਤੁਹਾਨੂੰ ਕੋਈ ਉਹਦੇ ਨਾਲ ਫਰਕ ਨਹੀਂ ਪੈਂਦਾ? ਨਹੀਂ, BJP ਆ ਸਕਦੀ ਹੈ। BJP ਆ ਸਕਦੀ ਹੈ, ਪਰ ਤੁਹਾਡੀ ਕੋਈ ਇੱਛਾ ਹੈ, ਤੁਸੀਂ ਕਿਹੜੀ ਦੇਖਣਾ ਚਾਹੁੰਦੇ ਹੋ? ਸਾਨੂੰ ਤਾਂ ਦੋਨੋਂ ਠੀਕ ਹੈ, ਵੈਸੇ BJP ਵੀ ਠੀਕ ਹੈ, ਕਾਂਗਰਸ ਵੀ ਠੀਕ ਹੈ। ਸਰ ਪਟਿਆਲਾ ਦੇ ਵਿੱਚ ਤੁਸੀਂ ਅਗਲਾ MP ਕਿਹਨੂੰ ਦੇਖਣਾ ਚਾਹੁੰਦੇ ਹੋ? ਓਬਵੀਅਸਲੀ ਮਹਾਰਾਣੀ ਪਰਨੀਤ ਕੌਰ। ਧਰਮਵੀਰ ਗਾਂਧੀ ਜੋ ਮੌਜੂਦਾ MP ਨੇ, ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਤੁਸੀਂ? ਲੇਕਿਨ ਇਹ ਹੈ ਵੀ ਪਿਛਲੇ ਚੁਣਾਵ ਤੋਂ ਹੁਣ ਤੱਕ ਜਿਹੜੀ ਹੈ ਉਹਨਾਂ ਦੀ ਕਾਰਗੁਜ਼ਾਰੀ ਬਹੁਤ ਅੱਛੀ ਰਹੀ ਹੈ, ਲੇਕਿਨ ਮੇਰੇ ਖਿਆਲ ਦੇ ਵਿੱਚ ਉਹ ਬਹੁਤ ਜ਼ਿਆਦਾ ਕਾਰਗਰ ਨਹੀਂ ਸਾਬਤ ਹੋ ਪਾਉਣਗੇ ਇਕੱਲੇ ਹੀ ਹੋਣ ਦੇ ਬਾਵਜੂਦ, ਔਰ ਇਹ ਵੀ ਪੱਕਾ ਪਤਾ ਨਹੀਂ ਹੈ ਵੀ ਸ਼ਾਇਦ ਉਹਨਾਂ ਨੂੰ ਇਹ ਸੀਟ ਨਿਕਾਲ ਪਾਉਣਗੇ ਜਾਂ ਨਹੀਂ। ਤੁਹਾਨੂੰ ਮੁੱਖ ਟੱਕਰ ਕਿਹੜੀ ਪਾਰਟੀਆਂ ਵਿਚਾਲੇ ਨਜ਼ਰ ਆਉਂਦੀ ਹੈ ਪਟਿਆਲਾ ਤੋਂ? ਮੇਨਲੀ ਬਿਟਵੀਨ ਕਾਂਗਰਸ ਐਂਡ ਧਰਮਵੀਰ ਗਾਂਧੀ ਐਜ਼ ਏ ਪਰਸਨ। ਸ਼੍ਰੋਮਣੀ ਅਕਾਲੀ ਦਲ ਕੀ ਤੁਹਾਨੂੰ ਟੱਕਰ 'ਚ ਨਜ਼ਰ ਨਹੀਂ ਆ ਰਿਹਾ? ਨੋ, ਆਈ ਥਿੰਕ ਨੋਟ ਓਨਲੀ ਇਨ ਪਟਿਆਲਾ, ਪੰਜਾਬ 'ਚ ਕਿਤੇ ਵੀ ਅਕਾਲੀ ਦਲ ਦਾ ਕੋਈ ਵਜੂਦ ਨਹੀਂ ਹੋਏਗਾ ਇਸ ਵਾਰ ਜ਼ਿਆਦਾ। ਸੈਂਟਰ ਦੇ ਵਿੱਚ ਤੁਸੀਂ ਕਿਹੜੀ ਸਰਕਾਰ ਦੇਖਣਾ ਚਾਹੁੰਦੇ ਹੋ? ਸੈਂਟਰ ਦੇ ਵਿੱਚ ਇਹੀ ਉਮੀਦ ਕੀਤੀ ਜਾ ਰਹੀ ਹੈ ਕਿ ਮੋਦੀ ਸਰਕਾਰ ਹੀ ਰਿਪੀਟ ਹੋਏਗੀ ਜੀ। ਪੰਜਾਬ ਦੇ ਵਿੱਚ ਤੁਸੀਂ ਵੋਟ ਕਾਂਗਰਸ ਨੂੰ ਦੇ ਰਹੇ ਹੋ, ਸੈਂਟਰ ਦੇ ਵਿੱਚ ਤੁਸੀਂ ਮੋਦੀ ਸਰਕਾਰ ਨੂੰ ਚਾਹੁੰਦੇ ਹੋ? ਕਿਉਂਕਿ ਇੱਥੇ ਅਕਾਲੀ ਦਲ ਨੂੰ ਦੇਣ ਦਾ ਕੋਈ ਵੀ ਮਤਲਬ ਆਪਣੀ ਆਪਣੀ ਲਾਇਕੀ ਹੁੰਦੀ ਹੈ, ਮੈਂ ਅਕਾਲੀ ਦਲ ਨੂੰ ਵੋਟ ਦੇਣਾ ਬਿਲਕੁਲ ਵੀ ਪਸੰਦ ਨਹੀਂ ਕਰਾਂਗਾ। ਮੋਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ 5 ਸਾਲਾਂ ਦੀ ਤੁਸੀਂ ਦੇਖੀ ਹੈ, ਸੰਤੁਸ਼ਟ ਹੋ? ਬਾਈ ਐਂਡ ਲਾਰਜ ਨਹੀਂ ਹੈ, ਲੇਕਿਨ ਫਿਰ ਵੀ ਜੁਮਲੇਬਾਜ਼ੀ ਤਾਂ ਜ਼ਿਆਦਾ ਹੋਈ ਹੈ, ਲੇਕਿਨ ਇਸ ਦੇ ਬਾਵਜੂਦ ਵੀ ਜਿਹੜੀ ਮਹਾਂਗਠਬੰਧਨ ਜਿਹਾ ਹੈ ਉਹ ਖਿਚੜੀ ਨਾਲੋਂ ਚੰਗੀ ਸਰਕਾਰ ਪ੍ਰੂਵ ਹੋਏਗੀ ਮੇਰੇ ਖਿਆਲ 'ਚ। ਕਮ ਸੇ ਕਮ ਕੋਈ ਸਖਤ ਫੈਸਲੇ ਲੈਣੇ ਆ ਉਹ ਲੈਣ ਦੇ ਵਿੱਚ ਕਾਰਗਰ ਸਿੱਧ ਹੋ ਸਕਦੀ ਹੈ ਜੀ ਉਹ। ਤੁਸੀਂ ਕਾਫੀ ਚੰਗੀ ਸੋਚ ਰੱਖਦੇ ਹੋ, ਸੋ ਇਸ ਕਰਕੇ ਪੰਜਾਬ ਦਾ ਤੁਹਾਨੂੰ ਕਿਹੜਾ ਵੱਡਾ ਮਸਲਾ ਅੱਜ ਨਜ਼ਰ ਆਉਂਦਾ ਜਿਹੜਾ ਸਭ ਤੋਂ ਪਹਿਲਾਂ ਹੱਲ ਹੋਣਾ ਚਾਹੀਦਾ? ਪੰਜਾਬ ਦੇ ਵਿੱਚ ਵੈਸੇ ਦੇਖਿਆ ਜਾਏ ਸਭ ਤੋਂ ਬੜੀ ਜਿਹੜੀ ਸਮੱਸਿਆ ਇਸ ਵੇਲੇ ਹੈ ਉਹ
कोई भी जिहड़ा है उरे उन्हां नूं इह लगदा वी अच्छी तो अच्छी विद्या हासिल करन तो बाद भी साडा भविख जिहड़ा हैगा उह सेफ नहीं है या असी कोई अच्छा रोज़गार नहीं कमा सकते बाहर जाने लिए मजबूर है। इस करके कोई इंडस्ट्री नहीं आ रही फिलहाल पिछले दो डिकेड तो या ढाई डिकेड तो मेरा ख्याल है कोई इंडस्ट्री पटियाले पंजाब दे विच नहीं आई। जिहड़ी मौजूदा तीन इंडस्ट्री सी हौजरी इंडस्ट्री लुधियाना की जलंधर की स्पोर्ट्स अपने जल अमृतसर की इंडस्ट्री प्लस सब तो बड़ी जिहड़ी मंडी गोबिंदगढ़ की स्टील इंडस्ट्री सी तुसीं देखिया होना तीनों रूल चुकियां ने जी नवी इंडस्ट्री कोई आ नहीं रही तो इस करके जिहड़ा साडा यूथ है वह या तो नशिया कन्नी रुझावा रुझान बढ़ता जा रहा है या वेला दिमाग किसी ना किसी होर शरारती उस दे विच जे उन्होंने अच्छा रोज़गार दे अवसर उदे प्रदान किए जाए तो मेरे ख्याल दे विच पंजाब मुड़ के फिर जी प्रोग्रेस उसकी रीह ते आ सकते जी। कैप्टन सरकार दे सवा दो साल तुसी देख ले वोट तुसी बीबी परनीत कौर नूं दे रहे हो कैप्टन सरकार की कारगुजारी तो खुश हो पंजाब दे विच बहुत ज़्यादा उन्हें लेकिन परसनली थोड़ा जिहा एक तो मतलब होर कोई कैंडीडेट जिहड़े है दूसरा है मेरी थोड़ी जी जिहड़ी है ना लीनिंग जिहड़ी कह सकते हैं मैं उसनों कोई लुकाना नहीं चाहता मेरी लीनिंग जिहड़ी है या जिहड़ी मेरी लाइकिंग परसनल लाइकिंग है वह है भी महाराणी परनीत कौर बड़े एक जिन्हों डिग्निफाइड वे दे नाल पटियाला नूं अगे और दूसरा यह भी है भी पिछले 10 साल तुसीं देखिया होना अकाली सरकार वेले उरे पटियाले नाल बहुत सतेला जिहा विहार होया बहुत बड़े बड़े सड़कां ते गड्ढे होर जिहड़ियां एमिनिटीज़ हैं उस तो वांझा हुंदा जा रहा सीगा तो कम से कम होर कुछ नहीं पटियाला जे असीं इन्हां नूं वोट करदे हैं तो पटियाले दी नुहार जरूर सुधर सकती है जी उहदा एक जिहड़ा सैल्फिश मोटिव करके तुसीं समझ सकदे हो जी। थैंक यू सो मच। थैंक यू सर। पटियाला दे विच अगला एम पी किहड़ा देखदे हो? अगला एम पी अगर एज ए ह्यूमन देखा जाए तो डॉक्टर गांधी एज ए ह्यूमन लेकिन क्योंकि हुण देश का सवाल है सेंटर दे अंदर स्टेबिलिटी चाहिए है तो रखड़ा साहब नू प्रपोज जरा प्रैफर किया जाएगा। तुहानू की लगता है कि सेंटर दे विच द्वारा भाजपा सरकार आ रही है? आनी चाहिए है स्टेबिलिटी बहुत जरूरी है एक देश की तरक्की दे लई और स्टेबल गवर्नमेंट बीजेपी दे सकती है बाकी दूसरे पास तुसी देख ही दे हो की हाल है महागठबंधन है कांग्रेस सरकार अपनी चल रही है कोई मतलब किसी पास भी कोई एक क्लीयर डायरेक्शन नहीं है भी की होएगा उत्थे कौन आएगा पंजाब दे विच तुहानू मुख मुकाबला खास तौर पर पटियाला दे विच किहदे विच नज़र आ रहा है कड़ी पार्टियां दे विच? ओह रखड़ा और डॉक्टर गांधी दे विच ज़्यादा होएगा। बीबी परनीत कौर जी मुकाबले विच नहीं है लेकिन तुसी प्रेफरेंस वाइज पुछया तो प्रेफरेंस यही है। भाजी पटियाले दे विच अगला एम पी किहड़ा देखदे हो? महाराणी परनीत कौर जी। मौजूदा एम पी धर्मवीर गांधी दे कम्मां तों संतुष्ट नहीं? सर अपने देखा जाए साढ़े पटियाले डिस्ट्रिक्ट लई कांग्रेस ने बहुत कुछ करिया ऑल ओवर इंडिया लई बहुत कुछ करिया पर असी अज देखिए जदों दी कांग्रेस सरकार आई है पंजाब दे विच साढ़े हर थां ते साफ सफाई दे उत्ते बहुत ज़्यादा ध्यान दिता जा रहा है साढ़े पटियाले दे विच अज देख लो तुसी हजे भी आ सारा काम कार हो ही रहा है जी बैक टू बैक टाइल्स लग रही ने सारे काम निबड़ रहे ने महाराणी परनीत कौर जी पहला भी उन्होंने पटियाले लिए बहुत कुछ किया तो सानू पूरी उम्मीद अगो भी बहुत कुछ करनगे। मुख मुकाबला तुहानू पटियाले विच कि पार्टियां नज़र आऊगा? मुख मुकाबला जी महाराणी परनीत कौर जी जेतू रहनगे धर्मवीर गांधी सैकंड नंबर पर हो सकते हैं। सेंटर दे विच तुसी कि सरकार देखते हो? कांग्रेस। नरेंद्र मोदी की कारगुजारी नूं किदां देखदे हो 5 साल की? सर नरेंद्र मोदी की कारगुजारी ठीक है पर जो कुछ डिसीजनस होए ने उन्हां दे मतलब जो नोटबंदी नूं लैके कोई प्लैनिंग नहीं सी उन्हां दी हैगी ते GST नूं भी लैके कोई प्लैनिंग नहीं सी हैगी कोई किसी नूं GST हजे कलू लागू होना समझ लो एक दिन बाद अप्रैल जुलाई च लागू होना सी 1 जुलाई नूं उन्हां नूं क्लीयरिटी नहीं किसी नूं हैगी सी भी साडे कि स्लैब दे विच आ रहे हैं कोई प्लैनिंग करके उन्होंने कोई काम नहीं किया। हाँ मनमोहन सिंह भी यही कुछ करना चाहते थे उन्होंने बस उदों उन्हां दी सरकार दे उत्ते मतलब विरोधी धिर जाके उदों जवाब देंदे रहे उन्होंने उस चीज़ तो मना कर वह करते रहे उन्होंने फॉलो नहीं किया उन्होंने हुण जे उही काम जो मनमोहन सिंह करना चाहते थे तो मोदी जी ने किया पर विदाउट प्लैनिंग जी। सर्जिकल स्ट्राइक जिहड़ी कीती इह स्ट्राइक कीती है वो तुहानूं की लगता है कि वोटां उत्ते असर पाऊगी? सर्जिकल स्ट्राइक जी देखो सर्जिकल स्ट्राइक जो सुन च आउंदा भी कांग्रेस टाइम भी हुंदियां सीगियां सारा कुछ हुंदा सी पर वो इन चीज़ों नूं प्रमोट नहीं सी करदे भी आ चीज़ां ये बस अपना प्रमोशन हर चीज़ ते प्रमोशन दे उत्ते जोर दिता होया मोदी सरकार ने बस यही है जो भी काम जिन्हें कहता भी कोई भी चीज़ करती उन्हां नूं इन्ना हुलारा दे देना काम आवाज़ नूं भी हाँ लोगों तक पहुँच जाए बस यही चीज़ ते लगे हुए ने। भाजी तुसीं पंजाब दे इत्थे पटियाले दे विच अगला एम पी किहड़ा देखदे हो?
ਪਰਨੀਤ ਕੌਰ ਹੀ ਦੇਖਦੇ ਹਾਂ ਜੀ। ਪਰਨੀਤ ਕੌਰ ਨੂੰ ਦੇਖਦੇ ਹੋ, ਧਰਮਵੀਰ ਗਾਂਧੀ ਜੀ ਦੀ ਕਾਰਗੁਜ਼ਾਰੀ ਨੂੰ ਕਿੱਦਾਂ ਦੇਖਦੇ ਹੋ? ਭਾਅ ਜੀ ਉਹਨਾਂ ਦਾ ਕੰਮ ਕੀਤਾ ਠੀਕ ਹੈ, ਪਰ ਤੁਸੀਂ ਦੇਖੋ ਨਾ 10 ਸਾਲ ਤੋਂ ਜਿਹੜਾ ਅਕਾਲੀ ਦਲ ਦੇ ਟਾਈਮ 'ਚ ਜਿਹੜਾ ਕੰਮ ਨਹੀਂ ਹੋ ਰਿਹਾ ਸੀ, ਅੱਜ ਕਾਂਗਰਸ ਤੋਂ 10 ਸਾਲ ਤੋਂ ਇੰਨਾ ਕੰਮ ਜਿਹੜਾ ਰੁਕਿਆ ਹੋਇਆ ਸੀ, ਕਾਂਗਰਸ ਨੇ ਆ ਕੇ 2 ਸਾਲਾਂ 'ਚ ਪਟਿਆਲੇ ਦਾ ਕਰਾਤਾ, ਜਿਹੜੀ ਸੜਕਾਂ ਵੱਲ ਉਹਦਾ ਅਕਾਲੀ ਦਲ ਦਾ ਬਿਲਕੁਲ ਵੀ ਧਿਆਨ ਨਹੀਂ। ਤੁਸੀਂ ਡਿਵੈਲਪਮੈਂਟ ਦੇਖੋ ਨਾ ਪਟਿਆਲੇ ਦੀ, ਉਹ ਤਾਂ ਫਿਰ ਜਿਸ ਚੀਜ਼ ਦੀ ਡਿਵੈਲਪਮੈਂਟ ਹੋਏਗੀ ਸਾਡੇ ਸ਼ਹਿਰ ਨੂੰ ਲੈ ਕੇ, ਅਸੀਂ ਤਾਂ ਉਹਨੂੰ ਹੀ ਵੋਟ ਦੇਣੀ ਆ। ਸੈਂਟਰ ਦੇ ਵਿੱਚ ਕਿਹੜੀ ਸਰਕਾਰ ਦੇਖਦੇ ਹੋ? ਕਾਂਗਰਸ ਹੀ ਦੇਖਦੇ ਹਾਂ, ਇਹ ਬਿਲਕੁਲ ਬੀਜੇਪੀ ਦਾ ਬਿਲਕੁਲ ਵੀ ਨਹੀਂ। ਪਟਿਆਲੇ ਦੇ ਵਿੱਚ ਭ੍ਰਿਸ਼ਟਾਚਾਰ ਕਿਹੜੀਆਂ ਕਿਹੜੀਆਂ ਥਾਵਾਂ 'ਤੇ ਹੋ ਰਿਹਾ? ਭਾਅ ਜੀ ਸਭ ਤੋਂ ਵੱਡਾ ਮਹਿਕਮਾ ਤਾਂ ਸਾਡਾ ਪੁਲਿਸ ਹੀ ਹੈ, ਅਤੇ ਉਹਨੂੰ ਲੈ ਕੇ ਪਹਿਲਾਂ ਕੰਟਰੋਲ ਆਉਣਾ ਚਾਹੀਦਾ। ਬਾਕੀ ਹਰ ਮਹਿਕਮੇ 'ਚ ਹੈ ਜੀ ਰਿਸ਼ਵਤਖੋਰੀ, ਉਹ ਤਾਂ ਕਿਸੇ 'ਚ ਵੀ ਨਹੀਂ ਹੈ, ਉਹ ਤਾਂ ਅਸੀਂ ਲੋਕ ਪ੍ਰਮੋਟ ਕਰ ਰਹੇ ਹਾਂ ਨਾ ਉਸ ਸਰਕਾਰ। ਤੁਹਾਨੂੰ ਕੀ ਲੱਗਦਾ ਕਿ ਭ੍ਰਿਸ਼ਟਾਚਾਰ ਕਿੱਥੇ ਕਿੱਥੇ ਹੋ ਰਿਹਾ ਪਟਿਆਲੇ 'ਚ? ਸਰ ਆ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟ 'ਚ ਹੈਗਾ। ਹੁਣ ਪਿੱਛੇ ਜੀ ਇੱਕ ਨਿਊਜ਼ ਸੁਣ ਰਹੇ ਸੀਗੇ ਵੀ ਕਿਤੇ ਕੰਨੇ ਕਿਸੇ ਫਾਦਰੀ ਦਾ ਫੜਿਆ, ਇਹਨਾਂ ਨੇ 16 ਕਰੋੜ ਰੁਪਏ ਫੜਿਆ ਸੀ ਅਤੇ 9 ਕਰੋੜ ਸ਼ੋਅ ਕਰ ਰਹੇ ਨੇ। 2 ਪੁਲਿਸ ਮੁਲਾਜ਼ਮ ਹੀ ਭੱਜੇ ਹੋਏ ਨੇ ਪੈਸਾ ਲੈ ਕੇ, 2 ASI ਨੇ ਉਹੀ ਪੈਸਾ ਲੈ ਕੇ ਭੱਜੇ ਹੋਏ ਨੇ। ਤੁਹਾਡੇ ਸਾਹਮਣੇ ਹੈ ਜੀ ਸਭ ਤੋਂ ਵੱਡੀ ਭ੍ਰਿਸ਼ਟਾਚਾਰ ਤਾਂ ਇੱਥੇ ਹੋ ਰਹੀ ਹੈ, ਕੋਈ ਕਿਸੇ ਦਾ ਧਿਆਨ ਨਹੀਂ। ਬਸ ਪੁਲਿਸ ਇਸ ਟਾਈਮ ਪੁਲਿਸ ਮਹਿਕਮੇ 'ਚ ਜ਼ਿਆਦਾ ਹੈ ਜੀ ਭ੍ਰਿਸ਼ਟਾਚਾਰ ਜੋ ਸਾਨੂੰ ਲੱਗਦਾ। ਥੈਂਕ ਯੂ। ਪਟਿਆਲਾ ਦੇ ਵਿੱਚ ਅਗਲਾ MP ਕਿਹੜਾ ਦੇਖਦੇ ਹੋ? ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ ਤਾਂ MP ਦੀ ਚੋਣ ਹੀ ਨਹੀਂ ਲੜ ਰਹੇ। ਇੱਕ ਮਿੰਟ ਰੁਕ ਜਾਓ, ਕੋਈ ਗੱਲ ਨਹੀਂ ਦੱਸੋ। MP ਰਾਹੁਲ ਗਾਂਧੀ। ਦਿਲ ਖੁਸ਼ ਕਰ ਦਿਆ ਆਪਨੇ, ਕੋਈ ਬਾਤ ਨਹੀਂ। ਵੈਸੇ ਮੈਂ ਆਪਕੀ ਨੌਲੇਜ ਕੇ ਲਈ ਬਤਾ ਦਿੱਤਾ ਹੂੰ, ਜੋ ਹੈ ਉਹ ਕਾਂਗਰਸ ਕੀ ਪ੍ਰਨੀਤ ਕੌਰ ਜੀ ਹੈ, ਕੈਪਟਨ ਅਮਰਿੰਦਰ ਸਿੰਘ ਕੀ ਵਾਈਫ ਹੈ, ਔਰ ਧਰਮਵੀਰ ਗਾਂਧੀ ਜੀ ਹੈ ਜੋ PDA ਕੇ ਕੈਂਡੀਡੇਟ ਹੈ, ਆਮ ਆਦਮੀ ਪਾਰਟੀ ਕੀ ਜੋ ਉਮੀਦਵਾਰ ਹੈ ਉਹ ਨੀਨਾ ਮਿੱਤਲ ਹੈ, ਔਰ ਅਕਾਲੀ ਦਲ ਕੇ ਜੋ ਕੈਂਡੀਡੇਟ ਹੈ ਉਹ ਸੁਰਜੀਤ ਸਿੰਘ ਰੱਖੜਾ ਹੈ। ਆਪਕੋ ਇਨ ਚਾਰੋਂ ਕਾ ਪਤਾ ਹੈ? ਪਤਾ ਹੈ ਸਰ। ਕਿਸ ਕੋ ਵੋਟ ਦੇਂਗੇ ਆਪ? ਕੈਪਟਨ ਕੋ। ਕੈਪਟਨ ਕੋ ਦੇਂਗੇ ਮਤਲਬ ਪ੍ਰਨੀਤ ਕੌਰ ਜੀ ਕੋ, ਉਨਕੀ ਵਾਈਫ ਕੋ ਦੋਗੇ ਵੋਟ? ਸੈਂਟਰ ਮੇਂ ਕੌਨ ਸੀ ਸਰਕਾਰ ਦੇਖਣਾ ਚਾਹਤੇ ਹੋ, ਮੋਦੀ ਜੀ ਕੀ ਜਾਂ ਕਾਂਗਰਸ ਕੀ ਜਾਂ ਕੋਈ ਹੋਰ? ਕਾਂਗਰਸ ਕੇ ਸਰ। ਕਾਂਗਰਸ ਕੀ ਸਰਕਾਰ ਦੇਖਣਾ ਚਾਹਤੇ ਹੋ? ਥੈਂਕ ਯੂ ਸਰ। ਪਟਿਆਲਾ ਦੇ ਵਿੱਚ ਅਗਲਾ MP ਕਿਹੜਾ ਦੇਖਦੇ ਹੋ? ਜਿਹਨੂੰ ਜਨਤਾ ਚੁਣੂਗੀ ਜੀ। ਤੁਹਾਡੀ ਵੋਟ ਕਿਹਨੂੰ ਹੋਏਗੀ? ਇਹ ਸਪਸ਼ਟ ਕਹਿਣਾ ਤਾਂ ਔਖਾ ਹੈ, ਨਾ ਹੀ ਕਹਿਣਾ ਚਾਹੀਦਾ, ਪਰ ਮੇਰੀ ਇਹ ਰਾਏ ਹੈ ਕਿ ਜਿਹੜੀ ਵੋਟ ਪੈਣੀ ਚਾਹੀਦੀ ਆ ਕਿਸੇ ਦੀ ਵੀ, ਚਾਹੇ ਉਹ ਮੇਰੀ ਆ, ਚਾਹੇ ਆਮ ਜਨਤਾ ਦੀ ਆ, ਜਾਂ ਕਿਸੇ ਦੀ ਵੀ ਹੈਗੀ ਆ, ਜੋ ਇਲੈਕਸ਼ਨ ਦੇ ਮੁੱਦੇ ਨੇ ਜਾਂ ਜਨਤਾ ਦੀਆਂ ਜੋ ਡਿਮਾਂਡਸ ਨੇ ਜਾਂ ਜਨਤਾ ਦੇ ਜੋ ਸੈਂਟੀਮੈਂਟਸ ਨੇ ਜਾਂ ਜਨਤਾ ਦੀਆਂ ਜੋ ਜ਼ਰੂਰਤਾਂ ਨੇ ਉਹਨੂੰ ਮੁੱਖ ਰੱਖਦੇ ਹੋਏ ਆਪਣੀ ਵੋਟ ਕਰਨੀ ਚਾਹੀਦੀ ਆ। ਧਰਮਵੀਰ ਗਾਂਧੀ ਜੀ ਦੇ ਕੰਮਾਂ ਤੋਂ ਸੰਤੁਸ਼ਟ ਹੋ? ਮੈਂ ਪਰਸਨਲ ਕਿਸੇ ਦਾ ਨਾਂ ਨਹੀਂ ਲੈਣਾ ਚਾਹਾਂਗਾ, ਮੈਂ ਪਹਿਲਾਂ ਵੀ ਇਹ ਗੱਲ ਕਹੀ ਆ, ਜਿਹੜਾ ਲੋਕਾਂ ਨੂੰ ਇਹ ਸਮਝਦੇ ਹਾਂ ਆਪਾਂ ਵੀ ਕੋਈ ਵੀ ਉਹ ਪਾਰਟੀ ਹੈ ਚਾਹੇ ਇੰਡੀਵਿਜੁਅਲ ਪਰਸਨ ਹੈ ਜਾਂ ਕੋਈ ਵੀ ਕੈਂਡੀਡੇਟ ਹੈ, ਜਿਹੜਾ ਲੋਕਾਂ ਦੀ ਉਮੀਦਾਂ ਨੂੰ ਪੂਰਾ ਕਰ ਸਕਦਾ, ਜਿਹੜਾ ਨੌਜਵਾਨਾਂ ਦੀਆਂ ਜੋ ਮੁੱਦੇ ਹੈਗੇ ਨੇ, ਜੋ ਕਿਸਾਨਾਂ ਦੇ ਆ, ਜੋ ਵਪਾਰੀਆਂ ਦੇ ਨੇ, ਜਾਂ ਜੋ ਆਮ ਜਨਤਾ ਦੀਆਂ ਜੋ ਡਿਮਾਂਡਸ ਨੇ, ਜੋ ਰਿਕੁਆਇਰਮੈਂਟਸ ਨੇ, ਉਹਨਾਂ ਨੂੰ ਜੋ ਫੁਲਫਿਲ ਕਰਨ ਦੀ ਸਮਰੱਥਾ ਰੱਖਦਾ, ਕਾਬਲੀਅਤ ਰੱਖਦਾ, ਜਾਂ ਉਹਨੇ ਕਰਕੇ ਦਿਖਾਇਆ, ਤਾਂ ਉਹਨੂੰ ਵੋਟ ਪੈਣੀ ਚਾਹੀਦੀ ਆ। ਸੈਂਟਰ ਦੇ ਵਿੱਚ ਦੱਸ ਸਕਦੇ ਕਿਹੜੀ ਸਰਕਾਰ ਦੇਖਣਾ ਚਾਹੁੰਦੇ ਹੋ? ਦੇਖੋ ਸਰਕਾਰ ਉਹ ਚਾਹੀਦੀ ਆ ਜਿਹੜੀ ਕਿ ਅਸਲੀ ਮੁੱਦਿਆਂ ਵੱਲ ਧਿਆਨ ਦੇਵੇ। ਮੈਂ ਨਹੀਂ ਕਹਿੰਦਾ ਮੋਦੀ ਜੀ ਨੇ ਧਿਆਨ ਦਿੱਤਾ ਜਾਂ ਨਹੀਂ ਦਿੱਤਾ, ਦੇਸ਼ ਦੀ ਜਨਤਾ ਜ਼ਿਆਦਾ ਜਾਣਦੀ ਹੈਗੀ ਹੈ, ਮੀਡੀਆ ਅੱਜ ਕੱਲ੍ਹ ਬਹੁਤ ਅਵੇਅਰ ਹੈਗਾ, ਉਹ ਵੀ ਲੋਕਾਂ ਨੂੰ ਪੂਰਾ ਗਾਈਡ ਕਰ ਰਿਹਾ, ਪਰ ਜਿਨ ਤੱਕ ਮੈਂ ਸਮਝਦਾ ਹੈਗਾ, ਜਿਨ ਤੱਕ ਬੇਰੁਜ਼ਗਾਰੀ ਦੀ ਸਮੱਸਿਆ ਹੈ, ਕਰਪਸ਼ਨ ਹੈ, ਕਿਸਾਨਾਂ ਦੀਆਂ ਸਮੱਸਿਆਵਾਂ ਨੇ, ਨੌਜਵਾਨਾਂ ਦੀਆਂ ਸਮੱਸਿਆਵਾਂ ਨੇ, ਹਰੇਕ ਫੀਲਡ ਦੇ ਵਿੱਚ ਭ੍ਰਿਸ਼ਟਾਚਾਰ ਹੈ, ਡੇਲੀ ਜਿਹੜੀ ਰੋਜ਼ਾਨਾ ਦੀ ਜ਼ਿੰਦਗੀ ਆ ਆਮ ਲੋਕਾਂ ਨੂੰ ਕਦਮ ਕਦਮ 'ਤੇ ਭ੍ਰਿਸ਼ਟਾਚਾਰ ਦਾ ਸਾਹਮਣਾ ਕਰਨਾ ਪੈ ਰਿਹਾ। ਮੈਂ ਸਮਝਦਾ ਕਿ ਕਰਪਸ਼ਨ ਮੁਕਤ ਜਿਹੜੀ ਕਿ ਲੋਕਾਂ ਨੂੰ ਇੰਪਲਾਇਮੈਂਟ ਦੇਵੇ, ਨੌਜਵਾਨਾਂ ਦੀ ਗੱਲ ਸੁਣੇ, ਉਹ ਸਰਕਾਰ ਲੋਕਾਂ ਨੂੰ ਲਿਆਉਣੀ ਚਾਹੀਦੀ ਆ ਜੀ। ਥੈਂਕ ਯੂ ਮੈਡਮ। ਪਟਿਆਲਾ ਦੇ ਵਿੱਚ ਤੁਸੀਂ ਅਗਲਾ MP ਕਿਸ ਨੂੰ ਦੇਖਣਾ ਚਾਹੁੰਦੇ ਹੋ? ਬੇਸਿਕਲੀ ਹਾਲੇ ਤੱਕ ਤਾਂ ਕੋਈ ਵੀ ਐਸਾ ਨਹੀਂ ਹੈ ਜੋ ਇੰਡੀਆ ਨੂੰ ਨਵੇਂ ਲੈਵਲ 'ਤੇ ਲੈ ਕੇ ਜਾ ਸਕੇ। ਹਰ ਕਿਸੇ ਨੂੰ ਆਪਣਾ ਹੀ ਹੁੰਦਾ, ਉਹਨੇ ਸਿਰਫ ਆਪਣਾ ਹੀ ਦੇਖਦੇ ਨੇ ਉਹ ਜ਼ਿਆਦਾਤਰ। ਮੋਸਟਲੀ ਕੁਛ ਹੈ, ਬਟ ਕੁਛ ਹੱਦ ਤੱਕ ਹੈ ਕਿ ਮੋਦੀ ਨੇ ਰਿਕਵਰ ਕੀਤਾ ਪਹਿਲੇ ਨਾਲੋਂ। ਮੋਦੀ ਨੇ ਰਿਕਵਰ ਕੀਤਾ ਹੈ। ਪਟਿਆਲਾ ਦੇ ਵਿੱਚ ਤੁਹਾਡੇ ਧਰਮਵੀਰ ਗਾਂਧੀ ਜੀ MP ਹੈਗੇ ਨੇ, ਅਤੇ ਇਸ ਵੇਲੇ ਕਾਂਗਰਸ ਵੱਲੋਂ ਪ੍ਰਨੀਤ ਕੌਰ ਜੀ ਹੈਗੇ ਨੇ, ਅਕਾਲੀ ਦਲ ਵੱਲੋਂ ਸੁਰਜੀਤ ਸਿੰਘ ਰੱਖੜਾ ਖੜੇ ਹੋਏ ਨੇ ਉਮੀਦਵਾਰ, ਅਤੇ ਆਮ ਆਦਮੀ ਪਾਰਟੀ ਵੱਲੋਂ ਨੀਨਾ ਮਿੱਤਲ ਜੀ ਦੇ। ਤੁਹਾਡੀ ਵੋਟ ਕਿਹਨੂੰ ਹੋਏਗੀ? ਸਰ ਮੋਸਟਲੀ ਬਾਈ ਨੇਮਸ ਮੈਂ ਬਹੁਤ ਹੀ ਘੱਟ ਹਾਂ ਪੋਲੀਟੀਸ਼ੀਅਨਸ ਦੇ ਵਿੱਚ ਹੱਥ ਆਲਵੇਜ਼। ਕਾਂਗਰਸ ਨੂੰ ਤੁਹਾਡੀ ਵੋਟ ਹੋਏਗੀ, ਪਰ ਤੁਸੀਂ ਨਰਿੰਦਰ ਮੋਦੀ ਦੀ ਤਾਰੀਫਾਂ ਕਰ ਰਹੇ ਹੋ, ਉਹ BJP ਦੇ। ਸਰ ਮੈਂ ਉਹੀ ਤਾਂ ਬੋਲ ਰਹੀ, ਮੇਰੇ ਕੋਲ ਪੋਲੀਟਿਕਸ ਕੀ ਇਤਨੀ ਨੌਲੇਜ ਨਹੀਂ ਹੈ,
बस ये है कि कांग्रेस का शुरू से ही है कि देखते आए हैं उनका जैसे वर्क, उनका पहला बैकग्राउंड देखा हुआ है कांग्रेस का, तो वो है कि वो बेटर है। तुसी पंजाब दे विच और इंडिया दे विच सब तो वड्डा की चाहते हो, किस चीज़ में सब तो पहला सुधार होना चाहिए? सर बेसिकली इंप्लॉयमेंट्स नू लेके, अजकल सब बच्चे अपनी डिग्रीज पोस्ट ग्रेजुएशन करके करे फ्री बैठे ने, जॉब्स नहीं है, जॉब्स ले जाते हैं, जॉब्स नहीं मिलती उन्होंने, जो जॉब्स मिलती ने तो वधिया इनकम नहीं मिलती। बेरोजगारी तो लगता है कि अपनी भारत की सब तो वड्डी समस्या हैगी है। सर अगर कुछ है तो कई आप देखते हैं कि नॉर्मली अजक वर्क कोई इन्ना प्रॉपरली करता नहीं है, हर कोई अपने बेनीफिट सोचता ज़्यादातर। थैंक यू सो मच अंकल जी। तुसी पटियाले दे विच अगला MP किन्नू देखना चाहते हो? MP देखो जी जड़ा मर्जी आए, कोई आ जाए जड़ा मर्जी, जड़ी मर्जी सरकार का सवाल ये आ, कई मुद्दे ने, हर घर चो एक मैंबर सरकारी नौकरी दे चाहिए, ठीक है जी, जिदे नाल गरीब बंदे का मसला हल हो सके, क्यों गरीब बंदे का कौन ना हो प्राइवेट नूं की मिलता, वो फटड़ हो गया, कल घर का मुखिया करने वाला फटड़ हो गया, वो खत्म, क्यों उही कमाण वाला बाकी टब्बर रुल जाना, वो कोल तो रोटी कमाण जोगे पैसे नहीं, एक तो यह मुद्दा, ठीक है जी। बाकी जी बुढ़ापा पेनशन आ, वो तकरीबन 40 साल होनी चाहिए है, 40 नहीं 45 ला लो मैक्सीम, इस तो उत्ते देनी चाहिए इन्हों, ठीक है ना। एक जी सरकारी नौकरी आ 58 तो घटा के 50 कर, क्योंकि बेरोज़गारी बड़ी आ, ये हुण आने वाली पनीरी नूं मौका मिले, क्यों 2004 तो पहलां दीआं पेनशनां सी, हुण तो पेनशन ही बंद आ। मोदी सरकार की तुसीं कारगुजारी देख लीती है 5 सालां दी, उस तो संतुष्ट हो तुसीं? मेरी गल सुनो जी, मैं तो हुण कहना मोदी सरकार तो पता कम डामाडोली है सारिआं दा, ठीक है ना, कांग्रेस ने भी की कीता नाले मोदी ने की करना, ठीक है ना, ठीक है जी। आपां इह कहने कोई होर थर्ड पार्टी आई अज की, चाहे सेंटर जाए चाहे स्टेट जाए, तुसीं बदलाव चाहुंदे हो? हाँ जी हाँ बिल्कुल। अंकल जी पटियाले दे विच तुसीं अगला MP किहड़ा देखना चाहुंदे हो? MP तो होना गांधी हो जाएगा जी, धर्मवीर गांधी जी के कामों तो संतुष्ट हो? हाँ जी हाँ जी, कम तो करेगा जी, तीजी पार्टी आनी चाहिए। सेंटर दे विच केड़ी सरकार देखना चाहुंदे हो? सेंटर च आएगी अपने, कोई आ जाए तीजी पार्टी आए जिहड़ी मर्जी आ जाए, बदलाव चाहुंदे हो तुसीं भी? अंकल जी तुसीं पटियाले दे विच अगला MP किहड़ा देखना चाहुंदे हो? ਸਾਡੇ ਵਾਸਤੇ ਸਾਰੇ ਠੀਕ ਨੇ, ਜਿਹੜਾ ਆ ਗਿਆ ਜੀ ਅਸੀਂ ਤਾਂ ਕੰਮ ਕਰਨਾ। ਧਰਮਵੀਰ ਗਾਂਧੀ ਜੀ ਨੇ ਜਿਹੜੇ ਕੰਮ ਕੀਤੇ ਨੇ ਉਸ ਤੋਂ ਖੁਸ਼ ਹੋ ਤੁਸੀਂ? ਸਾਰੇ ਹੀ ਖੁਸ਼ ਹਾਂ ਜੀ, ਠੀਕ ਹੈ ਉਹ ਵੀ। ਮੋਦੀ ਸਰਕਾਰ ਸੈਂਟਰ ਦੇ ਵਿੱਚ ਜਿਹੜੇ ਕੰਮ ਕੀਤੇ ਨੇ ਉਸ ਤੋਂ ਸੰਤੁਸ਼ਟ ਹੋ? ਸੈਂਟਰ ਦੇ ਵਿੱਚ ਮੋਦੀ ਸਰਕਾਰ ਦੁਆਰਾ ਚਾਹੀਦੀ ਹੈ? ਮੋਦੀ ਸਰਕਾਰ ਵੀ ਠੀਕ ਕਰ ਰਹੀ ਹੈ, ਕੋਈ ਐਡਾ ਮਾੜਾ ਤਾਂ ਨਹੀਂ ਕਰਿਆ ਉਹਨੇ ਕੋਈ। ਪਟਿਆਲੇ ਦੇ ਵਿੱਚ ਤੁਸੀਂ ਅਗਲਾ MP ਕਿਹੜਾ ਦੇਖਦੇ ਹੋ? ਅਗਲਾ MP? ਹਾਂ ਜੀ ਅਗਲਾ MP ਹੁਣ ਯਾਰ ਕਿਹੜਾ ਖੜਾ, ਸਾਨੂੰ ਤਾਂ ਪਤਾ ਹੀ ਨਹੀਂ ਅੱਜ ਤੱਕ, ਅਕਾਲੀਆਂ ਦਾ, ਭਾਜਪਾ ਦਾ, ਆਮ ਆਦਮੀ ਪਾਰਟੀ ਦਾ ਜਾਂ ਕੋਈ ਹੋਰ? ਆਮ ਆਦਮੀ ਪਾਰਟੀ ਦਾ ਯਾਰ। ਆਮ ਆਦਮੀ ਪਾਰਟੀ ਦਾ ਤੁਸੀਂ ਦੇਖਣਾ ਚਾਹੁੰਦੇ ਹੋ? ਭਾਜੀ ਪਟਿਆਲੇ ਦੇ ਵਿੱਚ ਤੁਸੀਂ ਅਗਲਾ MP ਕਿਹੜਾ ਦੇਖਦੇ ਹੋ? ਜਿਹੜੀ ਅੱਛਾ ਕੰਮ ਕਰੇ, ਅੱਛਾ ਨਾਗਰਿਕ ਸਾਨੂੰ ਸੁਧਾਰ ਕਰ ਸਕੇ, ਸਭ ਤੋਂ ਅੱਛਾ ਚਾਹੀਦਾ। ਉਸ ਅੱਛੇ ਉਮੀਦਵਾਰ ਦਾ ਨਾਂ ਦੱਸ ਸਕਦੇ ਹੋ? ਉਮੀਦਵਾਰ ਦਾ ਨਾਂ ਕੀ ਦੱਸੀਏ, ਜਿਹੜਾ ਕੰਮ ਕਰ ਰਿਹਾ ਅੱਛਾ ਹੈ। ਨਹੀਂ ਧਰਮਵੀਰ ਗਾਂਧੀ ਤੁਹਾਡੇ ਮੌਜੂਦਾ MP ਨੇ, ਹਾਂਜੀ ਉਹ ਕੰਮ ਤੁਸੀਂ ਦੇਖ ਲਿੱਤੇ ਨੇ, ਸੰਤੁਸ਼ਟ ਉਹਨਾਂ ਦੇ ਕੰਮਾਂ ਤੋਂ? ਬਹੁਤ ਅੱਛੀ ਤਰ੍ਹਾਂ ਕੰਮ ਅੱਛੇ ਕਰ ਰਹੇ ਨੇ, ਔਰ ਆਉਣ ਵਾਲੇ ਟਾਈਮ ਵਿੱਚ ਅੱਛਾ ਕਰਨਗੇ। ਸੈਂਟਰ ਦੇ ਵਿੱਚ ਤੁਹਾਡੀ ਵੋਟ ਕਿਹਨੂੰ ਜਾਏਗੀ, ਮੋਦੀ ਨੂੰ ਜਾਂ ਕਾਂਗਰਸ ਨੂੰ ਜਾਏਗੀ? ਅਸੀਂ ਕਹਿੰਦੇ ਸਾਡੀ ਟੋਪੀ ਵਾਲੇ ਨੂੰ ਵੋਟ ਜਾਵੇ। ਟੋਪੀ ਵਾਲੇ ਤਾਂ ਹੁਣ ਪ੍ਰਧਾਨ ਮੰਤਰੀ ਬਣ ਨਹੀਂ ਸਕਦੇ ਕਿਉਂਕਿ ਉਹ ਤਾਂ ਸੂਬਿਆਂ 'ਚ ਚੋਣਾਂ ਸਾਰਿਆਂ 'ਚ ਲੜ ਨਹੀਂ ਰਹੇ। ਸੋ ਇਸ ਕਰਕੇ ਤੁਹਾਨੂੰ ਹੁਣ ਹੋਰ ਤਾਂ ਕੋਈ ਬਦਲ ਹੈ ਨਹੀਂ ਇਸ ਵਾਰ, ਜਾਂ ਮਾਇਆਵਤੀ ਆਉਣਗੇ ਜਾਂ ਮਮਤਾ ਬੈਨਰਜੀ ਜਾਂ ਕੋਈ ਹੋਰ ਹੋਏਗਾ, ਇਹਨਾਂ ਵਿੱਚ ਚੁਣਨਾ ਪੈਣਾ, ਕਿਹਨੂੰ ਚੁਣੋਗੇ? ਮਹਾਰਾਜ ਹੁਣ ਅਸੀਂ ਹੁਣ ਐਂ ਕੀ ਚੁਣਨਾ? ਦੇਖੋ ਜੀ ਮਾਇਆਵਤੀ ਤਾਂ ਠੀਕ ਹੈ, ਪਰ ਸ਼ੱਕ ਲਾ ਕੇ ਦਿਖਾਉਣ ਇੱਕ ਵਾਰ ਵੀ ਹਾਂ ਅਸੀਂ ਜਿੱਤੇ ਹਾਂ ਤਾਂ ਕੁਛ ਕੰਮ ਕਰਕੇ ਦਿਖਾਉਣ। ਜੇ ਆ ਕੇ ਵੋਟਾਂ ਲੈ ਕੇ ਚਲੇ ਜਾਣ, ਹਾਂਜੀ ਅਸੀਂ ਆਵਾਂਗੇ ਕੰਮ ਕਰਾਂਗੇ, ਇਹ ਕਰਾਂਗੇ ਵੋ ਕਰਾਂਗੇ, ਬਟ ਅੱਜ ਤੱਕ ਅਸੀਂ ਦੇਖਿਆ ਨਹੀਂ ਕੋਈ ਵੀ ਅਗਰ ਜਿੱਤਿਆ ਹੋਏ, ਚਾਹੇ ਮੋਦੀ ਜਿੱਤਿਆ, ਚਾਹੇ ਕਾਂਗਰਸ ਜਿੱਤੀ ਹੈ, ਚਾਹੇ ਟੋਪੀ ਵਾਲਾ ਜਿੱਤਿਆ, ਇੱਕ ਵਾਰ ਆਉਂਦੇ ਨੇ ਦੂਸਰੀ ਵਾਰ ਸ਼ਕਲ ਨਹੀਂ ਦਿਖਾਉਂਦੇ ਜੀ। ਸੜਕਾਂ ਦਾ ਉਹੀ ਹਾਲ ਹੋਇਆ ਪਿਆ, ਸਾਰਾ ਕੁਛ ਹੋਈਆ, ਸੀਵਰੇਜ ਦਾ ਦੇਖੋ 4-4 ਦਿਨ ਲੱਗ ਗਏ ਇੱਕ ਜਗ੍ਹਾ 'ਤੇ, ਆ ਤੁਹਾਡੇ ਸਾਹਮਣੇ ਖੜੇ ਨੇ ਟਰੱਕ ਖੜੇ ਨੇ ਸਾਹਮਣੇ, 4 ਦਿਨ ਹੋ ਗਏ ਇੱਕ ਜਗ੍ਹਾ 'ਤੇ ਖੜੇ ਨੇ, ਟ੍ਰੈਫਿਕ ਉਸੇ ਪਾਸੋਂ ਹੋਇਆ, ਕੋਈ ਪ੍ਰਬੰਧਕ ਹੈ ਹੀ ਨਹੀਂ ਕੁਛ ਕਰਨ ਨੂੰ, ਦੱਸੋ ਕੌਣ ਕਿਹਦਾ ਜ਼ਿੰਮੇਵਾਰ ਹੈ? ਦੱਸੋ ਤੁਹਾਡੀ ਵੋਟ ਪਟਿਆਲੇ ਦੇ ਵਿੱਚ ਕਿਹਨੂੰ ਜਾਏਗੀ, ਕਿਹੜਾ MP ਦੇਖਣਾ ਚਾਹੁੰਦੇ ਹੋ? ਤੋਂ ਸ਼ੁਰੂ ਤੋਂ ਕਾਂਗਰਸ ਨੂੰ ਪਾਉਂਦੇ ਆਏ ਹਾਂ, ਹਾਲਾਂਕਿ ਹੁਣ ਵੀ ਅਸੀਂ ਸੋਚ ਰਹੇ ਕਾਂਗਰਸ ਨੂੰ ਪਾਈਏ, ਪਰ ਅਸੀਂ ਅੱਕੇ ਹੋਏ ਹਾਂ ਇਸ ਟਾਈਮ, ਕੀ ਕਰੀਏ, ਕੋਈ ਕੰਮ ਕੋਈ ਕਰੇਗਾ ਤਾਂ ਹੀ। ਮਤਲਬ ਹੁਣ ਮਜਬੂਰੀ ਵਿੱਚ ਵੋਟ ਪਾਓਗੇ, ਪਰ ਕਿਹਨੂੰ ਪਾਓਗੇ? ਪਰ ਅਸੀਂ ਮਜਬੂਰੀ ਦੇ ਤੌਰ 'ਤੇ ਕਾਂਗਰਸ ਨੂੰ ਹੀ ਪਾਵਾਂਗੇ। ਦੇਖ ਲਓ ਮਜਬੂਰੀ ਦੇ ਤੌਰ 'ਤੇ ਤੁਸੀਂ ਆ ਸਾਡਾ, ਅਗਰ ਉਹ ਕੁਛ ਆ ਕੇ ਕੰਮ ਕਰਨਗੇ, ਹੱਲਾਸ਼ੇਰੀ ਕਰਨਗੇ, ਕਹਿੰਦੇ ਜੀ ਵੀ ਹੁਣ ਬਠਿੰਡੇ ਦੇ ਵਿੱਚ ਬਾਦਲ ਨੇ ਸਾਰਾ ਕੁਛ ਬਣਾ ਰੱਖਿਆ,
ਪਟਿਆਲੇ ਸ਼ਹਿਰ ਦੇ ਵਿੱਚ ਕਾਂਗਰਸ ਹੈ, ਪਟਿਆਲੇ ਨੂੰ ਵੀ ਕੁਝ ਬਣਾ ਕੇ ਦਿਖਾਓ ਯਾਰ, ਅਸੀਂ ਕਹਿ ਸਕੀਏ ਵੀ ਸਾਡੀ ਕਾਂਗਰਸ ਨੇ ਸਾਡੇ ਵਾਸਤੇ ਕੁਝ ਕੀਤਾ। ਪੰਜਾਬ ਦੇ ਵਿੱਚ ਕਣਕਾਂ ਦੀ ਵਾਢੀ ਚੱਲ ਰਹੀ ਹੈ, ਇਸ ਕਰਕੇ ਜਿਹੜੇ ਕਿਸਾਨ ਭਰਾ ਨੇ ਉਹ ਜ਼ਿਆਦਾਤਰ ਮੰਡੀਆਂ ਦੇ ਵਿੱਚ ਨੇ ਅਤੇ ਜਾਂ ਖੇਤਾਂ ਦੇ ਵਿੱਚ ਨੇ, ਸੋ ਇਸ ਕਰਕੇ ਅਸੀਂ ਉਹਨਾਂ ਦੀ ਵੀ ਰਾਏ ਜਾਣਨ ਲਈ ਹੁਣ ਇੱਥੇ ਮੰਡੀ ਪੁੱਜੇ ਹਾਂ, ਦਾਣਾ ਮੰਡੀ, ਅਤੇ ਇੱਥੋਂ ਰਾਏ ਜਾਣਾਂਗੇ ਕਿਸਾਨ ਭਰਾਵਾਂ ਦੀ ਕਿ ਉਹ ਅਗਲੀ ਸਰਕਾਰ ਸੈਂਟਰ ਦੇ ਵਿੱਚ ਕਿਹੜੀ ਦੇਖਣਾ ਚਾਹੁੰਦੇ ਨੇ ਅਤੇ ਇੱਥੋਂ ਦੇ ਐਮ ਪੀ ਬਾਰੇ ਉਹਨਾਂ ਦੇ ਕੀ ਵਿਚਾਰ ਨੇ, ਕਿਹੜਾ ਅਗਲਾ ਐਮ ਪੀ ਦੇਖਣਾ ਚਾਹੁੰਦੇ ਨੇ। ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਅ ਜੀ, ਪਟਿਆਲੇ ਦੇ ਵਿੱਚ ਤੁਸੀਂ ਅਗਲਾ ਐਮ ਪੀ ਕਿਹੜਾ ਦੇਖਣਾ ਚਾਹੁੰਦੇ ਹੋ? ਸੁਰਜੀਤ ਰੱਖੜਾ। ਰੱਖੜਾ ਸਾਹਿਬ ਨੂੰ ਦੇਖਣਾ ਚਾਹੁੰਦੇ ਹੋ, ਕੀ ਵੱਡਾ ਕਾਰਨ? ਇਹ ਸਾਊ ਬੰਦਾ। ਸਾਊ ਬੰਦਾ ਧਰਮਵੀਰ ਗਾਂਧੀ ਸਾਊ ਨਹੀਂ? ਧਰਮਵੀਰ ਬੰਦਾ ਗਾਂਧੀ ਵੀ ਠੀਕ ਹੈ ਸਰ, ਜਾਣੀ ਕਿ ਬੁਲਾਓਗੇ ਸਾਡੇ ਲਵੇ ਦਾ। ਅੱਛਾ, ਹਾਂ। ਸੁਰਜੀਤ ਸਿੰਘ ਰੱਖੜਾ ਕੀ ਵੱਡੀ ਖਾਸੀਅਤ ਹੈ ਕਿ ਤੁਸੀਂ ਉਹਨਾਂ ਨੂੰ ਚਾਹੁੰਦੇ ਕਿ ਇੱਥੋਂ ਦੀ ਐਮ ਪੀ ਬਣਨ? ਉਹ ਸਰ ਸਾਊ ਤੋਂ ਇਲਾਵਾ, ਸਾਊ ਤੋਂ ਇਲਾਵਾ ਦਰਵੇਸ਼ ਸਿਆਸਤਦਾਰ ਨੇ, ਕਿਸੇ ਦੇ ਮਾੜੀ ਚੰਗੀ ਨਹੀਂ ਕਰਦੇ ਹੈਗੇ। ਅੱਛਾ, ਕਿਸੇ ਦੇ ਨਿੱਜੀ ਹਮਲੇ ਨਹੀਂ ਕਰਦੇ, ਮੁੱਦਿਆਂ ਉੱਤੇ ਚੋਣ ਲੜਦੇ ਨੇ? ਮੁੱਦਿਆਂ ਉੱਤੇ ਚੋਣ ਲੜਦੇ। ਅਤੇ ਤੁਸੀਂ ਸੈਂਟਰ ਦੇ ਵਿੱਚ ਕਿਹੜੀ ਸਰਕਾਰ ਦੇਖਣਾ ਚਾਹੁੰਦੇ ਹੋ? ਨਰਿੰਦਰ ਮੋਦੀ ਦੀ ਸਰਕਾਰ ਦੇਖਣਾ ਚਾਹੁੰਦੇ ਹੋ ਜਾਂ ਹੋਰ ਕੋਈ? ਨਰਿੰਦਰ ਮੋਦੀ ਦਾ ਧਰਮ ਦੇ ਨਾਂ 'ਤੇ ਲੜਾ ਰਿਹਾ, ਪਤਾ ਕਿ ਜੰਗੇ ਫਸਾਦ ਜ਼ਿਆਦਾ ਖੜਕਾ ਰਿਹਾ ਉਹ। ਅਤੇ ਸੈਂਟਰ ਦੇ ਵਿੱਚ ਫਿਰ ਸਰਕਾਰ ਕਿਹੜੀ ਦੇਖਣਾ ਚਾਹੁੰਦੇ ਹੋ? ਮਨਮੋਹਨ ਸਿੰਘ ਦੀ। ਡਾਕਟਰ ਮਨਮੋਹਨ ਸਿੰਘ ਕਾਂਗਰਸ ਸਰਕਾਰ ਦੇਖਣਾ ਚਾਹੁੰਦੇ ਹੋ ਤੁਸੀਂ? ਹਾਂ। ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਜਾਂ ਪ੍ਰਿੰਕਾ ਗਾਂਧੀ ਨੂੰ? ਮਨਮੋਹਨ ਸਿੰਘ ਨੂੰ ਪੰਜਾਬ ਦਾ ਬੰਦਾ ਸੀ, ਪੰਜਾਬੀ ਆ ਯਾਰ। ਜੀ ਜੀ, ਹਾਂ। ਅਤੇ ਕਿਸਾਨਾਂ ਦੀਆਂ ਖਾਸ ਤੌਰ 'ਤੇ ਕੀ ਵੱਡੀਆਂ ਸਮੱਸਿਆਵਾਂ ਨੇ? ਖੁਦਕੁਸ਼ੀਆਂ ਕਰ ਰਹੇ ਨੇ, ਕਿਹੜੀ ਮਰਜ਼ੀ ਸਰਕਾਰ ਆ ਜਾਵੇ ਮਤਲਬ ਗਲ ਫਰਾਹੇ ਲੈ ਰਹੇ ਨੇ। ਇਹ ਤਾਂ ਪਤਾ ਅੰਗਰੇਜ਼ ਵਧੀਆ ਦੇ ਦੇਣ ਨਾਲੋਂ, ਜਿਹੜੇ ਆਹ ਮੁਲਕ ਨਾਲੋਂ ਨਾ ਜਿਹੜੇ ਉਹ ਨੇ ਲੋਕ ਦੁਨੀਆ ਛੱਡ ਛੱਡ ਕੇ ਤਾਂ ਬਾਹਰ ਨੂੰ ਭੱਜ ਰਹੇ ਆ। ਭਾਅ ਜੀ, ਤੁਸੀਂ ਅਗਲਾ ਪਟਿਆਲੇ ਦੇ ਵਿੱਚ ਐਮ ਪੀ ਕਿਹੜਾ ਦੇਖਦੇ ਹੋ? ਮਹਾਰਾਣੀ ਜੀ, ਮਹਾਰਾਣੀ ਪ੍ਰਨੀਤ ਕੌਰ, ਕੀ ਵੱਡਾ ਕਾਰਨ? ਅਸੀਂ ਕਾਂਗਰਸੀ ਹਾਂ, ਕਾਂਗਰਸ ਦੀ ਸਰਕਾਰ ਹੈ, ਉਸ ਨੂੰ ਵੋਟਾਂ ਪਾਵਾਂਗੇ, ਪਹਿਲਾਂ ਵੀ ਪਾਉਂਦੇ ਜੀ। ਧਰਮਵੀਰ ਗਾਂਧੀ ਦੇ ਕੰਮਾਂ ਤੋਂ ਸੰਤੁਸ਼ਟ ਨਹੀਂ? ਨਹੀਂ ਜੀ, ਸਾਡੇ ਤਾਂ ਕੰਮ ਕਰੇ ਇਹਨਾਂ ਨੇ ਕੋਈ। ਸੈਂਟਰ ਦੇ ਵਿੱਚ ਤੁਸੀਂ ਕਿਹੜੀ ਸਰਕਾਰ ਦੇਖਣਾ ਚਾਹੁੰਦੇ ਹੋ? ਕਾਂਗਰਸ ਦੀ। ਸੈਂਟਰ ਵੀ ਕਾਂਗਰਸ ਦੇਖਣਾ ਚਾਹੁੰਦੇ ਹੋ? ਇੱਥੇ ਤੁਸੀਂ ਕੱਟੜ ਕਾਂਗਰਸੀ ਹੋ। ਹਾਂਜੀ ਹਾਂਜੀ। ਧਰਮ, ਪਿਛਲੀ ਵਾਰ ਤੁਸੀਂ ਵੋਟ ਕਿਹਨੂੰ ਪਾਈ ਸੀ? ਕਾਂਗਰਸ ਨੂੰ। ਪਿਛਲੀ ਵਾਰੀ ਤੁਹਾਡੀ ਕਾਂਗਰਸ ਨੂੰ ਵੋਟ ਸੀ, ਕਾਂਗਰਸ ਦੇ ਪੱਕੜ ਫੈਨ ਲੱਗਦੇ ਹੋ? ਹਾਂਜੀ ਹਾਂਜੀ। ਅਤੇ ਪ੍ਰਧਾਨ ਮੰਤਰੀ ਕਿਹਨੂੰ ਦੇਖਣਾ ਚਾਹੁੰਦੇ ਹੋ? ਰਾਹੁਲ ਗਾਂਧੀ ਨੂੰ ਦੇਖਣਾ ਚਾਹੁੰਦੇ ਹੋ, ਪ੍ਰਿੰਕਾ ਗਾਂਧੀ ਨੂੰ ਦੇਖਣਾ ਚਾਹੁੰਦੇ ਹੋ ਜਾਂ ਕੋਈ ਹੋਰ? ਉਹ ਤਾਂ ਜਿਹੜਾ ਪਾਰਟੀ ਬਣਾਊਗੀ ਅਸੀਂ ਤਾਂ ਕਿਹਨੂੰ ਦੇਖਣਾ? ਉਸ ਨੂੰ ਸਲਾਮ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਨਰਿੰਦਰ ਮੋਦੀ ਜੀ ਦੀ ਸਰਕਾਰ ਤੋਂ ਖੁਸ਼ ਹੋ? ਅਸੀਂ ਕਿਹਦੇ ਤੋਂ ਵੀ ਨਹੀਂ ਖੁਸ਼, ਅਸੀਂ ਆਪ ਦਾ ਕੰਮ ਕਰਦੇ ਆ ਤੇ ਖਾਂਦੇ ਆ। ਹਾਂ, ਸਾਨੂੰ ਪੈਸੇ ਨਹੀਂ ਮਿਲੇ ਨਰੇਗੇ ਵਾਲੇ। ਨਰੇਗਾ ਦੇ ਤੁਹਾਨੂੰ ਪੈਸੇ ਨਹੀਂ ਮਿਲੇ, ਕੀ ਕਾਰਨ ਵੱਡਾ? ਕੀ ਪਤਾ ਕੀ ਕਾਰਨ, ਨਹੀਂ ਸਰਕਾਰ ਨੇ ਪਾਏ ਨੀਗਾ। ਮਾਤਾ ਜੀ ਨੇ ਜਿੱਦਾਂ ਦੱਸਿਆ ਕਿ ਇਹਨਾਂ ਨੂੰ ਨਰੇਗਾ ਦੇ ਪੈਸੇ ਹੀ ਨਹੀਂ ਮਿਲੇ, ਇਹ ਦੇਖ ਲਓ ਤੁਸੀਂ ਆਪਣੇ ਦੇਸ਼ ਦੇ ਵਿੱਚ ਕੀ ਹੋ ਰਿਹਾ। ਸੈਂਟਰ ਦੇ ਵਿੱਚ ਬੈਠੇ ਨਰਿੰਦਰ ਮੋਦੀ ਜੀ ਕਹਿ ਰਹੇ ਨੇ ਅਸੀਂ ਕਿਸਾਨਾਂ ਨੂੰ ਰੁਜ਼ਗਾਰ ਦੇ ਰਹੇ ਹਾਂ, ਪਿੰਡਾਂ ਦੇ ਵਿੱਚ ਰੁਜ਼ਗਾਰ ਦੇ ਰਹੇ ਹਾਂ, ਆਪਾਂ ਹੋਰ ਵੀ ਜਾਣਾਂਗੇ ਹੋਰ ਕੀ ਕੀ ਸਮੱਸਿਆਵਾਂ ਆ ਰਹੀਆਂ ਨੇ। ਪੜ੍ਹਦੇ ਨੇ ਉਹ ਕਹਿੰਦੇ ਨੇ ਫੀਸਾਂ ਮਾਫ ਨੇ ਜੀ, ਅਸੀਂ ਭਰ ਰਹੇ ਹਾਂ, ਇਹ ਦੱਸੋ ਕੀ ਕਾਰਨ ਹੈ? ਹੁਣ ਕਹਿੰਦੇ ਵਰਦੀਆਂ ਵੀ ਨਹੀਂ ਮਿਲਣੀਆਂ, ਸਾਡੇ ਚਾਰ ਚਾਰ ਪੰਜ ਪੰਜ ਬੱਚੇ ਨੇ, ਅਸੀਂ ਕਿੱਥੋਂ ਪੜ੍ਹਾਈਏ, ਅਸੀਂ ਘਰੇ ਬਿਠਾ ਲੈਣੇ। ਮਤਲਬ ਤੁਹਾਡੇ ਬੱਚਿਆਂ ਨੂੰ ਪੜ੍ਹਨ ਨਹੀਂ ਜਾਂਦੇ? ਜਾਂਦੇ ਨੇ, ਹੁਣ ਕਹਿੰਦੇ ਫੀਸਾਂ ਭਰੋ, ਅਸੀਂ ਦਿਹਾੜੀਦਾਰ ਬੰਦੇ, ਅਸੀਂ ਕਿੱਥੋਂ ਭਰੀਏ ਇੰਨੀਆਂ ਨੇ ਫੀਸਾਂ? ਹੁਣ ਕਹਿੰਦੇ ਵਰਦੀ ਵੀ ਮੁੱਲ ਲਓ, 800-800 ਭਰੋ ਤਾਂ ਵਰਦੀਆਂ ਦੇਵਾਂਗੇ, ਅਸੀਂ ਕਿਆ ਪੜ੍ਹਨ ਨੂੰ ਹੀ ਹਟ ਜਾਓ। ਮਨਰੇਗਾ ਸਕੀਮ ਤਹਿਤ ਜਿਹੜੀ ਰਾਸ਼ੀ ਤੁਹਾਨੂੰ ਮਿਲ ਰਹੀ ਹੈ, ਕੰਮ ਜਿਹੜੀ ਦਿਹਾੜੀ ਮਿਲਣੀ ਚਾਹੀਦੀ ਸੀ ਉਹ ਮਿਲਦੀ ਪਈ ਹੈ? ਉਹ ਤਾਂ ਜੀ ਹਾਂ, ਦਿਹਾੜੀ ਤਾਂ ਅਸੀਂ ਜੱਟਾਂ ਦੇ ਜਾਂਦੇ, ਅਸੀਂ ਕਿਹੜੇ ਨਰੇਗੇ 'ਚ ਜਾਂਦੇ ਹਾਂ, ਜੇ ਸਰਕਾਰ ਦੀ ਦਿਹਾੜੀ ਨਹੀਂ ਸਾਡੇ 'ਚ ਕੋਈ ਵੀ ਗਿਆ। ਮੋਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਗਏ ਨਹੀਂ ਹੋ? ਅਸੀਂ ਕਿਸੇ ਤੋਂ ਨਹੀਂ ਖੁਸ਼, ਅਸੀਂ ਦੱਸ ਰਹੇ ਹਾਂ ਜੀ ਤੁਹਾਨੂੰ, ਜੇ ਸਾਡੇ ਜੀ ਨਰੇਗੇ ਦੇ ਪੈਸੇ ਨਹੀਂ ਆ ਰਹੇ, ਅਸੀਂ ਫਿਰ ਕਦ ਤੋਂ ਖੁਸ਼ ਹਾਂ? ਨਰੇਗੇ ਦੇ ਪੈਸੇ ਨਹੀਂ ਆ ਰਹੇ, ਅਸੀਂ ਕੰਮ ਕਰਦੇ ਹਾਂ, ਸਾਡੇ ਨਰੇਗੇ ਦੇ ਪੈਸੇ ਨਹੀਂ ਆ ਰਹੇ। ਹੁਣ ਐਮ ਪੀ ਦੀ ਚੋਣ ਹੋਣ ਜਾ ਰਹੀ ਹੈ, ਇੱਥੋਂ ਬੀਬੀ ਪ੍ਰਨੀਤ ਕੌਰ ਖੜੀ ਹੈ ਕਾਂਗਰਸ ਵੱਲੋਂ, ਸੁਰਜੀਤ ਸਿੰਘ ਰੱਖੜਾ ਅਕਾਲੀ ਦਲ ਵੱਲੋਂ ਖੜੇ ਨੇ, ਅਤੇ ਧਰਮਵੀਰ ਗਾਂਧੀ ਜਿਹੜੇ ਹੈਗੇ ਨੇ ਉਹ ਪੀ ਡੀ ਏ ਦੇ ਉਮੀਦਵਾਰ ਹੈਗੇ ਨੇ, ਆਮ ਆਦਮੀ ਪਾਰਟੀ ਵੀ ਹੈਗੀ ਹੈ, ਤੁਹਾਡੀ ਵੋਟ ਕਿਹਨੂੰ ਹੋਏਗੀ? ਸਾਡੀ ਵੋਟ ਦਾ ਕਾਂ ਉਹ ਬੁੜੀ ਦੱਸੋ, ਤੁਹਾਡੀ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਕਾਂਗਰਸ ਨੂੰ ਵੋਟ ਹੋਏਗੀ ਤੁਹਾਡੀ? ਹਾਂ, ਅਸੀਂ ਤਾਂ ਕਾਂਗਰਸ ਨੂੰ ਪਾਵਾਂਗੇ। ਕੀ ਕਾਰਨ ਕਾਂਗਰਸ ਨੂੰ ਵੋਟ ਕਿਉਂ ਪਾਓਗੇ? ਨਾ, ਸਾਡਾ ਕੰਮ ਵਧੀਆ ਕਰੂਗੀ, ਕਰੂਗੀ ਵੀ ਜ਼ਰੂਰ। ਨਰਿੰਦਰ ਮੋਦੀ ਦੇ ਕੰਮਾਂ ਤੋਂ ਖੁਸ਼ ਨਹੀਂ ਹੈਗੇ ਤੁਸੀਂ? ਨਾ, ਸਾਨੂੰ ਕੋਈ ਨਹੀਂ, ਹਾਲੇ ਨਰਿੰਦਰ ਮੋਦੀ ਉਹਨੇ ਕੁਛ ਨਹੀਂ ਕਰਿਆ ਸਾਡਾ। ਹਾਂ ਜੀ, ਸਾਡੇ ਕੁਛ ਨਹੀਂ ਕਰਿਆ, ਬਿਲਕੁਲ ਸਾਡੇ ਕੋਈ ਕੰਮ ਨਹੀਂ ਕਰੇ ਰੱਖੜੇ ਨੇ, ਨਾ ਅਸੀਂ ਅੱਜ ਤੱਕ ਕਰਾਏ ਨੇ, ਅਸੀਂ ਕਾਂਗਰਸ ਤੋਂ ਕੰਮ ਲਏ ਨੇ, ਕਾਂਗਰਸ ਨੂੰ ਵੋਟਾਂ ਦੇ ਰਹੇ ਹਾਂ, ਨਾ ਅਸੀਂ ਮੋਦੀ ਨੂੰ ਕੁਛ, ਸਾਨੂੰ ਕੁਛ ਦਿੱਤਾ,
ਫਿਰ ਸਾਡਾ ਅੱਜ ਕੀ ਕਿਸਮ ਰਹੇ, ਅਸੀਂ ਦਿਹਾੜੀਦਾਰ ਬਣਦੇ ਹਾਂ। ਤੁਸੀਂ ਦੇਖਿਆ ਕਿ ਲੋਕ ਦੁਖੀ ਨੇ ਸਰਕਾਰ ਤੋਂ, ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਮਨਰੇਗਾ ਦੇ ਪੈਸੇ ਆਉਣੇ ਚਾਹੀਦੇ ਸੀ ਉਹ ਵੀ ਨਹੀਂ ਉਹਨਾਂ ਨੂੰ ਮਿਲੇ, ਚਾਰ ਚਾਰ ਬੱਚੇ ਨੇ। ਸਾਈਕਲ ਮਿਲਦੇ ਨੇ ਬਾਹਰ ਹਰਿਆਣੇ 'ਚ, ਸਾਈਕਲ ਮਿਲਦੇ ਨਾ ਉਹਨਾਂ ਨੂੰ, ਸਾਈਕਲ ਨਾ ਉਹਨਾਂ ਨੂੰ ਵਰਦੀਆਂ, ਉਹਨਾਂ ਨੂੰ ਕੁਛ ਨਹੀਂ ਮਿਲ ਰਿਹਾ। ਹੁਣ ਕਹਿੰਦੇ ਫੀਸਾਂ ਭਰੋ, ਕਿੱਥੋਂ ਭਰੀਏ ਫੀਸਾਂ ਅਸੀਂ, ਅਸੀਂ ਬੱਚੇ ਪੱਲਿਓਂ ਖਰਚਾ ਕਰਕੇ ਤੇ ਅਸੀਂ ਪੜ੍ਹਾ। ਤੁਸੀਂ ਕਹਿ ਰਹੇ ਹੋ ਕਾਂਗਰਸ ਨੂੰ ਵੋਟ ਦੇਣੀ ਹੈ, ਪੰਜਾਬ ਦੇ ਵਿੱਚ ਤਾਂ ਕਾਂਗਰਸ ਦੀ ਸਰਕਾਰ ਹੈ, ਕੁਛ ਕਰ ਰਹੀ ਤੁਹਾਡੇ ਵਾਸਤੇ? ਐਜ ਕੀ ਸਾਡੇ ਅੱਜ ਬਣਾਈ ਕਰਿਆ ਕੁਛ, ਅੱਗੇ ਸਾਨੂੰ ਕੁਛ ਨਹੀਂ ਦਿੱਤਾ, ਐਜ ਕੱਲ੍ਹ ਸਾਡੇ ਅੱਜ ਕਰੀ ਹੈ ਜੀ। ਇਸ ਵਾਰ ਕਹਿਣਾ ਹੈ ਕਿ ਕਾਂਗਰਸ ਸਰਕਾਰ ਚਾਹੁੰਦੇ ਨੇ ਸੈਂਟਰ ਦੇ ਵਿੱਚ, ਅਤੇ ਹੋਰ ਵੀ ਸਮੱਸਿਆਵਾਂ ਨੇ, ਪੜ੍ਹਾਈ ਮਹਿੰਗੀ ਹੈ, ਚਾਰ ਚਾਰ ਬੱਚੇ ਨੇ ਪੜ੍ਹਾਉਣੇ ਔਖੇ ਹੋ ਗਏ, ਬੱਚੇ ਉਹਨਾਂ ਨੇ ਘਰੇ ਬਿਠਾ ਲਏ ਨੇ। ਸੋ ਇਸ ਕਰਕੇ ਇਹ ਖਾਲੀ ਇਸ ਪਿੰਡ ਦੀ ਸਮੱਸਿਆ ਨਹੀਂ ਹੈਗੀ, ਇਹੀ ਸਮੱਸਿਆ ਆਪਣੇ ਪੂਰੇ ਹਿੰਦੁਸਤਾਨ ਦੀ ਹੈ, ਸਰਕਾਰਾਂ ਨੂੰ ਸਮੱਸਿਆ ਹੱਲ ਕਰਨੀ ਚਾਹੀਦੀ ਹੈ। ਸਤਿ ਸ਼੍ਰੀ ਅਕਾਲ ਬਾਬਾ ਜੀ, ਅਗਲਾ ਸੰਸਦ ਮੈਂਬਰ MP ਕਿਹੜਾ ਦੇਖਦੇ ਹੋ, ਪਟਿਆਲੇ ਵਿੱਚ ਕੌਣ ਜਿੱਤੂਗਾ? ਬਈ ਹੁਣ ਮੈਂ ਇਸ ਵਾਸਤੇ ਕਹਿ ਨਹੀਂ ਸਕਦੇ ਵੀ ਕੀ ਪਤਾ ਕੌਣ ਜਿੱਤੂਗਾ, ਹਰੇਕ ਇਹ ਕਹਿ ਦਿੰਦਾ ਵੀ ਮੈਂ ਆਇਆ ਆਇਆ, ਹਰੇਕ ਇਹੀ ਗੱਲ ਆ। ਤੁਹਾਡੀ ਵੋਟ ਅਕਾਲੀਆਂ ਨੂੰ, ਕਾਂਗਰਸ ਨੂੰ, ਆਮ ਆਦਮੀ ਪਾਰਟੀ ਨੂੰ ਜਾਂ ਕਿਸੇ ਹੋਰ ਨੂੰ? ਸਾਡੀ ਵੋਟ ਤਾਂ ਪਈ, ਅਸੀਂ ਤਾਂ ਕਾਂਗਰਸ ਨੂੰ ਪਾਉਂਦੇ ਹੁੰਦੇ ਹਾਂ, ਐਵੇਂ ਤੈਨੂੰ ਕਹਿ ਦਈਏ। ਅੱਛਾ ਜੀ, ਹਾਂ। ਅਤੇ ਸੈਂਟਰ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਦੀ ਜਿਹੜੀ 5 ਸਾਲਾਂ ਦੀ ਕਾਰਗੁਜ਼ਾਰੀ ਹੈ, ਉਸ ਤੋਂ ਸੰਤੁਸ਼ਟ ਹੋ? ਉਹ ਤਾਂ ਠੀਕ ਹੈ, ਜਿੰਨਾ ਚਿਰ ਚੱਲਦੀ ਰਹੀ ਹੈ ਠੀਕ ਹੈ ਬਾਈ। ਹੁਣ ਇਹ ਆਪਦੀ ਬਣਾ ਗਿਆ, ਪਹਿਲਾਂ ਆਪਦੀ ਬਣਾ ਗਏ, ਜਿਹੜਾ ਗਾਹਾਂ ਨੂੰ ਆਊ ਉਹ ਆਪਦੀ ਬਣਾ ਜੂ। ਮਤਲਬ ਹੁਣ ਅਗਲੀ ਸੈਂਟਰ ਵਿੱਚ ਸਰਕਾਰ ਭਾਜਪਾ ਦੀ ਦੇਖਣਾ ਚਾਹੁੰਦੇ ਜਾਂ ਕਾਂਗਰਸ ਦੀ? ਬਈ ਐ ਨਹੀਂ, ਮੈਂ ਤਾਂ ਅਨਪੜ੍ਹ ਹਾਂ ਰਾਜੇ, ਮੈਂ ਨਹੀਂ ਕਹਿ ਸਕਦਾ ਨਾ ਰਾਜੇ, ਮੈਂ ਤਾਂ ਇਹੋ ਜਿਹਾ ਕੰਮ ਕਰਿਆ ਹੀ ਨਹੀਂ ਕਦੇ। ਮੈਂ ਤੁਸੀਂ ਸ਼ਹਿਦ ਦਾ ਕੰਮ ਕਰਦੇ ਹੋ, ਕਿੰਨੇ ਸਾਲ ਹੋ ਗਏ ਕਰਦੇ ਨੂੰ? ਮੈਨੂੰ ਤਾਂ ਮੱਖੀਆਂ ਦਾ ਕੰਮ ਕਰਦਿਆਂ ਨੂੰ 12 ਸਾਲ ਹੋ ਗਏ, 12-13 ਸਾਲ ਟੋਟਲਾ। 12 ਸਾਲ ਹੋ ਗਏ, ਕੰਮ ਵਧੀਆ ਚੱਲ ਰਿਹਾ? ਬਸ ਚੱਲਦਾ, ਠੀਕ ਚੱਲਦਾ। ਚਲੋ, ਵਾਹਿਗੁਰੂ ਦੀ ਕਿਰਪਾ ਬਣੀ ਰਹਿਣੀ ਚਾਹੀਦੀ ਹੈ। ਸਤਿ ਸ਼੍ਰੀ ਅਕਾਲ ਜੀ। ਰੋਟੀ ਟੁੱਕਾ ਵੀਰੇ, ਵਧੀਆ ਚੱਲੀ ਜਾਂਦਾ ਜੀ ਜੀ। ਹਾਂ ਚਲੋ ਜੀ, ਬਹੁਤ ਬਹੁਤ ਧੰਨਵਾਦ। ਹਾਂ। ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ, ਅਗਲਾ MP ਪਟਿਆਲੇ ਦਾ ਕਿਹੜਾ ਦੇਖਦੇ ਹੋ, ਕਿਹੜਾ ਸੰਸਦ ਮੈਂਬਰ ਬਣੂਗਾ? ਮੈਂਬਰ ਤਾਂ ਰੱਖੜਾ ਚਾਹੀਦਾ। ਰੱਖੜਾ ਚਾਹੀਦਾ ਤੁਹਾਨੂੰ? ਕੀ ਕਾਰਨ, ਕੀ ਸੁਰਜੀਤ ਸਿੰਘ ਰੱਖੜਾ ਨੂੰ ਤੁਸੀਂ ਅਗਲਾ ਸੰਸਦ ਮੈਂਬਰ ਦੇਖਣਾ ਚਾਹੁੰਦੇ ਹੋ? ਸਾਡਾ ਰੱਖੜਾ ਬਹੁਤ ਵਧੀਆ ਕੰਮ ਕਰਦਾ, ਸਾਨੂੰ ਹੋਰ ਕਿਸੇ ਨੇ ਅਜੇ ਤੱਕ MLA ਨੇ ਜਾਂ ਹੋਰ ਨੇ ਕਿਸੇ ਨੇ ਸਾਡੀ ਬਾਂਹ ਨਹੀਂ ਫੜੀ ਹੈਗੀ ਅੱਗੇ। ਅੱਛਾ ਅੱਛਾ, ਨਹੀਂ ਧਰਮਵੀਰ ਗਾਂਧੀ ਕਦੇ ਆਏ ਨਹੀਂ ਤੁਹਾਡੇ ਕੋਲ ਇੱਧਰ ਗੇੜਾ ਮਾਰਨ? ਨਾ, ਸਾਡੇ ਕੋਲ ਕੋਈ ਨਹੀਂ ਆਇਆ ਹੈ ਅਜੇ ਤੱਕ, ਨਾ ਜਿਹੜੀ ਹੁਣ ਸਰਕਾਰ ਬਣੀ ਆ ਪੰਜਾਬ 'ਚ, ਨਾ ਉਹਨਾਂ ਦਾ ਕੋਈ ਆਇਆ, ਨਾ ਪਹਿਲਾਂ ਆਇਆ। ਸੁਰਜੀਤ ਸਿੰਘ ਰੱਖੜਾ ਕੋਲ ਜਦੋਂ ਤੁਸੀਂ ਕੋਈ ਕੰਮ ਕਰਾਉਣ ਜਾਂਦੇ, ਕਰਦੇ ਨੇ ਉਹ ਕੰਮ? ਹਾਂ, ਕਰਦਾ ਹੁੰਦੇ ਨੇ। ਅੱਛਾ ਜੀ, ਅਤੇ ਤੁਸੀਂ ਦਿੱਲੀ ਦੇ ਵਿੱਚ ਕਿਹੜੀ ਸਰਕਾਰ ਦੇਖਣਾ ਚਾਹੁੰਦੇ ਹੋ? ਦਿੱਲੀ ਦੇ ਵਿੱਚ ਤਾਂ ਹੁਣ ਜਨਤਾ ਦੱਸੂਗੀ ਵੀ ਕਿਹੜੇ ਦੇਖਣੀ ਚਾਹੁੰਦੇ ਹਾਂ। ਅਸੀਂ ਤਾਂ ਮਤਲਬ ਵੀ ਕੀ ਕਹਿੰਦੇ ਹਾਂ, ਸਾਡੀ ਫਸਲ ਰੁਲ ਰਹੀ ਆ ਹੁਣ ਮੰਡੀਆਂ ਦੇ ਵਿੱਚ, ਦੱਸੋ ਕੀ ਸਰਕਾਰ ਤੱਕ ਅਸੀਂ ਕਰਾਂਗੇ, ਕੀ ਸਰਕਾਰ ਨੂੰ ਕਰੀਏ, ਸਾਡੀ ਫਸਲ ਰੁਲ ਰਹੀ ਆ, ਕੁਦਰਤ ਨੇ ਸਾਡਾ ਬੁਰਾ ਹਾਲ ਕਰਤਾ, ਜੇ ਕੁਦਰਤ ਨਾਰਾਜ਼ ਹੋ ਗਈ ਤਾਂ ਸਰਕਾਰ ਤਾਂ ਨਾਰਾਜ਼ ਨਾ ਹੋਵੇ ਸਾਡੇ ਨਾਲ, ਦੱਸੋ ਅਸੀਂ ਮੰਡੀਆਂ ਦੇ ਵਿੱਚ ਕੀ ਕਰਾਂਗੇ, ਬੈਠੇ ਨੇ ਉਹ ਜ਼ਿਮੀਦਾਰ ਰੁਲ ਰਹੇ ਨੇ। ਨਹੀਂ, ਹੁਣ ਮੀਂਹ ਆਇਆ, ਗੜੇਮਾਰੀ ਹੋਈ, ਤੂਫਾਨ ਕਰਕੇ ਫਸਲਾਂ ਨੂੰ ਕਿੰਨਾ ਕੁ ਨੁਕਸਾਨ ਹੋਇਆ ਇੱਥੇ? ਨੁਕਸਾਨ ਤਾਂ ਹੁਣ ਵਿੱਚ ਤਾਂ ਅੱਧ ਵਾਂਗੂ, 30% 40% ਵਾਂਗੂ ਹੋ ਗਿਆ। ਅਤੇ ਮੰਡੀਆਂ 'ਚ ਜਦੋਂ ਤੁਸੀਂ ਫਸਲ ਲੈ ਕੇ ਜਾਂਦੇ ਹੋ, ਉਹ ਫਿਰ ਕੀ ਕਹਿੰਦੇ, ਭਿੱਜੀ ਹੋਈ ਆ ਇਸ ਕਰਕੇ ਘੱਟ ਰੇਟ ਦਿੰਦੇ? ਭਿੱਜੀ ਹੋਈ ਆ, ਸਾਰਾ ਕੁਝ ਉੱਥੇ ਫੋਲ ਰੱਖੀਆਂ ਨੇ, ਕਹਿੰਦੇ ਭਿੱਜੀ ਹੋਈ ਆ, ਸਰਕਾਰ ਸੁਣੇ ਨਹੀਂ ਰਹੀ ਕੋਈ, ਸਾਡੇ ਕਿਹੜਾ ਜ਼ਿਮੀਦਾਰਾਂ ਦੇ ਬਸ ਦੀ ਗੱਲ ਹੈ ਕੋਈ। ਤੁਸੀਂ ਕਿਸਾਨੀ ਦੇ ਵਿੱਚ ਕੀ ਚਾਹੁੰਦੇ ਹੋ, ਕਿ ਸਰਕਾਰਾਂ ਨੂੰ ਕਿਸਾਨਾਂ ਲਈ ਕੀ ਕੁਝ ਕਰਨਾ ਚਾਹੀਦਾ? ਸਰਕਾਰਾਂ ਨੂੰ ਤਾਂ ਹੁਣ ਇਹ ਤਾਂ ਉਹਨਾਂ ਨੂੰ ਚਾਹੀਦਾ ਵੀ ਕੀ ਅਸੀਂ ਜ਼ਿਮੀਦਾਰਾਂ ਦਾ ਕਰ ਸਕਦੇ ਹਾਂ, ਦੇਸ਼ ਦਾ ਢਿੱਡ ਭਰਨ ਵਾਲਾ ਆਪੇ ਭੁੱਖਾ ਸਹੁਰਿਆਂ ਦੱਸ ਕੀ ਕਰੂਗਾ, ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਆਪੇ ਭੁੱਖਾ ਸਹੁਰਿਆਂ ਦੱਸ ਕੀ ਕਰੂਗਾ। ਮੋਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ? ਕਾਰਗੁਜ਼ਾਰੀ 'ਤੇ ਤਾਂ ਅਸੀਂ ਖੁਸ਼ ਹਾਂ ਉਹਦੇ 'ਤੇ, ਮੋਦੀ ਨੇ ਕੋਈ ਮਾੜਾ ਕੰਮ ਤਾਂ ਨਹੀਂ ਕਰਿਆ ਜੇ ਆਪਾਂ ਕਹੀਏ ਵੀ ਮਾੜਾ ਕਰਤਾ। ਸੈਂਟਰ ਦੇ ਵਿੱਚ ਮਤਲਬ ਭਾਜਪਾ ਸਰਕਾਰ ਦੁਆਰਾ ਦੇਖਣਾ ਚਾਹੁੰਦੇ ਹੋ? ਭਾਜਪਾ ਜੇ ਜਾਣੀ ਆਪਾਂ ਤਾਂ ਕੰਮ ਧੱਕ ਹੈ ਵੀ ਭਾਜਪਾ ਕਰੇ ਕੰਮ, ਭਾਜਪਾ ਵਧੀਆ ਸਾਡੇ ਵਾਸਤੇ। ਚਲੋ, ਬਹੁਤ ਬਹੁਤ ਧੰਨਵਾਦ ਭਾਅ ਜੀ ਤੁਹਾਡਾ। ਕਿਹੜੀ ਆ ਇਹ ਭਾਅ ਜੀ, ਇਸ ਵਾਰੀ ਪਟਿਆਲੇ ਦਾ ਅਗਲਾ MP ਕਿਹਨੂੰ ਦੇਖਦੇ ਹੋ? ਅਸੀਂ ਦੇਖੋ ਜੀ, ਸਤਿਕਾਰਯੋਗ ਤਾਂ ਸਾਰੇ ਹੀ ਨੇ, ਪਰ ਜਿਹੜੇ ਕੰਮਕਾਰ ਪਿੰਡਾਂ 'ਚ ਵਿਚਰਨਾ,
ਔਰ ਲੋਕਾਂ ਦੇ ਹਮਦਰਦ ਦਾ ਰੱਖੜਾ ਪਰਿਵਾਰ ਨੂੰ ਅਸੀਂ ਵੋਟ ਦੇਣਾ ਚਾਹਾਂਗੇ। ਠੀਕ ਹੈ ਜੀ, ਵੀ ਦੁੱਖ ਸੁੱਖ 'ਚ ਖੁਸ਼ੀ ਗਮੀ 'ਚ ਜਿੰਨੇ ਖੜਦੇ ਨੇ ਕੋਈ ਨਹੀਂ ਖੜਦਾ। ਅੱਛਾ ਅੱਛਾ ਜੀ, ਸਾਡੀ ਵੋਟ ਤਾਂ ਰੱਖੜਾ ਪਰਿਵਾਰ ਨੂੰ। ਤੁਹਾਡੀ ਵੋਟ ਰੱਖੜਾ ਪਰਿਵਾਰ ਨੂੰ। ਧਰਮਵੀਰ ਗਾਂਧੀ ਇੱਥੇ ਮੌਜੂਦਾ ਐਮ ਪੀ ਸੀ, ਉਹਨਾਂ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ? ਸਾਡੇ ਤਾਂ ਉਰੇ ਆਏ ਨਹੀਂ ਜੀ ਕਦੇ, ਪਿੰਡ 'ਚ ਨਾ ਵੋਟ ਮੰਗਣ ਆਏ ਨਾ ਊਂ ਆਏ ਨੇ। ਪਰ ਪਿਛਲੇ 5 ਸਾਲਾਂ 'ਚ ਜਦ ਰੱਖੜਾ ਸਾਹਿਬ ਮੰਤਰੀ ਤੇ, ਗ੍ਰਾਂਟਾਂ ਦੀ ਕੋਈ ਕਮੀ ਨਹੀਂ ਅਤੇ ਪਿੰਡ ਦੀ ਆਮਦਨ ਦੀ 1.5 ਕਰੋੜ ਆਮਦਨ ਪਿੰਡ ਦੀ ਆ, ਪਿੰਡ ਦਾ ਪਰ ਪੈਸਾ ਇਹ ਨਹੀਂ ਪਤਾ ਲੱਗ ਰਿਹਾ ਵੀ ਜਾ ਕਿੱਥੇ ਰਿਹਾ। ਪਿੰਡ ਦਾ ਪੈਸਾ ਨਹੀਂ ਲੱਗ ਰਿਹਾ, ਕੋਈ ਗ੍ਰਾਂਟਾਂ ਦੀ ਕਮੀ ਨਹੀਂ ਸਾਡੀ ਰੱਖੜਾ ਪਰਿਵਾਰ ਨੇ, ਪਰ ਪਿੰਡ ਦਾ ਪੈਸਾ ਸਹੀ ਯੂਜ਼ ਨਹੀਂ ਹੋਇਆ। ਤੁਹਾਨੂੰ ਕੀ ਲੱਗਦਾ ਕਿ ਉਹ ਮਿਸਯੂਜ਼ ਕਿੱਥੇ ਹੋ ਰਿਹਾ ਪਿੰਡ ਦਾ ਪੈਸਾ? ਇਹ ਤਾਂ ਹੁਣ ਸਰਕਾਰਾਂ ਨੂੰ ਸੋਚਣਾ ਚਾਹੀਦਾ। ਕਿਹੜਾ ਪਿੰਡ ਤੁਹਾਡਾ? ਮੂਨਖੇੜਾ ਜੀ। ਮੂਨਖੇੜਾ ਪਿੰਡ ਹੈਗਾ ਅਤੇ ਤੁਹਾਨੂੰ ਹੋਰ ਇੱਥੇ ਕਿਸਾਨਾਂ ਨੂੰ ਖਾਸ ਤੌਰ 'ਤੇ ਸਮੱਸਿਆਵਾਂ ਕਿਹੜੀਆਂ ਆਉਂਦੀਆਂ ਜਿਹਦਾ ਹੱਲ ਚਾਹੁੰਦੇ ਤੁਸੀਂ? ਹੱਲ ਤਾਂ ਇਹੀ ਹੈ ਜੀ ਵੀ ਫਸਲ ਹੁਣ ਜਿਵੇਂ ਮੰਡੀ 'ਚ ਆ ਜੀ, ਦਦਹੇੜਾ ਮੰਡੀ ਆ ਜੀ, ਮੰਡੀ ਛੋਟੀ ਆ, ਪਿੰਡਾਂ ਨੂੰ 5 ਨੂੰ ਪੈਂਦੀ ਆ, 5-7 ਪਿੰਡ ਪੈਂਦੇ ਨੇ ਜੀ। ਨਾ ਤਾਂ ਉੱਥੇ ਪਾਣੀ ਦਾ ਪ੍ਰਬੰਧ ਪੂਰਾ, ਨਾ ਆਲੇ ਦੁਆਲੇ ਲਾਈਟਾਂ ਦਾ ਪ੍ਰਬੰਧ ਆ, ਨਾ ਮੰਡੀ ਵੀ ਫੁੱਟੀ ਪਈ ਆ। 60 ਲੱਖ ਰੁਪਇਆ ਮੰਡੀ ਦਾ ਕਮੇਟੀ ਕੋਲ ਆਇਆ ਹੋਇਆ, ਉਹ ਨਹੀਂ ਲਾ ਰਹੇ। ਇਹ ਸਰਕਾਰ ਦੀ ਨਲਾਇਕੀ ਆ, ਹੋਰ ਕੀ ਆ ਜੀ। ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ? ਜਿਹੜੀ 2.25 ਸਾਲ ਦੀ ਕਾਰਗੁਜ਼ਾਰੀ ਹਾਲੇ ਤੱਕ ਤਾਂ ਜੀ ਕੁਛ ਕਰਿਆ ਨਹੀਂ, ਗਾਹਾਂ ਦੇਖੋ ਰੱਬ ਰੱਖਾ। ਸੈਂਟਰ ਦੇ ਵਿੱਚ ਕਿਹੜੀ ਸਰਕਾਰ ਚਾਹੁੰਦੇ ਹੋ? ਸੈਂਟਰ 'ਚ ਤਾਂ ਹਲੇ ਦੇਖੋ ਜੀ, ਹੁਣ ਤਾਂ ਮੋਦੀ ਆਇਆ ਹੋਇਆ, ਹੁਣ ਗਾਹਾਂ ਦਾ ਅਸੀਂ ਤਾਂ ਰੱਖੜਾ ਪਰਿਵਾਰ ਨੂੰ ਵੋਟ ਦੇਣੀ ਆ, ਸੈਂਟਰ ਜਿਹੜਾ ਕੁਛ ਮਰਜ਼ੀ ਬਣੇ। ਠੀਕ ਹੈ, ਸਾਡਾ ਸੈਂਟਰ ਦਾ ਰੱਖੜਾ ਜੀ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਹੜਾ ਐਮਪੀ ਦੇਖਦੇ ਹੋ ਪਟਿਆਲੇ ਦਾ? ਅਗਲਾ ਐਮਪੀ ਅਸੀਂ ਦੇਖਦੇ ਹਾਂ ਰੱਖੜਾ ਸਾਹਿਬ ਨੂੰ। ਸਾਡੇ ਤਾਂ ਰੱਖੜਾ ਸਾਹਿਬ ਜੋ ਬਾਦਲ ਹੈ ਜਿਹਨੇ ਸਾਡੀਆਂ ਮੋਟਰਾਂ ਹੋਰ ਸਭ ਕੁਝ ਬਿੱਲ ਮਾਫ਼ ਕਰੇ, ਕੈਪਟਨ ਸਰਕਾਰ ਤਾਂ ਲਾਉਣ ਨੂੰ ਫਿਰ ਰਿਹਾ। ਕਾਂਗਰਸ ਜਿੱਦਾਂ ਵੀ ਆ ਜਾਂਦੀ ਹੈ ਜੱਟਾਂ ਦਾ ਕਚੂੰਬਰ ਕੱਢ ਦਿੰਦੀ ਹੈ। ਅਗਰ ਉਹ ਆਇਆ ਸਾਨੂੰ ਭੋਰਾ ਵੀ ਸਹੂਲਤ ਨਹੀਂ ਹੈ, ਬਿਜਲੀ ਦੀ ਸਹੂਲਤ ਨਹੀਂ ਹੈ। ਘਰਾਂ 'ਚ ਜਦੋਂ ਖਬਰ ਆਉਂਦੀ ਹੈ ਤੁਹਾਡੀ ਖਬਰ ਆਉਂਦੀ ਹੈ, ਇਹਨਾਂ ਨੂੰ ਖਬਰ ਦੁੱਖ ਲੱਗਦਾ ਜਦੋਂ ਹੀ ਭੱਜ ਜਾਂਦੀ ਹੈ ਲਾਈਟ, ਜਦੋਂ ਹੀ ਭੱਜ ਜਾਂਦੀ ਹੈ। ਸੈਂਟਰ ਦੇ ਵਿੱਚ ਅਗਲੀ ਸਰਕਾਰ ਕਿਹੜੀ ਦੇਖਦੇ ਹੋ? ਇਹੀ ਮੋਦੀ, ਮੋਦੀ ਜਿਹੜੇ ਨੇ ਸਰਦਾਰ ਜੀ। ਪਾਕਿਸਤਾਨ ਮੈਂ ਖੜਾ, ਮੈਂ ਪਾਕਿਸਤਾਨ ਦੇ ਥੱਲ ਦਿਆਂਗੇ ਮੈਨੂੰ ਲੈ ਕੇ ਚੱਲੇ ਉੱਥੇ ਬਾਰਡਰ 'ਤੇ, ਮੈਂ ਥੱਲ ਦੂੰ ਸਿੱਧਾ ਹੀ, ਮੈਂ ਥੱਲ ਦੂੰ। ਉਸ ਟਾਈਮ ਮੇਰੀ ਸਾਧਾ ਨਾਲ ਬਹਿਸ ਹੋਈ, ਜਿੱਥੋਂ ਮੈਂ ਖੂਹ 'ਚੋਂ ਕੱਢਿਆ, ਖੂਹ 'ਚੋਂ ਕੱਢ ਕੇ ਸਾਧ ਨੇ ਮਤਲਬ ਕਿਹਾ ਵੀ ਆ ਜਾ ਇੱਧਰ, ਮੈਂ ਕਿਹਾ ਉਹ ਪਾਕਿਸਤਾਨ ਨੂੰ ਥੱਲ ਦਿਆਂਗੇ। ਅੱਜ ਸਰਦਾਰ ਜੀ ਮੋਦੀ ਥੱਲ ਰਿਹਾ, ਮੋਦੀ ਇਹ ਕਾਂਗਰਸ ਤਾਂ ਲਿਬੜੀ ਹੈ, ਇਹ ਤਾਂ ਲਿਬੜਾ ਭ੍ਰਿਸ਼ਟਾਚਾਰ ਹੈ। ਤੁਸੀਂ ਕਹੋ ਅੱਜ ਲੜਾਈ ਪੈ ਜੂਗੀ, ਦੋ ਉਧਰਲੇ ਪਾਸੇ ਦੋ ਉਧਰਲੇ ਪਾਸੇ ਮੇਰਾ ਹੀ ਕਜੁੰਦਰ ਕੱਢ ਦੇਣਗੇ। ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ, ਕੌਡੀਓ ਖੋਟੀ, ਬਿਲਕੁਲ ਕੌਡੀਓ ਖੋਟੀ। ਆਮ ਆਦਮੀ ਪਾਰਟੀ ਨੇ ਤਾਂ ਇੱਥੇ ਲੱਖਾਂ ਕਰੋੜਾਂ ਰੁਪਈਆ ਖਾ ਗਈ, ਪੰਜਾਬ ਦੇ ਵਿੱਚ ਲੱਖਾਂ ਕਰੋੜਾਂ ਖਾ ਗਈ। ਬਾਈ ਜੀ ਸਤਿ ਸ਼੍ਰੀ ਅਕਾਲ। ਬਾਈ ਜੀ ਕੀ ਗੱਲ, ਕੰਬਾਈਨ ਨਾਲ ਨਹੀਂ ਕੱਟ ਰਹੇ ਫਸਲ? ਇਹ ਆਲੇ ਦੁਆਲੇ ਜੀ ਵੀ ਨਾਲਾਂ ਨਾਲ ਗਿਰ ਗਿਆ ਜੀ, ਉਹਦੇ ਕਰਕੇ ਛੇੜਾਂ ਕੱਟ ਰਹੇ ਜੀ। ਠੀਕ ਹੈ ਬਾਈ ਜੀ, ਚਲੋ ਕੰਮ ਵੀ ਨਾਲ ਕਰੀ ਜਾਂਦੇ, ਆਪਾਂ ਗੱਲਾਂ ਵੀ ਕਰੀ ਜਾਂਦੇ ਹਾਂ। ਮੈਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ, ਇੱਥੇ ਪਟਿਆਲੇ ਦੇ ਵਿੱਚ ਤੁਸੀਂ ਅਗਲਾ ਐਮਪੀ ਕਿਹੜਾ ਵੇਖਣਾ ਚਾਹੁੰਦੇ ਹੋ? ਇਹ ਜ਼ੋਰ ਤਾਂ ਜੀ ਰੱਖੜਾ ਸਾਹਿਬ ਦਾ ਵੀ ਠੀਕ ਆ, ਉਹ ਗਾਂਧੀ ਵੀ ਠੀਕ ਆ ਜੀ। ਅੱਛਾ ਹਾਂਜੀ, ਨਹੀਂ ਤੁਹਾਡੀ ਵੋਟ ਕਿਹਨੂੰ ਹੋਊਗੀ? ਚਲੋ ਜੀ ਦੇਖਦੇ ਜੀ ਹਲੇ ਕੈਂਡੀਡੇਟ ਕਿਹੜਾ ਜੀ ਸਮਾਰ ਕੇ। ਨਹੀਂ ਤੁਹਾਨੂੰ ਚੰਗਾ ਸਭ ਤੋਂ ਕਿਹੜਾ ਲੱਗਦਾ? ਧਰਮਵੀਰ ਗਾਂਧੀ ਦੇ ਕੰਮ ਨਾਲ ਸੰਤੁਸ਼ਟ ਹੋ? ਗਾਂਧੀ ਵੀ ਠੀਕ ਆ ਜੀ। ਗਾਂਧੀ ਵੀ ਠੀਕ ਹੈ ਤਾਂ ਰੱਖੜਾ ਵੀ ਠੀਕ ਹੈ, ਮਗਰ ਮੁਕਾਬਲਾ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਗਾਂਧੀ ਵਿਚਾਲੇ ਨਜ਼ਰ ਆਉਂਦਾ, ਪੀਡੀਏ ਦੇ ਜਿਹੜਾ ਕੈਂਡੀਡੇਟ ਹੈਗੇ ਨੇ। ਹਾਂਜੀ ਹਾਂ, ਅਤੇ ਸੈਂਟਰ ਦੇ ਵਿੱਚ ਤੁਸੀਂ ਕਿਹੜੀ ਸਰਕਾਰ ਦੇਖਣਾ ਚਾਹੁੰਦੇ ਹੋ? ਕੇਂਦਰ ਦੇ ਵਿੱਚ ਕਿਹੜੀ ਸਰਕਾਰ ਦੇਖਣਾ ਚਾਹੁੰਦੇ ਹੋ ਦੇਸ਼ ਦੀ? ਕੇਂਦਰ ਦੇ ਵਿੱਚ ਤਾਂ ਰਲਵੀਂ ਮਿਲਵੀਂ ਜੀ ਬਣਨੀ ਚਾਹੀਦੀ ਹੈ ਜੀ, ਰਲਵੀਂ ਮਿਲਵੀਂ ਬਣਨੀ ਚਾਹੀਦੀ। ਹਾਂਜੀ ਹਾਂ, ਨਹੀਂ ਪ੍ਰਧਾਨ ਮੰਤਰੀ ਕਿਹਨੂੰ ਫਿਰ ਦੇਖੋਗੇ, ਕਿਹੜਾ ਚਾਹੁੰਦੇ ਹੋ ਕਿ ਅਗਲਾ ਪ੍ਰਧਾਨ ਮੰਤਰੀ ਕਿਹੜਾ ਬਣੇ ਦੇਸ਼ ਦਾ? ਕਾਂਗਰਸ ਵੀ ਠੀਕ ਆ, ਅਕਾਲੀ ਵੀ ਠੀਕ ਨੇ, ਅੱਛਾ ਝਾੜੂ ਵਾਲਾ ਵੀ ਠੀਕ ਆ ਜੀ। ਕਿਸਾਨੀ ਲਈ ਕੈਪਟਨ ਸਰਕਾਰ ਨੇ ਕੁਝ ਕੀਤਾ? 2.5 ਸਾਲ ਹੋ ਗਏ ਨਾ ਜੀ ਕਰਿਆ ਨਹੀਂ। ਆਹ ਦਿੱਲੀ 'ਚ ਕੇਜਰੀਵਾਲ ਨੇ ਬਹੁਤ ਕਰਿਆ ਜੀ, 2610 ਰੁਪਇਆ ਰੇਟ ਆ ਜੀ, ਉਰੇ ਕਿਉਂ ਨਹੀਂ ਹੋ ਸਕਦਾ ਸਾਡੇ ਕੋਲ? ਉੱਥੇ ਤੁਹਾਨੂੰ ਲੱਗਦਾ ਕਿ ਦਿੱਲੀ ਦੇ, ਪੰਜਾਬ ਅਤੇ ਦਿੱਲੀ ਦੇ ਹਾਲਾਤਾਂ 'ਚ ਬੜਾ ਫਰਕ ਹੈ? ਦਿੱਲੀ ਦੇ ਵਿੱਚ ਤਾਂ ਜਿੰਨੀ ਆਪਣੀ ਤੋਂ ਫਸਲ ਪੈਦਾ ਹੁੰਦੀ ਉੱਥੇ ਤਾਂ ਇੰਨੀ ਹੈ ਹੀ ਨਹੀਂ ਗੀ ਫਸਲ। ਚਲੋ ਜੀ ਜੇ ਨੀਤਾਂ ਸਾਫ਼ ਹੋਣ ਸਭ ਕੁਛ ਹੋ ਜਾਂਦਾ ਜੀ। ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਦੀ ਨੀਤ ਸਾਫ਼ ਹੈ? ਹਾਂ ਜੀ। ਫਿਰ ਵੋਟ ਤੁਸੀਂ ਧਰਮਵੀਰ ਗਾਂਧੀ ਨੂੰ ਦੇ ਰਹੇ ਹੋ ਤਾਂ ਆਮ ਆਦਮੀ ਪਾਰਟੀ ਦੇ ਇਸ ਵਾਰੀ ਮੈਂਬਰ ਨਹੀਂ ਹੈਗੇ? ਨਹੀਂ ਮੈਂ ਕਹਿੰਦੀ ਵੀ ਹਵਾ ਜੀ ਉਹ ਜੀ। ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ ਭਾਅ ਜੀ। ਬਿਲਕੁਲ ਤੁਸੀਂ ਦੇਖਿਆ ਕਿ ਇੱਥੇ ਕਾਫੀ ਸਾਰੇ ਬਜ਼ੁਰਗ ਬੈਠੇ ਨੇ ਸਾਡੇ, ਉਹਨਾਂ ਦੀ ਵੀ ਰਾਏ ਜਾਣਾਂਗੇ ਕਿ ਉਹ ਕੀ ਦੇਖਦੇ ਨੇ ਪਟਿਆਲੇ ਦੇ ਵਿੱਚ ਅਗਲਾ ਐਮ ਪੀ ਕਿਹੜਾ ਹੋਣਾ ਚਾਹੀਦਾ। ਤੁਹਾਨੂੰ ਪਟਿਆਲੇ ਦੇ ਵਿੱਚ ਅਗਲਾ ਐਮ ਪੀ ਕਿਹੜਾ ਨਜ਼ਰ ਆ ਰਿਹਾ ਜੀ? ਅਸੀਂ ਤਾਂ ਜੀ ਰੱਖੜਾ ਸਾਹਿਬ ਨੂੰ ਸਪੋਰਟ ਕਰਦੇ ਹਾਂ ਅਤੇ ਉਹੀ
ਥੋਂ ਥੋਂ ਆ ਪੋਸਟਰ ਲੱਗੇ ਪਏ ਨੇ ਪੜ੍ਹ ਲਓ, ਇੰਨੀਆਂ ਗੱਲਾਂ ਯਾਦ ਨਹੀਂ ਰਹਿੰਦੀਆਂ। ਇਹਨਾਂ ਨੇ ਸਾਰੀਆਂ ਚੀਜ਼ਾਂ ਕਾਂਗਰਸ ਨੇ ਬੰਦ ਕਰਤੀਆਂ, ਟੋਟਲ ਸਕੀਮਾਂ ਬੰਦ ਕਰਤੀਆਂ, ਹਾਥੀ ਦੀ ਪੈਡ 'ਚ ਸਾਰੀਆਂ ਹੀ ਆ ਗਈਆਂ, ਅਤੇ ਝਾੜੂ ਵਾਲੇ ਤਾਂ ਜਮ੍ਹਾਂ ਹੀ ਖਤਮ ਨੇ, ਅਤੇ ਜਿਹੜੀ ਇਹ ਕੈਂਡੀਡੇਟ ਨੇ ਆਪਣੇ ਅਕਾਲੀ ਪਾਰਟੀ ਦੇ, ਇਹ ਮੋਦੀ ਸਾਹਿਬ ਨਾਲ ਜੁਆਇੰਟ ਨੇ ਜੀ। ਅਸੀਂ ਮੋਦੀ ਦੀ ਸਰਕਾਰ ਬਣਾਉਣੀ ਚਾਹੁੰਦੇ ਹਾਂ। ਸਾਰੀ ਦੁਨੀਆ ਨੂੰ ਅਪੀਲ ਕਰਦੇ ਹਾਂ ਹੱਥ ਬੰਨ੍ਹ ਕੇ ਵੀ ਆਪਣੇ ਅੰਦਰ ਝਾਤੀ ਮਾਰੋ, ਕਾਪੀ ਪਿੰਨ ਲੈ ਕੇ ਦੇਖੋ ਵੀ ਪ੍ਰਾਪਤੀਆਂ ਕਿਹਦੀਆਂ ਕਿੰਨੀਆਂ ਨੇ। ਇਮਾਨਦਾਰੀ ਨਾਲ ਮੈਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਗੱਲ ਕਰ। ਚਲੋ ਤੁਸੀਂ ਪੈਨ ਚੱਕ ਕੇ ਕਿਹਾ ਪ੍ਰਾਪਤੀਆਂ ਬਾਰੇ ਗੱਲ, ਤਾਂ ਤੁਸੀਂ ਦੋ ਚਾਰ ਪ੍ਰਾਪਤੀਆਂ ਗਿਣਾਈ ਦਿਓ ਮੋਦੀ ਸਰਕਾਰ ਦੀਆਂ। ਮੋਦੀ ਸਰਕਾਰ ਨੇ ਦੇਖੋ ਜੀ, ਜਿਹੜਾ ਇਹ ਕਾਂਗਰਸ ਵਾਲੇ ਕਹਿੰਦੇ ਨੇ ਵੀ ਇਹ ਜੀ ਐੱਸ ਟੀ ਨੋਟਬੰਦੀ ਵਗੈਰਾ, ਇਹਨਾਂ ਦੇ ਦੋ ਮੇਨ ਗੱਲਾਂ ਨੇ। ਜਦੋਂ ਇਹਨਾਂ ਨੇ GST ਲਾਇਆ, ਕਈ ਟਰੱਕਾਂ ਵਾਲੇ ਵੀਰ ਕਹਿੰਦੇ ਨੇ ਜਿਹੜਾ 13 ਦਿਨ 'ਚ ਟਰੱਕ ਜਾਂਦਾ ਸੀ ਉੱਥੇ 5 ਦਿਨ 'ਚ ਵਗ ਜਾਂਦਾ ਜੀ। ਤੋ ਉਹ ਟੈਕਸ ਇਹਨਾਂ ਨੇ ਕੁਛ ਚੀਜ਼ਾਂ ਦੇ ਘਟਾਇਆ, ਕੁਛ 'ਤੇ ਵਧਾਇਆ, ਧੇਲੇ ਦਾ ਇਹਨਾਂ ਨੇ ਫਰਕ ਨਹੀਂ ਪਾਇਆ। ਜਦੋਂ ਇਹਨਾਂ ਨੇ ਕਰਪਸ਼ਨ ਹੀ ਨਹੀਂ ਕੀਤੀ 5 ਸਾਲਾਂ ਦੇ ਵਿੱਚ, ਤਾਂ ਫਿਰ ਐਂ ਦੱਸੋ ਵੀ ਇਹ ਕਿੱਦਾਂ ਕਹਿ ਸਕਦੇ ਨੇ GST ਨੂੰ। ਨੋਟਬੰਦੀ ਦੇ ਵਿੱਚ ਕੀ ਪ੍ਰਾਪਤੀ ਕੀਤੀ ਇਹਨਾਂ ਨੇ, ਕੀ ਖਾਧਾ ਆਪਣੇ ਭਾਜਪਾ ਨੇ ਜੀ, ਸਾਰੇ ਨੋਟਾਂ ਨੂੰ ਖਤਮ ਕਰਕੇ ਨਵੇਂ ਛਾਪ ਕੇ, ਤਾਂ ਫਿਰ ਉਹ ਜਹਾਜ਼ਾਂ ਰਾਹੀਂ ATMਾਂ 'ਚ ਪਹੁੰਚਾਏ, ਬੈਂਕਾਂ 'ਚ ਪਹੁੰਚਾਏ। ਸਿਰਫ ਇਹਨਾਂ ਦੀਆਂ ਫੋਕੀਆਂ ਗੱਲਾਂ ਨੇ, ਬੜੇ ਦੁਖੀ ਮਨ ਨਾਲ ਕਹਿਣਾ ਪੈਂਦਾ, ਸਾਡੇ ਰਿਸ਼ਤੇਦਾਰ ਵੀ ਨੇ, ਦੋਸਤ ਵੀ ਨੇ ਕਾਂਗਰਸ ਕੰਨੀ, ਵੀ ਮੇਰੀ ਹੱਥ ਬੰਨ੍ਹ ਕੇ ਅਪੀਲ ਆ ਵੀ ਇਸ ਇਹ ਇਹ ਸਾਡੇ ਪੰਜਾਬ ਦੇ MP ਨੇ ਜਿਹੜੇ ਮੋਦੀ ਸਾਹਿਬ ਨੂੰ ਜਿਤਾਉਣਗੇ ਵੋਟਾਂ ਨੇ ਜਿਹੜੀਆਂ ਅਕਾਲੀ ਪਾਰਟੀ ਨੂੰ ਪੈਣ, ਦੁਬਾਰਾ ਮੋਦੀ ਸਾਹਿਬ ਨੂੰ ਮੌਕਾ ਮਿਲਣਾ ਚਾਹੀਦਾ। ਵੀਰ ਜੀ ਬਹੁਤ ਹੀ ਇਮਾਨਦਾਰੀ ਨਾਲ ਗੱਲ ਕੀਤੀ ਹੈ। ਬਿਲਕੁਲ, ਸਤਿ ਸ਼੍ਰੀ ਅਕਾਲ ਅੰਕਲ ਜੀ। ਅੰਕਲ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਅਗਲਾ ਪਟਿਆਲੇ ਦਾ MP ਕਿਹੜਾ ਹੋਣਾ ਚਾਹੀਦਾ ਜੀ? ਅਕਾਲੀ ਕੰਨੇ ਹੋਣਾ। ਅੱਛਾ ਜੀ, ਪਹਿਲਾਂ ਤੋਂ ਅਕਾਲੀ ਕੰਨੇ? ਹਾਂ, ਕੋਈ ਜਿੱਤੇ ਕੋਈ ਹਾਰੇ, ਅਸੀਂ ਤਾਂ ਅਕਾਲੀਆਂ ਨੂੰ ਵੋਟ ਪਾਉਂਦੇ। ਮਤਲਬ ਤੁਸੀਂ ਸੁਰਜੀਤ ਸਿੰਘ ਰੱਖੜਾ ਨੂੰ ਵੋਟ ਪਾਓਗੇ? ਹਾਂ ਹਾਂ। ਅਤੇ ਸੈਂਟਰ ਦੇ ਵਿੱਚ ਸਰਕਾਰ ਕਿਹੜੀ ਦੇਖਣਾ ਚਾਹੁੰਦੇ ਦੇਸ਼ ਦੇ ਵਿੱਚ? ਉਹ ਜਿਹੜੇ ਜਿਹਨੂੰ ਮਰਜ਼ੀ ਬਣਾਉਣ, ਰੱਖੜਾ ਸਾਹਿਬ ਆ, ਠੀਕ ਹੈ ਨੀ, ਅਸੀਂ ਤਾਂ ਇਹਨੂੰ ਬਣਾਵਾਂਗੇ ਰੱਖੜੇ ਨੂੰ। ਪਟਿਆਲੇ ਦਾ ਤੁਹਾਨੂੰ ਅਗਲਾ MP ਕਿਹੜਾ ਨਜ਼ਰ ਆਉਂਦਾ, ਕਿਹੜਾ ਜਿੱਤੂਗਾ? ਸਾਡੇ ਤਾਂ ਰੱਖੜਾ ਸਾਹਿਬ ਹੈ, ਅਸੀਂ ਤਾਂ ਅਕਾਲੀਆਂ ਨੂੰ ਵੋਟਾਂ ਪਾਉਂਦੇ ਹਾਂ, ਕਦੇ ਪਾਈ ਨਹੀਂ ਹੋਰ ਕਿਸੇ ਨੂੰ। ਸਮੱਸਿਆਵਾਂ ਰੱਖੜਾ ਸਾਹਿਬ ਨੇ ਪਿੰਡ ਦੀਆਂ ਹੱਲ ਕੀਤੀਆਂ? ਹਾਂ, ਉਹ ਤਾਂ ਜਦ ਮਰਜ਼ੀ ਬੁਲਾ ਲਿਆ ਉਹਨੂੰ, ਜਦ ਮਰਜ਼ੀ ਜਦਿਆ ਜਾਂਦਾ। ਅੱਛਾ ਜੀ, ਕੰਮ ਵਾਸਤੇ ਬੁਲਾ ਲਿਆ। ਅਤੇ ਧਰਮਵੀਰ ਗਾਂਧੀ ਜਿੱਤੇ ਸੀ ਪਿਛਲੀ ਵਾਰੀ ਆਮ ਆਦਮੀ ਪਾਰਟੀ ਵੱਲੋਂ, ਅਤੇ ਹੁਣ ਤਾਂ ਆਮ ਆਦਮੀ ਪਾਰਟੀ ਵਿੱਚ ਚੱਲ ਨਹੀਂ ਰਹੇ, ਅਗਲੀ ਵੱਖਰੀ ਪਾਰਟੀ ਬਣਾ ਲਈ ਹੈ, ਉਹਨਾਂ ਦੀ ਜਿਹੜੀ 5 ਸਾਲਾਂ ਦੀ ਕਾਰਗੁਜ਼ਾਰੀ ਹੈ ਉਹਨੂੰ ਕਿਵੇਂ ਦੇਖਦੇ ਹੋ? ਨਾ, ਉਹਨਾਂ ਉਹ ਤਾਂ ਉਹਨਾਂ ਬਾਰੇ ਨਹੀਂ ਪਤਾ ਸਾਨੂੰ, ਉਹਨਾਂ ਬਾਰੇ ਸਾਨੂੰ ਕੋਈ ਪਤਾ ਨਹੀਂ ਹੈ। ਅੱਛਾ ਜੀ, ਤੁਸੀਂ ਧਰਮਵੀਰ ਗਾਂਧੀ ਨੂੰ ਕਦੇ ਮਿਲੇ ਵੀ ਨਹੀਂ ਗੇ? ਅੱਛਾ, ਨਾ ਬਾਈ, ਅਸੀਂ ਉਹਦੇ ਕੋਈ ਵਾਕਫ ਨਹੀਂ ਆ। ਤੁਹਾਡੀ ਵੀ ਵੋਟ ਸੁਰਜੀਤ ਸਿੰਘ ਰੱਖੜਾ ਨੂੰ ਹੈ? ਹਾਂ ਹਾਂ ਜੀ ਹਾਂ। ਅਤੇ ਤੁਹਾਨੂੰ ਲੱਗਦਾ ਹੈ ਕਿ ਜਿੱਤਣਗੇ ਇਸ ਵਾਰੀ ਉਹ? ਬਈ ਇਹ ਕੋਈ ਆਈਡੀਆ ਨਹੀਂ ਹੈ, ਦੇਖੋ ਇਹਦਾ ਹੁਣ ਲੋਕਾਂ ਦਾ ਮਾਹੌਲ ਹੈ। ਠੀਕ ਹੈ ਜੀ, ਲੋਕਾਂ ਦਾ ਮਾਹੌਲ ਹੈ ਤਾਂ। ਮੋਦੀ ਦੇ ਕੰਮਾਂ ਤੋਂ ਖੁਸ਼ ਹੋ? ਖੁਸ਼ ਹਾਂ, ਖੁਸ਼ ਹਾਂ। ਤੁਸੀਂ ਫੌਜੀ ਰਿਟਾਇਰ ਹੋ? ਹਾਂ ਜੀ। ਮੈਂ ਤਾਂ ਭਾਈ ਇਹੀ ਸੋਚੂਗਾ ਜਿਹੜਾ ਸਾਨੂੰ ਵਧੀਆ ਲੱਗੂਗਾ ਕੈਂਡੀਡੇਟ ਉਹਨੂੰ ਵੋਟਾਂ ਪਾਵਾਂਗੇ। ਕਿਹੜਾ ਵਧੀਆ ਲੱਗਦਾ ਹੈ? ਹੈਂ, ਅਜੇ ਦੇਖਾਂਗੇ ਕਿਹੜਾ, ਜਿਹੜਾ ਕੋਈ ਉਰੇ ਆ ਕੇ ਕਹੂਗਾ ਵੀ ਆਹ ਕੰਮ ਕਰਾਊਂ ਆਹ ਕੰਮ ਕਰਾਊਂ ਉਹਨੂੰ ਹੀ ਪਾਵਾਂਗੇ। ਠੀਕ ਹੈ ਜੀ। ਹੈਂ, ਮੋਦੀ ਦੇ ਕੰਮਾਂ ਤੋਂ ਖੁਸ਼ ਹੋ? ਅਸੀਂ ਤਾਂ ਮੋਦੀ ਤੋਂ ਵੀ ਖੁਸ਼ ਨਹੀਂ, ਇੰਨੇ ਖਾਸਾ ਉਹਨੇ ਏਰਾ ਫੇਰਾਂਜੀਆਂ ਕਰੀਆਂ ਨੇ। ਅਤੇ ਦਿੱਲੀ ਦੇ ਵਿੱਚ ਕਿਹੜੀ ਸਰਕਾਰ ਦੇਖਦੇ ਹੋ ਦੇਸ਼ ਦੀ ਸੱਤਾ ਵਿੱਚ? ਦਿੱਲੀ ਤਾਂ ਜੀ ਹੁਣ ਕੋਈ ਪਤਾ ਨਹੀਂ, ਉਸ ਕੇਜਰੀਵਾਲ ਕਹਿੰਦੇ ਨੇ ਇੱਕ ਬੈਠਾ ਹੈ, ਮਤਲਬ ਹੁਣ ਉਹਨੇ ਤਾਂ ਸਾਡਾ ਦਿੱਲੀ ਦਾ ਤਾਂ ਕੋਈ ਕਨੈਕਸ਼ਨ ਨਹੀਂ ਸਾਨੂੰ, ਸਾਨੂੰ ਤਾਂ ਦਿੱਲੀ। ਆਪਣੇ ਦੇਸ਼ ਦੀ ਸਰਕਾਰ ਅਗਲੀ ਕਿਹੜੀ ਦੇਖਦੇ ਹੋ? ਅਗਲੀ ਦੇਸ਼ ਦੀ ਸਰਕਾਰ ਤਾਂ ਵਧੀਆ ਬਣਨੀ ਚਾਹੀਦੀ, ਜਿਹੜੀ ਕੋਈ ਚੰਗਾ ਕੰਮ ਕਰੂ। ਮੈਂ ਤਾਂ ਭਾਜਪਾ ਦੀ ਕਿਹਦੀ ਬਣਨੀ ਚਾਹੀਦੀ ਹੈ? ਕਾਂਗਰਸ ਤਾਂ ਕਹਿੰਦਾ ਮੈਂ ਆਹ ਕਰੂੰ, ਉਹ ਰਾਜਾ ਕਹਿੰਦਾ ਮੈਂ ਆਹ ਕਰੂੰ, ਉਹ ਬਾਦਲ ਕਹਿੰਦਾ ਮੈਂ ਆਹ ਕਰੂੰ। ਹੁਣ ਸਾਨੂੰ ਤਾਂ ਜਿਹੜਾ ਉੱਪਰ ਬਣੂਗਾ ਕੋਈ ਮੋਦੀ ਦੇ ਆਰਦੂ ਆ, ਉਹਨਾਂ ਦਾ ਪਤਾ ਲੱਗੂ ਵੀ ਕੀ ਕਰਦੇ ਨੇ। ਕਰਦਾ ਕੋਈ ਨਹੀਂ, ਸੱਟੇ ਸਭ ਮਾਰਦੇ ਨੇ। ਮਤਲਬ ਹਾਲੇ ਤੁਸੀਂ ਉਮੀਦਵਾਰਾਂ ਨੂੰ ਪਰਖੋਗੇ? ਹਾਂ, ਪਰਖਾਂਗੇ ਜੀ, ਤਾਂ ਪਰਖ ਕੇ ਵੋਟ ਦੋਗੇ? ਹਾਂ, ਪਰਖ ਕੇ ਵੋਟ ਦੇਣਗੇ। ਇਹ ਟੈਲੀਵਿਜ਼ਨ 'ਚ ਵੀ ਰੋਜ਼ ਕਹਿੰਦੇ ਨੇ ਵੀ ਆਪਦਾ ਸੋਚ ਕੇ ਵੋਟ ਪਾਓ, ਜਿਹੜਾ ਕੋਈ ਵਧੀਆ ਬੰਦਾ ਉਹਨੂੰ ਵੋਟ ਪਾਓ। ਤੁਸੀਂ ਉਮੀਦਵਾਰ ਕੋਈ ਆਉਂਦਾ ਤਾਂ ਉਹਨੂੰ ਪਰਖੋਗੇ ਕਿੱਦਾਂ, ਕੀ ਸਵਾਲ ਪੁੱਛੋਗੇ ਉਹਦੇ ਤੋਂ? ਪੁੱਛਾਂਗੇ ਜੀ ਕੋਈ ਗਰੀਬਾਂ ਬਾਰੇ, ਕੋਈ ਦੇਸ਼ ਬਾਰੇ, ਜ਼ਿਮੀਂਦਾਰਾਂ ਬਾਰੇ, ਵਧੀਆ ਕੰਮ ਕਰੂ ਉਹਨੂੰ ਪੁੱਛਾਂਗੇ ਭਾਈ ਆਹ ਕੰਮ ਕਰੋਗੇ, ਉਹ ਕਰੂਗਾ ਤਾਂ ਵੋਟ ਪਾ ਲਾਂਗੇ। ਅਤੇ ਜੋ ਵੀ ਮੋਦੀ ਜੀ ਵਾਂਗੂ ਤੁਹਾਨੂੰ ਕਹਿ ਗਏ 15 ਲੱਖ ਤੁਹਾਡੇ ਖਾਤਿਆਂ ਵਿੱਚ ਆ ਜਾਣਗੇ, ਫਿਰ ਆਉਂਦਾ ਕੱਖ ਨਹੀਂ, ਆਉਂਦਾ ਕੱਖ ਨਹੀਂ, ਕਦੇ ਕੋਈ ਉਹ ਸੱਟੇ ਬਥੇਰੇ ਮਾਰੀ ਜਾਂਦੇ ਨੇ। ਚਲੋ ਵਧੀਆ ਗੱਲ ਹੈ, ਉਮੀਦਵਾਰ ਨੂੰ ਪਰਖ ਕੇ ਵੋਟ ਪਾਉਣੀ ਚਾਹੀਦੀ ਹੈ, ਪਰ ਧਿਆਨ ਰੱਖਿਓ ਕਈ ਵਾਰੀ ਉਮੀਦਵਾਰ ਬੜੇ ਵੱਡੇ ਵੱਡੇ ਵਾਅਦੇ ਕਰ ਜਾਂਦੇ ਨੇ, ਆਪਾਂ ਵੱਡੇ ਵੱਡੇ ਵਾਅਦੇ ਸੁਣ ਕੇ ਵੋਟ ਪਾ ਦਿੰਦੇ ਹਾਂ, ਦਿੰਦੇ ਕੁਛ ਨਹੀਂ। ਹਾਂ, ਬੰਦੇ ਉਹਨੂੰ ਵੋਟ ਪਾਓ ਜਿਹੜਾ ਤੁਹਾਡੇ ਕੱਲ੍ਹ ਨੂੰ ਕੰਮ ਆ ਜਾਵੇ। ਹਾਂ, ਅਸੀਂ ਤਾਂ ਉਹੀ ਸੋਚ ਰਹੇ ਵਧੀਆ ਕੰਮ ਬੰਦਾ ਬਣੇ ਕੋਈ, ਜਿਹੜਾ ਪਿੰਡ ਦਾ ਕੋਈ ਵਿਕਾਸ ਕਰੇ, ਆਪਦੇ ਪੰਜਾਬ ਦਾ ਵਿਕਾਸ ਵਧੀਆ ਕਰੇ,
ਹੋਣੀ ਤਾਂ ਨਹੀਂ ਚਾਹੀਦੀ ਸਟੈਕ। ਉਹ ਮੋਦੀ ਤਾਂ ਕਹਿੰਦਾ ਵੀ ਫੌਜੇ ਮੇਰੀ ਬਣ ਗਈ, ਮੋਦੀ ਤਾਂ ਇਹ ਕਹਿੰਦਾ ਫੌਜ ਤਾਂ ਸਾਡੇ ਉਹਨਾਂ ਦੀ ਜਰਨਲਾਂ ਦੀ ਜਿਹੜੇ ਬੈਠੇ ਨੇ ਆਰਮੀ 'ਚ, ਜਾਂ ਜਿਹਨਾਂ ਤੋਂ ਸਾਡਾ ਰਾਸ਼ਟਰਪਤੀ ਆ ਕੋਈ ਉੱਪਰ ਫੌਜ ਦਾ, ਉਹ ਕਰਿਆ ਤਾਂ ਉਸਨੇ ਹੈ। ਮੋਦੀ ਤਾਂ ਹੁਣ ਕਹੀ ਜਾਂਦਾ ਮੈਂ ਆਹ ਕਰਤਾ, ਮੈਂ ਆਹ ਕਰਾਤਾ, ਇਹ ਵੀ ਕਿਹਾ ਕਹਿੰਦਾ ਮੇਰੀ ਸੈਨਾ ਹੈ, ਕਹਿੰਦਾ ਫੌਜ ਮੇਰੀ ਹੈ। ਬਾਕੀਆਂ ਨੇ ਕਿਹਾ ਜਿਹੜੇ ਰਿਟਾਇਰ ਫੌਜੀ ਵੀ ਉਹ ਤੇਰੀ ਕਿਵੇਂ ਬਣ ਗਈ ਇਹ, ਇਹ ਵੀ ਗੱਲ ਕਹੀ ਆ ਉਹਨੇ। ਜਿਹੜੀ ਤੁਸੀਂ ਸਟ੍ਰਾਈਕ ਵਾਲੀ ਗੱਲ ਕਰਦੇ ਹੋ, ਇਹਦੇ ਵਿੱਚ ਜੇ ਆਪਣੇ ਕਹਿੰਦਾ ਮੁਲਖ ਨੂੰ ਇਹ ਕੋਈ ਮਾਰਨ 'ਤੇ ਤੁਰਿਆ ਪਿਆ, ਸਭ ਤੋਂ ਵੱਡਾ ਮਸਲਾ ਰਾਸ਼ਟਰ ਦੀ ਸੁਰੱਖਿਆ। ਕੋਈ ਕਿਸੇ ਪਾਰਟੀ ਤੋਂ ਮੈਂ ਉੱਪਰ ਉੱਠ ਕੇ ਗੱਲ ਕਰ ਰਿਹਾ, ਜੇ ਰਾਸ਼ਟਰ ਦੀ ਸੁਰੱਖਿਆ ਕੀਤੀ ਆ ਮੋਦੀ ਸਾਹਿਬ ਨੇ ਆਲ ਵਰਲਡ ਦੇ ਵਿੱਚ, ਤਾਂ ਆਪਣੇ ਦੇਸ਼ ਦਾ ਜਦੋਂ ਸਾਰੀ ਦੁਨੀਆ ਪਾਕਿਸਤਾਨ ਨਾਲ ਹੁੰਦੀ ਸੀ ਅਤੇ ਹੁਣ ਇਕੱਲਾ ਚੀਨ ਆ ਉਹਦੇ ਨਾਲ, ਸਾਰੇ ਮੁਲਕ ਆਪਣੇ ਨਾਲ ਨੇ। ਨਹੀਂ ਸਰਜੀਕਲ ਸਟ੍ਰਾਈਕ ਤਾਂ ਕਾਂਗਰਸ ਵੇਲੇ ਵੀ ਹੁੰਦੀਆਂ ਰਹੀਆਂ ਨੇ, ਉਹਨਾਂ ਨੇ ਕਦੇ ਰੌਲਾ ਹੀ ਨਹੀਂ ਪਾਇਆ। ਨਹੀਂ ਕੀਤੀਆਂ ਕਿਸੇ ਫੌਜ ਦੇ ਜਰਨਲ ਨੇ ਨਹੀਂ ਬਿਆਨ ਕੀਤਾ, ਕੁਛ ਨਹੀਂ ਕੀਤਾ। ਇਹਨਾਂ ਨੇ ਸਰਜੀਕਲ ਵੀ ਕੀਤੀ ਆ, ਏਅਰ ਸਟ੍ਰਾਈਕ ਵੀ ਕੀਤੀ ਆ, ਸਾਰਾ ਮੁਲਕ ਖੁਸ਼ ਆ। ਜਿਹਨੇ ਪਾਕਿਸਤਾਨ ਨਾਲ ਜੰਗ ਲੱਗ ਜਾਂਦੀ ਤੁਸੀਂ ਖੁਸ਼ ਹੋ ਜਾਣਾ ਸੀਗਾ? ਨਹੀਂ, ਜੰਗ ਕੋਈ ਨਹੀਂ ਚਾਹੁੰਦਾ, ਜੰਗ ਕੋਈ ਨਹੀਂ ਚਾਹੁੰਦਾ। ਇੱਕ ਗਰੀਬ ਕਮਜ਼ੋਰ ਮੁਲਕ ਆਪਾਂ ਨੂੰ ਦਵਾ ਰਿਹਾ ਤਾਂ ਫਿੱਟੇ ਮੂੰਹ ਆ। ਮੋਦੀ ਜੀ ਕਹਿ, ਭਾਜਪਾ ਵਾਲੇ ਕਹਿੰਦੇ ਨੇ ਮੋਦੀ ਦੀ ਸੈਨਾ ਫੌਜ ਨੂੰ ਸਰਕਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ, ਇਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ ਵੀਰ ਜੀ, ਤੁਸੀਂ ਆਪ ਸਮਝਦਾਰ ਹੋ, ਸੈਨਾ ਤਾਂ ਹੈਗੀ ਦੇਸ਼ ਦੀ, ਦੇਸ਼ ਦਾ ਮੁਖੀ ਕੌਣ ਆ? ਜੋ PM ਆ, ਸੈਨਾ ਕਹਿ ਦਿਓ, ਹੈ ਤਾਂ ਸੈਨਾ ਫਿਰ ਵੀ ਪ੍ਰਧਾਨ ਮੰਤਰੀ ਦੀ ਆਖਰ ਨੂੰ, ਜੇ ਉਹਨਾਂ ਨੇ ਕਿਹਾ ਵੀ ਹਾਂ ਵੀ ਮਾਰ ਕੇ ਆਓ ਉਹਨਾਂ ਦੇ ਅੱਤਵਾਦੀ, ਵੀਰ ਜੀ ਮਾਰੇ ਤਾਂ ਹੀ ਨੇ, ਸੈਨਾ ਆਪਦਾ ਜਾ ਨਹੀਂ ਸਕਦੀ ਤੇ ਫੈਸਲਾ ਲੈਣਾ ਬੜੇ ਦਿਲ ਦੀ ਗੱਲ ਆ। ਫਿਰ ਇਹਨਾਂ ਨੇ ਟੋਇਲਟ ਬਣਾਏ, ਘਰ ਬਣਾਏ, ਅੰਤਾਂ ਦੇ 12,000 ਕਰੋੜ ਰੁਪਈਆ ਟੋਇਲਟਾਂ 'ਤੇ ਬਣਾਇਆ, 10 ਟਰੱਕ ਭਰ ਜਾਣਗੇ ਨੋਟਾਂ ਦੇ। ਤੁਸੀਂ ਬੜਾ ਵਧੀਆ ਭਾਜਪਾ ਨੂੰ ਡਿਫੈਂਡ ਕਰਦੇ, ਤੁਸੀਂ ਮੈਨੂੰ ਲੱਗਦਾ ਭਾਜਪਾ ਸ਼ਾਮਲ ਹੋਣਾ ਚਾਹੀਦਾ ਤੁਹਾਨੂੰ। ਦੇਖੋ ਜੀ ਵੀਰ ਜੀ, ਮੇਰੀ ਗੱਲ ਸੁਣੋ, ਅੰਦਰਲੀ ਆਤਮਾ ਜੋ, ਹਾਂ ਇੱਧਰ ਪੰਜਾਬ 'ਚੋਂ ਅਸੀਂ ਅਕਾਲੀ ਹਾਂ, ਸੈਂਟਰ ਦੀ ਵੋਟ ਅਸੀਂ ਭਾਜਪਾ ਨੂੰ ਦਿੰਦੇ ਹਾਂ, ਅਗਰ ਅਕਾਲੀਆਂ ਦਾ ਜੁਆਇੰਟ ਨਾ ਵੀ ਹੁੰਦਾ ਭਾਜਪਾ ਦੇ ਨਾਲ ਤਾਂ ਵੀ ਅਸੀਂ ਵੋਟ ਮੋਦੀ ਨੂੰ ਪਾਉਣੀ ਸੀ। ਪਤਾ ਕੀ ਆ, ਉਹਦੇ ਕੋਈ ਭਾਈ ਮਾਮਾ ਟੈਂਪੂ 'ਚ ਫਿਰਦੀਆਂ ਨੇ, ਘਰ ਵਾਲੀ ਕਿਤੇ ਫਿਰਦੀ ਆ, ਭਰਾ ਜੁੱਤੀਆਂ ਗੱਠਦੇ ਨੇ। ਵੀਰ ਜੀ ਸੋਚੋ, ਮੜ ਜਾ ਆਪਣੇ ਪੈਰਾਂ 'ਤੇ, ਕੁਹਾੜਾ ਨਾ ਮਾਰੋ। ਪਹਿਲਾਂ ਆਪਣੇ ਪੈਰਾਂ 'ਤੇ ਕੁਹਾੜਾ ਮਾਰ ਲਿਆ, ਪੰਜਾਬ ਦੇ ਵਿੱਚ ਕਾਂਗਰਸ ਨੂੰ ਸਰਕਾਰ ਬਣਾਤੀ ਅਤੇ ਹੁਣ ਫਾਹਾ ਲੈਣ ਲੱਗੇ ਨੇ ਲੋਕ। ਹਾਂਜੀ ਬਾਬਾ ਜੀ, ਤੁਹਾਨੂੰ ਕੀ ਲੱਗਦਾ ਕਿ ਮੋਦੀ ਜੀ ਨੇ ਕਿਹੜੇ ਕਿਹੜੇ ਚੰਗੇ ਕੰਮ ਕੀਤੇ? ਚੰਗੇ ਆਪਦੇ ਇਲਾਕੇ ਦੇ, ਜੇ ਪਹਿਲਾਂ ਐਲਾਨ ਕਰਤਾ ਵੀ ਪੈਸੇ ਪਟਾ ਲਓ, ਇੱਧਰ ਪੰਜਾਬ ਦੇ ਵਿੱਚ ਦੁਨੀਆ ਪਾਲੇ ਮਾਰਤੀ। ਮੋਦੀ ਜੀ ਨੇ ਵਾਅਦੇ ਕੀਤੇ ਸੀ ਕਾਲਾ ਧਨ ਵਾਪਸ ਲੈ ਕੇ ਆਵਾਂਗੇ, ਉਹ ਆ ਗਿਆ? ਨਹੀਂ, ਉਹੀ ਤੁਹਾਨੂੰ ਮੈਂ ਪੁੱਛਣਾ, ਤੁਹਾਡੇ ਖਾਤੇ 'ਚ ਆਏ ਕੁਛ ਪੈਸੇ? ਮੈਂ ਕਹਿੰਦਾ ਡੱਕਿਆ ਪਿਆ, ਉਹ ਤਾਂ ਝੂਠ ਬੋਲਦਾ, ਝੂਠ ਬੋਲ ਕੇ ਵੀ ਗਾਹਾਂ ਨੂੰ ਫੇਰ ਆ ਜਾਂਦਾ, ਠੀਕ ਹੈ। ਅੱਛਾ ਜੀ, ਅਤੇ ਮੋਦੀ ਦਾ ਹੋਰ ਕਿਹੜਾ ਵੱਡਾ ਤੁਹਾਨੂੰ ਝੂਠ ਲੱਗਿਆ? ਝੂਠ ਸਾਰਾ ਹੀ ਹੈ ਵੱਡਾ, ਇੱਦੋਂ ਵੱਡਾ ਝੂਠ ਕਿਹੜਾ ਹੋਊ? ਆਪਦੇ ਇਲਾਕੇ 'ਚ ਪਹਿਲਾਂ ਐਲਾਨ ਕਰਤਾ ਵੀ ਰੁਪਈਏ ਬਿਟਾ ਲਓ, ਇਹ ਕਰੰਸੀ ਬਦਲੂਗੀ, ਇੱਧਰ ਮਾਰਤੀ ਦੁਨੀਆ ਪਾਲੇ 'ਚ। ਪਰ ਮੋਦੀ ਜੀ ਨੇ ਹੁਣ ਕਿਸਾਨਾਂ ਨੂੰ ਕੁਝ ਪੈਸੇ ਦੇਣ ਦੀ ਜਿਹੜੀ ਸਕੀਮ ਸ਼ੁਰੂ ਕੀਤੀ ਹੈ, ਖਾਤਿਆਂ ਦੇ ਵਿੱਚ ਆ ਰਿਹਾ ਪੈਸਾ? ਉਹ ਨਾ ਵੀ ਨਹੀਂ ਆ ਰਿਹਾ। ਅੱਛਾ ਜੀ, ਹਾਂ ਤੁਸੀਂ ਖਾਤਾ ਚੈੱਕ ਕੀਤਾ ਵੈਸੇ ਆਪਦਾ? ਖਾਤੇ 3 ਖਲਾਏ ਮੈਨੇ, 3 ਹੀ ਚੈੱਕ ਕਰੇ ਨੇ। ਅੱਛਾ, ਮਤਲਬ ਕੋਈ ਪੈਸਾ ਨਹੀਂ ਆਇਆ ਤੁਹਾਡੇ ਖਾਤੇ ਦੇ ਵਿੱਚ? ਪੈਸਾ ਨਹੀਂ ਆਇਆ। ਅਤੇ ਸੈਂਟਰ ਦੇ ਵਿੱਚ ਫਿਰ ਤੁਸੀਂ ਦੇਸ਼ ਦੀ ਅਗਲੀ ਸਰਕਾਰ ਕਿਹੜੀ ਦੇਖਣਾ ਚਾਹੁੰਦੇ ਹੋ? ਬਈ ਨਵੀਂ ਬਣੇ ਤਾਂ ਆਏ। ਨਵੀਂ ਕਿਹੜੀ ਬਣੇ? ਚਾਹੇ ਰਾਹੁਲ ਗਾਂਧੀ ਬਣ ਜੇ, ਚਾਹੇ ਕੋਈ ਹੋਰ ਬਣ ਜੇ, ਨਵੀਂ ਬਣੇ। ਮਾਇਆਵਤੀ ਜੇ ਪ੍ਰਧਾਨ ਮੰਤਰੀ ਬਣ ਜੇ ਉਹਦੇ ਨਾਲ ਖੁਸ਼ ਹੋ ਜਾਓਗੇ? ਨਾ, ਉਹ ਤਾਂ ਦੇਖਿਓ ਨਹੀਂ ਕਦੇ। ਸਰ, ਤੁਸੀਂ ਪਟਿਆਲੇ ਦੇ ਵਿੱਚ ਅਗਲਾ MP ਕਿਹੜਾ ਦੇਖਦੇ ਹੋ? ਵੈਲ, ਤੁਹਾਡਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਮੇਜਰ RPS ਮਲਹੋਤਰਾ ਹੈਗਾ। ਮੈਂ ਆਮ ਆਦਮੀ ਪਾਰਟੀ ਦੇ ਸਾਬਕਾ ਫੌਜੀ ਵਿੰਗ ਦਾ ਪੰਜਾਬ ਦਾ ਪ੍ਰਧਾਨ ਹੈ। ਠੀਕ ਹੈ ਜੀ। ਸੋ ਓਬਵੀਅਸਲੀ ਦੇਖੋ, ਮੈਂ ਤਾਂ ਆਮ ਆਦਮੀ ਪਾਰਟੀ ਦੇ ਹੀ MP ਦੇਖਣਾ ਚਾਹੁੰਦਾ। ਠੀਕ ਹੈ ਜੀ। ਧਰਮਵੀਰ ਗਾਂਧੀ ਜੀ ਹਰਾਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਪਹਿਲਾਂ ਜਿੱਤੇ ਸਨ, ਅਤੇ ਉਹਨਾਂ ਦੇ ਕੰਮਾਂ ਤੋਂ ਸੰਤੁਸ਼ਟ ਤੁਸੀਂ? ਦੇਖੋ, MP ਦੇ ਹੱਥ ਵਿੱਚ ਕੋਈ ਬਹੁਤ ਜ਼ਿਆਦਾ ਪਾਵਰ ਨਹੀਂ ਹੁੰਦੀ, ਔਰ ਖਾਸ ਕਰ ਇਕੱਲੇ MP ਦੇ ਹੱਥ ਵਿੱਚ। 5 ਕਰੋੜ ਰੁਪਇਆ ਅੱਜ ਕੱਲ੍ਹ ਕੀ ਚੀਜ਼ ਹੈ? ਜੇ ਤੁਸੀਂ 1,000 ਗਜ ਦੀ ਕੋਠੀ ਵੀ ਲੈਣ ਜਾਓ, ਉਹ ਵੀ ਚੰਗੀ ਜਗ੍ਹਾ 'ਤੇ, ਮੁਸ਼ਕਿਲ ਨਾਲ 1-5 ਕਰੋੜ ਦੀ ਆਉਂਦੀ ਹੈ। ਸੋ MP ਦੇ ਹੱਥ ਵਿੱਚ, ਇਕੱਲੇ MP ਦੇ ਹੱਥ ਵਿੱਚ ਕੁਝ ਜ਼ਿਆਦਾ ਨਹੀਂ ਹੁੰਦਾ। ਐਜ਼ ਅ ਪਰਸਨ, ਗਾਂਧੀ ਸਾਹਿਬ ਇਮਾਨਦਾਰ ਨੇ, ਲੋਕਾਂ ਦਾ ਭਲਾ ਕਰਨਾ ਚਾਹੁੰਦੇ ਨੇ, ਪਰ ਮੈਂ ਮਹਿਸੂਸ ਕਰਦਾ ਕਿ ਉਹਨਾਂ 'ਚ ਇੱਕ ਬੜੀ ਵੱਡੀ ਕਮੀ ਹੈ ਕਿ ਉਹ ਨਾ ਤਾਂ ਆਪ ਕਿਸੇ ਨਾਲ ਚੱਲ ਸਕਦੇ ਨੇ, ਨਾ ਉਹ ਕਿਸੇ ਨੂੰ ਨਾਲ ਲੈ ਕੇ ਚੱਲ ਸਕਦੇ ਨੇ। ਉਹ ਇਕੱਲੇ ਰਹਿ ਜਾਂਦੇ ਨੇ, MP ਬਣਨ ਤੋਂ ਬਾਅਦ ਵੀ ਉਹ ਪਾਰਟੀ 'ਚ ਇਕੱਲੇ ਰਹਿ ਗਏ, ਔਰ ਜਿਵੇਂ ਕਿ ਕਹਿੰਦੇ ਹੈ ਕਿ ਇਕੱਲਾ ਚਨਾ ਭਾਂਡ ਨਹੀਂ ਫੋੜ ਸਕਦਾ। ਸੋ ਇਹ ਉਹਨਾਂ ਦੀ ਬਹੁਤ ਵੱਡੀ, ਮੈਂ ਸਮਝਦਾ ਕਿ ਕਮਜ਼ੋਰੀ ਹੈਗੀ ਹੈ, ਜਿਸ ਕਰਕੇ ਉਹ ਕਾਮਯਾਬ ਨਹੀਂ ਹੋ ਸਕਦੇ।
ਤੁਹਾਡੀ ਉਮੀਦਵਾਰ ਇੱਥੋਂ ਨੀਨਾ ਮਿੱਤਲ ਹੈ ਆਮ ਆਦਮੀ ਪਾਰਟੀ ਦੀ, ਅਤੇ ਤੁਹਾਨੂੰ ਲੱਗਦਾ ਕਿ ਉਹ ਇੱਕ ਮਜ਼ਬੂਤ ਕੈਂਡੀਡੇਟ ਹੈ? ਬਿਲਕੁਲ, ਦੇਖੋ ਇੱਕ ਤਾਂ ਮਹਾਰਾਣੀ ਪਰਨੀਤ ਕੌਰ ਦੇ ਖਿਲਾਫ਼ ਅਸੀਂ ਇੱਕ ਵੁਮਨ ਚਿਹਰਾ ਦਿੱਤਾ ਹੈਗਾ, ਔਰ ਇੱਕ ਆਮ ਬੈਕਗਰਾਊਂਡ ਤੋਂ ਬੜੀ ਅਣਥਕ ਮਿਹਨਤ ਕਰਕੇ ਔਰ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਜਦੋਂ ਜਹਿਦ 'ਚੋਂ ਨਿਕਲ ਕੇ ਔਰ ਖਾਸ ਕਰਕੇ ਨਸ਼ਿਆਂ ਦੇ ਖਿਲਾਫ਼ ਉਹਨਾਂ ਨੇ ਜਦੋਂ ਪਾਰਟੀ ਨੇ ਆਵਾਜ਼ ਲਗਾਈ ਤਾਂ ਸਭ ਤੋਂ ਅੱਗੇ ਹੋ ਕੇ ਉਹਨਾਂ ਨੇ ਆਵਾਜ਼ ਬੁਲੰਦ ਕੀਤੀ, ਅਤੇ ਬੜਾ ਹੀ ਸਸ਼ਕਤ ਕਿਰਦਾਰ ਹੈ ਉਹਨਾਂ ਦਾ, ਔਰ ਮੇਰੇ ਖਿਆਲ ਨਾਲ ਉਹ ਚੰਗੀ ਟੱਕਰ ਦੇਣਗੇ। ਇਸ ਵੇਲੇ ਪੰਜਾਬ ਦੇ ਵਿੱਚ ਸੱਤਾ ਉੱਤੇ ਕਾਂਗਰਸ ਸਰਕਾਰ ਹੈ, ਕਿਉਂਕਿ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋ, ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗਾ, ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ, ਤੁਸੀਂ ਉਹਨਾਂ ਨੂੰ ਕਿੱਦਾਂ ਦੇਖਦੇ ਹੋ? ਜਿਹੜੇ ਵਾਅਦੇ ਕੀਤੇ ਸੀ ਸਰਕਾਰ ਨੇ ਉਹ ਪੂਰੇ ਕੀਤੇ? ਦੇਖੋ, ਜੇ ਮੈਂ ਇੱਕ ਸ਼ਬਦ ਵਿੱਚ ਜਵਾਬ ਦਿਆਂ ਤਾਂ ਕਾਂਗਰਸ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਸਿਰਫ ਧੋਖਾ ਕੀਤਾ। ਕੇਂਦਰ ਸਰਕਾਰ ਨੇ ਵੀ ਧੋਖਾ ਕੀਤਾ, ਉੱਧਰ ਮੋਦੀ ਸਾਹਿਬ ਨੇ ਵੀ, ਇੱਧਰ ਕੈਪਟਨ ਸਾਹਿਬ ਨੇ ਵੀ। ਤੁਹਾਨੂੰ ਧੋਖਾ ਕਿਉਂ ਲੱਗਦਾ ਜੀ? ਤੁਸੀਂ ਦੇਖੋ, ਜਿੰਨੇ ਵੀ ਇਹਨਾਂ ਨੇ ਵਾਅਦੇ ਕੀਤੇ ਸੀ, ਘਰ ਘਰ ਨੌਕਰੀ, ਕਰਜ਼ਾ ਮਾਫੀ, 2500 ਰੁਪਇਆ ਪੈਨਸ਼ਨ, ਇਹਨਾਂ ਦੇ ਨਸ਼ਿਆਂ ਦੇ ਖਿਲਾਫ਼ ਜੰਗ, ਇਹ ਉਹ ਕੁਛ ਵੀ ਨਹੀਂ ਪੂਰਾ ਕੀਤਾ। ਤੁਸੀਂ ਹੁਣ ਵਾਅਦਿਆਂ ਦੀ ਗੱਲ ਕੀਤੀ ਹੈ ਤਾਂ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਵੀਡੈਂਸ ਦੇਣਾ ਚਾਹਾਂਗਾ ਕਿ ਦੇਖੋ, ਇੱਕ 30 ਨਵੰਬਰ 2018 ਦੀ ਟ੍ਰਿਬਿਊਨ ਦੀ ਰਿਪੋਰਟ ਹੈਗੀ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ 5 ਮਿਨਿਸਟਰ ਸੱਤਾਧਾਰੀ ਪਾਰਟੀ ਦੇ ਆਏ, ਜਿਨ੍ਹਾਂ ਵਿੱਚ ਮਿਸਟਰ ਬ੍ਰਹਮ ਮਹਿੰਦਰਾ, ਮਿਸਟਰ ਸਾਧੂ ਸਿੰਘ ਧਰਮਸੋਤ, ਮਿਸਿਜ਼ ਰਜ਼ੀਆ ਸੁਲਤਾਨਾ, ਮਿਸਟਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਮਿਸਟਰ ਚਰਨਜੀਤ ਸਿੰਘ ਚੰਨੀ, 5 ਮਿਨਿਸਟਰ ਆਏ, ਸਾਰੇ ਪੰਜਾਬ ਤੋਂ ਬੱਚਿਆਂ ਨੂੰ ਬੁਲਾ ਕੇ 220 ਬੱਚਿਆਂ ਨੂੰ ਇਹਨਾਂ ਨੇ ਜੋਬ ਸਰਟੀਫਿਕੇਟਸ ਦਿੱਤੇ। ਪਰ ਹੈਰਾਨੀ ਦੀ ਗੱਲ ਹੈ ਕਿ ਉਹਨਾਂ 'ਚੋਂ ਇੱਕ ਵੀ ਬੱਚੇ ਨੂੰ ਨਹੀਂ ਪਤਾ ਕਿ ਉਹਨੂੰ ਕਿਹੜੀ ਕੰਪਨੀ ਨੇ ਕਿਹੜੀ ਜੋਬ ਕਿੱਥੇ ਦਿੱਤੀ ਹੈ, ਕਿੰਨੇ ਰੁਪਏ ਦੀ ਦਿੱਤੀ ਹੈ। ਸੋ ਇਹ ਸ਼ਰੇਆਮ ਫਰੋਡ ਹੋ ਰਿਹਾ ਹੈ। ਨਹੀਂ, ਸਰਟੀਫਿਕੇਟ ਦੇ ਉੱਪਰ ਕੁਛ ਤਾਂ ਲਿਖਿਆ ਹੋਣਾ ਕਿ ਕਿਹੜੀ ਕੰਪਨੀ ਤੁਹਾਡੀ ਜੁਆਇਨਿੰਗ ਹੋਈ ਹੈ। ਸਰ, ਤੁਸੀਂ ਪੜ੍ਹੋ ਇਹਨੂੰ, ਅਖਬਾਰ ਦੀ ਰਿਪੋਰਟ ਨੂੰ। ਬੱਚਿਆਂ ਨੂੰ ਪਤਾ ਹੀ ਨਹੀਂ ਹੈ ਕਿ ਵੀ ਉਹਨਾਂ ਦੀ ਨੌਕਰੀ ਕਿੱਥੇ ਲੱਗੀ ਹੈ, ਕਿੰਨੇ ਨੌਕਰੀ ਦਿੱਤੀ ਹੈ, ਕਿੰਨੇ ਕਿਹੜੀ ਨੌਕਰੀ ਹੈ, ਉਹਨਾਂ ਨੇ ਕੀ ਕੰਮ ਕਰਨਾ, ਕੀ ਤਨਖਾਹ ਹੋਏਗੀ, ਇਸ ਦਾ ਕੀ ਮਤਲਬ ਹੈ ਕਿ ਸਰਕਾਰ ਜਿੰਨੇ ਵੀ ਅੰਕੜੇ ਨੌਕਰੀਆਂ ਬਾਰੇ ਜਾਰੀ ਕਰ ਰਹੀ ਹੈ ਉਹ ਝੂਠੇ ਹੈ, ਉਹਨਾਂ ਵਿੱਚ ਕੋਈ ਸੱਚਾਈ ਨਹੀਂ ਹੈ। ਥੋੜ੍ਹੀ ਬਹੁਤ ਸੱਚਾਈ ਹੋਏਗੀ, ਲੇਕਿਨ ਤੁਸੀਂ ਦੇਖੋ ਕਿ ਜਿੱਥੇ ਡਿਫਰੈਂਟ ਪ੍ਰੋਫੈਸ਼ਨਲ ਕਾਲਜਿਸ ਆਪਣੀ ਪਲੇਸਮੈਂਟ ਡਰਾਈਵ ਕਰਦੇ ਹੈ, ਕੰਪਨੀਆਂ ਨੂੰ ਬਾਹਰੋਂ ਬੁਲਾਉਂਦੇ ਆ, ਉਸ ਵਿੱਚ ਐਫਰਟ ਤਾਂ ਕਾਲਜਿਸ ਦਾ ਲੱਗਦਾ ਨਾ, ਸਰਕਾਰ ਉਸ 'ਤੇ ਆਪਣਾ ਠੱਪਾ ਲਾਈ ਜਾਂਦੀ ਹੈ। ਸਰਕਾਰ ਨੇ ਕੀ ਕੀਤਾ? ਨੌਕਰੀਆਂ ਤਾਂ ਮਿਲਣਗੀਆਂ ਸਰਕਾਰ ਦੇ ਉਦਮ ਨਾਲ, ਜੇ ਕੋਈ ਨਵੀਂ ਇੰਡਸਟਰੀ ਆਏਗੀ ਜਾਂ ਜਿਹੜੀ ਇੰਡਸਟਰੀ ਬੰਦ ਹੋਈ ਪਈ ਉਹ ਚੱਲੇਗੀ। ਐਸਾ ਤਾਂ ਕੁਛ ਨਹੀਂ ਹੋਇਆ, ਨਾ ਸਰਕਾਰ ਨੇ ਕੋਈ ਐਸੀ ਪੋਲਿਸੀ ਬਣਾਈ ਜਿਹਦੇ ਨਾਲ ਇੰਡਸਟਰੀ ਆਏ, ਕੋਈ ਉਹਨਾਂ ਨੂੰ ਸਸਤੀ ਜ਼ਮੀਨ ਦੇਵੇ, ਸਸਤੀ ਬਿਜਲੀ ਦੇਵੇ, ਪਾਣੀ ਦੇਵੇ, ਉਹਨਾਂ ਨੂੰ 1 ਸਟੋਪ ਕਲੀਅਰੈਂਸ ਦੇਵੇ ਜਾਂ ਭ੍ਰਿਸ਼ਟਾਚਾਰ ਤੋਂ ਉਹਨਾਂ ਨੂੰ ਮੁਕਤੀ ਦੇਵੇ, ਕੁਛ ਵੀ ਨਹੀਂ। ਸੋ ਜੇ ਇੰਡਸਟਰੀ ਨਹੀਂ ਆਈ, ਪੁਰਾਣੀ ਇੰਡਸਟਰੀ ਚੱਲੀ ਨਹੀਂ, ਨਵੀਆਂ ਜੋਬਸ ਕਿੱਥੋਂ ਆਉਣਗੀਆਂ? ਮੈਂ ਇੱਕ ਤੁਹਾਨੂੰ ਪੇਸ਼ ਕਰਦਾ, ਇਹ ਮੇਰੇ ਕੋਲ ਟ੍ਰਿਬਿਊਨ ਦੀ ਹੀ ਕਲਿਪਿੰਗ ਹੈ, 5 ਅਪ੍ਰੈਲ ਦੀ। ਬੁੱਧ ਸਿੰਘ ਇਹ ਬੰਦਾ ਸੀਗਾ ਬਟਾਲੇ ਦਾ, ਗੁਰਦਾਸਪੁਰ ਦਾ, ਇਸ ਦੇ ਘਰ ਤੋਂ ਇਸ ਨੂੰ ਆਪਣੀ ਸਕੀਮ ਦਾ ਚਿਹਰਾ ਬਣਾ ਕੇ ਕਾਂਗਰਸ ਪਾਰਟੀ ਨੇ ਆਪਣੀ ਇਹ ਮੁਹਿੰਮ ਸ਼ੁਰੂ ਕੀਤੀ ਸੀ, ਔਰ ਇਸੀ ਬੰਦੇ ਨੂੰ ਬੰਦੇ ਦਾ ਕਰਜ਼ਾ ਮਾਫ਼ ਨਹੀਂ ਹੋਇਆ। ਇੱਕ ਪਾਸੇ ਇਹ ਉਹਨਾਂ ਦੀ ਕਰਜ਼ਾ ਮਾਫ਼ੀ ਸਕੀਮ ਦਾ ਚਿਹਰਾ ਸੀ, ਹੁਣ ਇਹ ਕਰਜ਼ਾ ਮਾਫ਼ ਨਾ ਹੋਣ ਦਾ ਚਿਹਰਾ ਹੈ ਕਿ ਇਸੀ ਦੀ ਕੁਰਕੀ ਕਰਨ ਨੂੰ ਬੈਂਕ ਫਿਰਦੇ ਸੀ। ਫਿਰ ਇੱਕ ਦਿਆਲੂ ਡਾਕਟਰ ਨੇ ਆ ਕੇ ਉਸਦਾ ਕਰਜ਼ਾ ਜਿਹੜਾ ਉਹਨੂੰ ਹੈਲਪ ਕੀਤੀ ਔਰ ਉਹਦੀ ਕੁਰਕੀ ਬਚੀ। ਸੋ ਇਹ ਦੇਖੋ, ਦੋਵੇਂ ਰਿਪੋਰਟਾਂ ਟ੍ਰਿਬਿਊਨ ਦੀਆਂ ਹੈਗੀਆਂ, ਇੱਕ ਰਿਪੋਰਟ 5 ਅਪ੍ਰੈਲ ਦੀ ਹੈ, ਦੂਸਰੀ 5 ਅਪ੍ਰੈਲ 2018 ਦੀ ਹੈ, ਦੂਜੀ ਜਨਵਰੀ 2019 ਦੀ ਹੈ। ਕੁਰਕੀ ਹੋਣ ਲੱਗੀ ਸੀ, ਉਹ ਇੱਕ ਡਾਕਟਰ ਨੇ ਆ ਕੇ, ਲੋਕਾਂ ਨੇ ਆ ਕੇ ਬਚਾਈ, ਸਰਕਾਰ ਨੇ ਕੁਛ ਵੀ ਨਹੀਂ ਕੀਤਾ। ਸੋ ਇਸ ਤੋਂ ਕਲੀਅਰ ਹੋ ਜਾਂਦਾ ਕਿ ਸਰਕਾਰ ਕੁਛ ਵੀ ਨਹੀਂ ਕਰ ਰਹੀ, ਸਿਰਫ ਦਿਖਾਵਾ ਕਰ ਰਹੀ ਹੈ, ਲੋਕਾਂ ਨੂੰ ਮੂਰਖ ਬਣਾ ਰਹੀ ਹੈ। ਮੈਂ ਸਮਝਦਾ ਕਿ ਹੁਣ ਸਮਾਂ ਆ ਗਿਆ ਕਿ ਮੋਦੀ ਦਾ ਵੀ ਝੂਠ ਦੇਖ ਲਿਆ, ਅਕਾਲੀਆਂ ਦਾ ਵੀ ਝੂਠ ਦੇਖ ਲਿਆ, ਕਾਂਗਰਸ ਦਾ ਵੀ ਝੂਠ ਦੇਖ ਲਿਆ, ਹੁਣ ਲੋਕਾਂ ਨੂੰ ਜਾਗਣ ਦੀ ਲੋੜ ਹੈ, ਪਛਾਣਨ ਦੀ ਲੋੜ ਹੈ। ਦਿੱਲੀ ਦਾ ਦੇਖ ਲਓ ਤੁਸੀਂ, ਮਾਡਲ ਸਾਡੇ ਸਾਹਮਣੇ ਹੈਗਾ, ਉੱਥੇ ਲੋਕਾਂ ਦੀ ਜ਼ਿੰਦਗੀ ਬਦਲ ਗਈ, ਮੈਡੀਕਲ ਉੱਥੇ ਸਾਰਾ ਫ੍ਰੀ ਹੋ ਗਿਆ, ਐਜੂਕੇਸ਼ਨ ਦਾ ਲੈਵਲ ਇੰਨਾ ਉੱਚਾ ਹੋ ਗਿਆ ਕਿ ਲੋਕ ਪ੍ਰਾਈਵੇਟ ਸਕੂਲਾਂ 'ਚੋਂ ਬੱਚੇ ਕੱਢ ਕੇ। ਭ੍ਰਿਸ਼ਟਾਚਾਰ ਉੱਥੇ ਖਤਮ ਨਹੀਂ ਹੋਇਆ ਦਿੱਲੀ ਵਿੱਚ? ਦੇਖੋ, ਭ੍ਰਿਸ਼ਟਾਚਾਰ ਜਿੱਥੇ ਤੱਕ
आप गवर्नमेंट का सवाल है, दिल्ली की लोकल गवर्नमेंट का सवाल है, उत्थे बिल्कुल भ्रष्टाचार नहीं है और उत्थे जिहड़ा भ्रष्टाचार खत्म नहीं होया मोदी साहब करके नहीं होया क्योंकि एंटी करप्शन ब्यूरो जिहड़ा सीगा मोदी साहब ने केजरीवाल साहब तो खो लिया। तुसीं आम आदमी पार्टी के नुमाइंदे हो इस करके तुहानूं मैं जरूर पुछांगा, तुसीं कह रहे हो दिल्ली दे विच लोकां दी जिंदगी बदल के रखती सरकार ने, जे दिल्ली दे विच तुसीं इन्ने ही ज़्यादा काम किए सी फिर तुहानूं कांग्रेस नूं क्यों वार वार कहना पै रहा कि साडे नाल गठजोड़ कर लो गठजोड़ कर लो गठजोड़ कर लो। देखो पॉलिटिक्स विच हर एक चीज़ सिचुएशनल होंदी है, सो दिल्ली दे विच हालांकि पार्टी बहुत कॉन्फिडेंट है कि कल्ली भी ये जीत सकती है, पर एक देश दे हित नूं ध्यान च रखदे होए कि मोदी साहब या बीजेपी की जिहड़ी झूठी सरकार पिछली बारी लोगों नूं धोखा दे के लोगों नूं वरगला के सत्ता विच आई सी, जे वह दोबारा आ जाती है तो देश का सत्यानाश हो जाएगा। सिर्फ देश नूं बचाण दे लई साडी पार्टी जिहड़ी है ये कॉम्प्रोमाइज़ करन नूं भी तैयार है। अमन अरोड़ा जी तुहाडी पार्टी के नेता ने विधायक ने, मैं उन्होंने सवाल किया, कहिंदे जे कल नूं देश हित की गल भाजपा करती तो भाजपा नाल भी गठजोड़ हो सकदा। देखो देश सब तो उत्ते है, जे देश का भला हुंदा है तो असी कुछ भी करन नूं तैयार हैं। मतलब तुसी भाजपा नाल भी गठजोड़ कर लोगे? असी देश का हित सब तो उत्ते रखांगे, जे कोई देश के हित विच साडे नाल हाथ मिलाना चाहता है तो चाहे कोई भी होए असी उहदे नाल हाथ मिलावांगे। तुसी भाजपा नूं पंड के वोटां मंगदे हो, कांग्रेस नूं पंड के वोटां मंगदे हो, देश हित दी गल आके उहनां नाल ही गठजोड़ कर लोगे? गल ये नहीं है, गल ये है कि मुद्दा की है, टारगेट की है, वो भी साडे देश दे ही वासी ने। जे देश का हित हुंदा, सवाल यही है, जे देश का हित हुंदा तां उहदे लई जो भी कदम सानू चुकना पए असी उह चुका। तुहानूं नहीं लगता कि अरविंद केजरीवाल जी ने दिल्ली दे विच कांग्रेस नाल गठजोड़ की गल आ के पूरी आम आदमी पार्टी नूं मुसीबत च पाता है, जवाब देना औखा हो गया पंजाब दे विच भी, खास तौर पर भगवंत मान जी कहिंदे ने गठजोड़ हो रही नहीं रहा, अरविंद केजरीवाल जी कह रहे ने बट गठजोड़ की गलबात चल रही है। देखो पंजाब का जिथे तक सवाल है इत्थे साडे गठजोड़ की कोई गल नहीं है, दिल्ली में गठजोड़ की गलबात चल रही है, से वो नैशनल लीडरशिप के डोमेन की गल है। पंजाब में गठजोड़ हो जाता आम आदमी पार्टी का, तुसी आम आदमी पार्टी पर छड़ दोगे, भरोसा टुट जाएगा आम आदमी पार्टी तो? नहीं देखो मैं कैनेडा छड़ के सिर्फ तो सिर्फ अपने देश की सेवा करने लिए इत्थे आया, देश के हित में जो भी कोई कदम पार्टी चुकेगी जे मैं दिखता है कि देश का हित ये है तो मैं पार्टी के नाल खड़ा हाँ। पार्टी दी जिहड़ी गलत नीतियां होंदियां वह भी तुहानूं दिखणगियां, उहदे विरुद्ध आवाज़ बुलंद करोगे? बिल्कुल असी करदे हां। अरविंद केजरीवाल जी ने मजीठिया तो माफ़ी मंग ली, देखो हरेक जवाब ईमानदारी नाल, बिल्कुल हरेक सिक्के दे दो पहलू होंदे हैं, कहण नूं कहा जा सकता है कि जी पहला तो उन्हां नूं बुरा भला कह रहे थे तो बाद च माफ़ी मंग ली, पर इत्थे देखो तुहाडी कुत्ती चोरां नाल मिली हुई है, जब कुत्ती चोरां नाल मिल जाए तो मालक की करूँगा, चोरां अगे हाथी जोड़ूगा? ठीक है कैप्टन साहब बचा रहे हैं दोषियों, कैप्टन साहब की सरकार बचा रही है, तो जिन्हों के कोल सबूत सीगे या जिन्हों ने इल्ज़ाम लगाए थे या जिहड़े उन्होंने खिलाफ़ आवाज़ उठा रहे थे वो दबणगे ही बेचारे, उन्हां नूं हाथ जोड़ने ही पैणगे। लोग फिर तुहाडे ते किद्दां भरोसा करन, तुसीं तां कल नूं फिर दोबारा किसी मुद्दे पर लोगों को कहे कि भरोसा दे के माफ़ी मंग सकते हो? नहीं गल ये नहीं है, गल ये है कि की असी सच्चे दिलों लोगों का हित चाहते हैं, वो तो सारी पार्टियां एक गल कहिंदियां ने। नहीं वो तुहानूं दिखदा है, कैप्टन साहब भी कहिंदे सी की कर कीता उन्होंने पंजाब दे लई, मोदी साहब आम आदमी पार्टी ने पंजाब दे विच की कुछ किया वो तुसीं गिनाओ पहला। आम आदमी पार्टी ने पंजाब दे विच देखो लोगों नूं ईमानदार रिप्रजेंटेटिवस दिते हैं, 4 MP दिते हैं किसी ते भी बेईमानी का इल्ज़ाम नहीं, 20 MLA दिते हैं किसी ते बेईमानी का इल्ज़ाम नहीं, वो भिड़ जाते हैं लोगों के हकों के लिए बेईमानियों के खिलाफ माड़े अंसरां के खिलाफ, किसी ते भी कोई बेईमानी का या भ्रष्टाचार का इल्ज़ाम लग्या? तुसी अपने MP के कामों की आप शलाघा नहीं कर रहे, तुसी धर्मवीर गांधी आ रहे हुणे तुसी कह के हटे हो, फिर तुसी गल्ले 4 MP ईमानदार दिते हैं, तुसी फिर क्यों नहीं कहिंदे धर्मवीर गांधी नूं तुहाडी वोट है? नहीं तुसी धर्मवीर गांधी नूं वोट है? नहीं देखो पॉलिटिक्स विच इह डेमोक्रेसी है, डेमोक्रेसी विच जिहड़ी मेजोरिटी है उसका राज हुंदा है, जे बंदा हर कोई बंदा गांधी साहब की तरह कला कला फिरूगा तो किवें तुसी विरोधी ताकतों नाल लड़ोगे? नहीं तुहाडी गल्लां तुसी जिहड़ी गल्लां करदे हो पर जमीनी हकीकत जे तुसी आओ तां आम आदमी पार्टी ने जवाब देना औखा हो रहा, सच्चाई है तुहाडे 20 विधायक जिताए सी वो एकजुट नहीं है, MP की किसी की राय आपस में नहीं मिलती, अज तुहानूं अपने ही आप हरा रहे ने, अपने ही तुहाडे विरुद्ध खड़े हुए ने, भावें संगरूर हो गया भावें पटियाला हो गया,
उस तो बावजूद तुम कह रहे हो साढ़े एम पी जे साढ़े एम पी तुम उत्थे भगवंत मान जी मै जसी जसराज की हमायत करोगे तुहाडे पार्टी के मैंबर ने बठिंडे चो देखो पॉलिटिक्स विच मतभेद होंदे ने और आम आदमी पार्टी ऐसी पार्टी है जिहड़ी कि मतभेद नू बर्दाश्त करती है ठीक है सो कोई गल नहीं अगर किसी का विचार नहीं मिलते तो कोई ऐसी गल नहीं बट मुख मुद्दा यह है कि पार्टी और पार्टी के जिहड़े कैंडीडेट्स ने वो सारे ईमानदार ने और लोगों के लिए काम करना चाहते हैं इस देश नू वधदा फुलदा देखना चाहते हैं लोगों की जिंदगी नू खुशहाल करना चाहते हैं। खैर तुहाडे नाल गलबात करके इन्ना तो सानू भी महसूस हो गया कि आम आदमी पार्टी नू बिल्कुल प्रेशर किया जाता सीगा कि नवे बंदे आए हैं सियासत करनी नहीं आती पर तुहाडियां गल्लां तो हुण लग रहा कि तुहानू भी सियासत करनी आ गई है। वैल जे तुसीं इहनू सियासत कहिंदे हो तो मैं कुछ नहीं कह सकता। बेस्ट ऑफ लक जी। थैंक यू।